मैं गुजारिश करूंगा बीजेपी के सीनियर लीडर हरजीत सिंह गरेवाल साहब को वो भी मंच पर पहुंचे दो और डिग्नेटरीज इस सेशन में हिस्सा लेंगी वो अभी रास्ते में हैं तो ऐसे में कुछ ही देरी के बाद वो भी इस सेशन को ज्वाइन करेंगे लेकिन फिलहाल चर्चा का विषय क्योंकि भारतीय जनता पार्टी के लिए सबसे बड़ी चुनौती पंजाब चुनाव है और ऐसे में पंजाब चुनावों को लेकर बीजेपी किन मुद्दों के साथ उतर रही है और तमाम चीजें जो जनता को लेकर 2022 ਦੇ ਚੋਣਾਂ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਕੇ ਅੌਰਸ਼ਿ ਪਲਾਨ ਕੀ ਗਈ ਹੈ ਉਨ ਪਰ ਚਰਚਾ ਕਰਨੇ ਕੇ ਲਈ ਹਰਜੀਤ ਸਿੰਘ ਗਰੇਵਾਲ ਸਾਹਿਬ ਯਹਾਂ ਪਰ ਮੌਜੂਦ ਹੈ ਓਵਰ ਟੂ ਯੂ ਆਰ ਓ ਜੀ ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਦੇ ਮਾਂਚ ਇਸ ਸੈਗਮੈਂਟ ਤੇ ਸਾਰੇ ਜਿਹੜੇ ਪੰਜਾਬ ਦੇ ਸਾਰੋ ਘਟਨੇ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਨੂੰ ਲੈ ਕੇ ਅਸੀਂ ਉਜਾਗਰ ਕਰਨਾ ਚਾਹੁੰਦੇ ਆਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਰਾਜਨੀਤਿਕ ਪਾਰਟੀਆਂ ਚ ਅਸਲ ਮਾਇਨੇਆਂ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੋਣਾ ਚਾਹੀਦਾ ਤੇ ਗਰਵਲ ਸਾਹਿਬ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਦੀ ਕਿਸਾਨੀ ਮੁੱਦੇ ਨੂੰ ਲੈ ਕੇ ਕਾਫੀ ਵਿਰੋਧ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਤੁਹਾਡੇ ਦਫ਼ਤਰਾਂ ਦੀ ਵੀ ਤੋੜਪੰਨ ਹੋਈ ਤੁਹਾਡੀ ਪਾਰਟੀ ਦੇ ਆਗੂਆਂ ਨਾਲ ਵੀ ਮਾਰ ਕਟਾਈ ਹੋਈ ਪਰੰਤੂ ਫਿਰ ਵੀ ਤੁਸੀਂ ਡਟੇ ਰਹੇ ਬੀਜਪੀ ਦੇ ਉਸ ਮੰਥਨ ਉਤੇ ਤੁਸੀਂ ਕੋਈ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਵੀ ਕੀਤੀ ਪਰੰਤੂ ਅੱਜ ਦੀ ਤੁਸੀਂ ਇਹ ਦਾਵਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਬੀਜਪੀ ਚੋਣਾਂ ਜਿੱਤਣ ਜਾ ਰਹੀ ਹੈ ਜਦ ਕਿ ਤੁਹਾਨੂੰ ਪਤਾ ਹੈ ਪਿਛਲੀਆਂ ਚੋਣਾਂ ਦੇ ਵਿੱਚ ਬੀਜਪੀ ਦਾ ਇੱਕ ਵੀ ਕੈਂਡੀਡੇਟ ਨਹੀਂ ਸੀ ਜਿੱਤਿਆ ਚਾਹੇ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ ਚਾਹੇ ਉਹ ਚੋਣਾਂ ਹੋਣ ਨਗਰ ਕੌਂਸਲ ਦੀਆਂ ਕੀ ਕਹੋਗੇ ਇਸ ਤਰ੍ਹਾਂ ਰਣਜੀਤ ਪਿਛਲਾ ਸਮਾਂ ਤਾਂ ਵਾਕਿਆ ਹੀ ਬਹੁਤ ਬੀਜੇਪੀ ਦੇ ਵਰਕਰਾਂ ਨੇ ਸੰਤਾਪ ਭੁਗਤਿਆ ਮੈਂ ਉਸ ਨੂੰ ਰਾਜਨੀਤਿਕ ਅਤੰਕਵਾਦ ਵੀ ਕਹੂੰਗਾ ਕਿਉਂਕਿ ਲੋਕਤੰਤਰ 'ਚ ਇਹ ਸਭ ਨਹੀਂ ਹੋਇਆ ਕਰਦਾ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਹਰ ਕਿਸੇ ਨੂੰ ਪੀਸਫੁੱਲ ਅੰਦੋਲਨ ਕਰਨ ਦਾ ਹੱਕ ਹੁੰਦਾ ਪਰ ਹਿੰਸਕ ਨਹੀਂ ਹੋਣਾ ਚਾਹੀਦਾ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਪਿਛੇ ਐਗਜ਼ਾਮ ਹੋਇਆ ਉਹਦੇ ਚੋ 72 ਕੈਂਡੀਡੇਟ ਜਿਹੜੇ ਸਿਲੈਕਟ ਹੋਏ ਸਿਲੈਕਸ਼ਨ ਹੋਈ ਜਿਨ੍ਹਾਂ ਦੀ ਜਿਨ੍ਹਾਂ ਨੇ ਆਉਣ ਵਾਲੇ 30 35 35 ਸਾਲ ਚ ਪੰਜਾਬ ਨੂੰ ਪ੍ਰਸ਼ਾਸਨਿਕ ਸੇਵਾਵਾਂ ਮ ਦੇਣੀਆਂ ਨੇ ਉਹਨਾਂ ਉਮੀਦਵਾਰਾਂ ਦੀ ਗੱਲ ਕਰਦਾ ਮੈਂ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਕਾਲੇ ਨੇ ਤੇ ਉਹਨਾਂ ਦਾ ਜਵਾਬ ਕੀ ਸੀ ਸੈ 72 ਜਿਹੜੇ ਸਿਲੈਕਟ ਹੋਏ ਆਊਟ ਆਫ ਥੈਟ 60 60 ਕੈਂਡੀਡੇਟ ਇਹ ਕਹਿ ਰਹੇ ਸੀ ਕਿ ਇਹ ਕਾਨੂੰਨ ਬਹੁਤ ਅੱਛੇ ਨੇ ਕਿਸਾਨ ਦੇ ਹਿੱਤ ਚ ਨੇ ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਫਿਰ ਇਹਦਾ ਵਿਰੋਧ ਕਿਉਂ ਹੋ ਰਿਹਾ ਇੰਨਾ ਜ਼ਿਆਦਾ ਉਹਨਾਂ ਨੇ ਕਿਹਾ ਕਿ ਇਹ ਟਰਸਟ ਡੈਫਿਸਟਰ ਵਿਸ਼ਵਾਸ ਦੀ ਕਮੀ ਹੈ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਅੰਦੋਲਨ ਸ਼ਾਂਤਮਈ ਹੈ ਉਹਨਾਂ ਨੇ ਕਿਹਾ ਨਹੀਂ ਇਹ ਹਿੰਸਕ ਹੈ ਕਿਸੇ ਦੀਆਂ ਕਿਸੇ ਐਮਐਲਏ ਦੀ ਮੌਬਲਿੰਚਿੰਗ ਕਰ ਦੇਣਾ ਕਿਸੇ ਦੀਆਂ ਫਸਲਾਂ ਉਜਾੜ ਦੇਣੀਆਂ ਕਿਸੇ ਦੇ ادارے ਬੰਦ ਕਰਾ ਦੇਣਾ ਤਾਂ ਉਹ ਤਾਂ ਹਿੱਸਾ ਹੋਈ ਔਰ ਕਿਸੇ ਨੂੰ ਆਪਣੀ ਗੱਲ ਨਾ ਕਹਿਣ ਦੇਣਾ ਮੇਰਾ ਕੀ ਕਸੂਰ ਸੀ ਇਹਦੇ ਚ ਇੱਕੋ ਹੀ ਕਸੂਰ ਸੀ ਕਿ ਮੈਂ ਤਾਂ ਉਸੇ ਕਮਿਊਨਿਟੀ ਚੋਂ ਹੀ ਆਉਣਾ ਜੀ ਤੇ ਮੇਰੇ ਹੀ ਭੈਣ ਭਰਾ ਸੀ ਜਿਹੜੇ ਸੜਕਾਂ ਤੇ ਬੈਠੇ ਸੀ ਜੀ ਤੇ ਮੈਂ ਇੰਨੀ ਗੱਲ ਹੀ ਕਹਿੰਦਾ ਸੀ ਕਿ ਸਾਡੇ ਕਾਨੂੰਨ ਬਹੁਤ ਅੱਛੇ ਨੇ ਸਾਡੇ ਪ੍ਰਧਾਨ ਮੰਤਰੀ ਕਿਸਾਨ ਹਿਤੂ ਨੇ ਸਾਡੀ ਸਰਕਾਰ ਕਿਸਾਨ ਹਿਤੂ ਉਹ ਤਾਂ ਮੈਂ ਕਹਿਣਾ ਹੀ ਹੈ ਜੀ ਔਰ ਐਸੀ ਗੱਲ ਤੇ ਉਹ ਮੈਨੂੰ ਕਹਿੰਦੇ ਸੀ ਕਿ ਤੈਨੂੰ ਬੋਲਣਾ ਦੱਸਾਂਗੇ ਜੀ ਠੀਕ ਹੈ ਔਰ ਮੇਰੇ ਤੇ ਕਿੰਨੇ ਹਮਲੇ ਹੋਏ ਆ ਉਹ ਮੈਂ ਜਾਣਦਾ ਇੱਕ ਇੱਕ ਦਿਨ ਚ ਤਿੰਨ ਤਿੰਨ ਵਾਰ ਹੋਏ ਬਹੁਤ ਸਾਰੇ ਤਾਂ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਪਬਲਿਕ ਚ ਜਾਣ ਕਿਉਂਕਿ ਇਹਦੇ ਨਾਲ ਇੱਕ ਹੈਲਦੀ ਡੈਮੋਕ੍ਰੇਸੀ ਦੀ ਇਹ ਨਿਸ਼ਾਨੀ ਨਹੀਂ ਹੈਗੀ ਜੋ ਇਹ ਹੋਇਆ ਜੀ ਪਰ ਮੈਂ ਇਹ ਸਮਝਦਾ ਕਿ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਸੀ ਉਹ ਜੈਨੂਨ ਕਿਸਾਨ ਸੀ ਔਰ ਉਹਨਾਂ ਨੂੰ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਸੀ ਇਹ ਸਮਝਾਉਣ ਚ ਕਾਮਯਾਬ ਹੋ ਗਏ ਸੀ ਕਿ ਇਹ ਜਿਹੜੇ ਕਾਨੂੰਨ ਆ ਇਹਨਾਂ ਨਾਲ ਤੁਹਾਡੀਆਂ ਜ਼ਮੀਨਾਂ ਖੋਹ ਕੇ ਅਡਾਨੀ ਅਮਬਾਨੀ ਨੂੰ ਦੇ ਦੇਣੀਆਂ ਮੈਨੂੰ ਵੀ ਪਤਾ ਮੈਂ ਵੀ ਜ਼ਿੰਮੇਦਾਰੀ ਆ ਤੇ ਕਿਸਾਨ ਹੀ ਆ ਜੇ ਮੈਨੂੰ ਕੋਈ ਕਹਦੇ ਤੇਰੀ ਜ਼ਮੀਨ ਖੋਣੀ ਹੈ ਮੈਂ ਤਾਂ ਕਾਨੂੰਨ 'ਚ ਬਹੁਤ ਵਿਸ਼ਵਾਸ ਰੱਖਦਾ ਮੈਂ ਵੀ ਇਹ ਕਹੂੰਗਾ ਕਿ ਭਾਈ ਤੁਸੀਂ ਆ ਜਾਓ ਮੇਰੀ ਜ਼ਮੀਨ 'ਚ ਪੈਰ ਰੱਖ ਕੇ ਦੇਖੋ ਜੀ ਤੇ ਉਹ ਤਾਂ ਫਿਰ ਬਿਲਕੁਲ ਹੀ ਦੋ ਦੋ ਢਾਈ 8 ਏਕੜ ਵਾਲੇ ਕਿਸਾਨ ਨੇ ਤੇ ਉਹਨਾਂ ਦੀ ਰੋਜੀ ਰੋਟੀ ਦਾ ਮਸਲਾ ਸੀ ਤੇ ਉਹ ਤਾਂ ਗਏ ਸੀ ਜਨੂਨ ਗੁੱਸੇ 'ਚ ਆ ਕੇ ਜੀ ਪਰ ਸਾਡੀ ਕਮੀ ਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਾਨੂੰਨ ਬਣਾਉਣ ਦੇ ਵਿੱਚ ਸੀਗਾ ਜੀ ਔਰ ਉਸ ਵੇਲੇ ਤੁਸੀਂ ਸ਼ੁਰੂ ਚ ਦੇਖਿਆ ਹੋਣਾ ਅ ਅਰਨਜੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਬਾਦਲ ਔਰ ਇਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਦੇ ਬਾਕੀ ਲੀਡਰ ਉਹ ਆ ਕੇ ਕਾਨੂੰਨਾਂ ਦੇ ਫਾਇਦੇ ਗਣਾਉਂਦੇ ਸੀ ਜੀ ਟੀਵੀ ਚੈਨਲਾਂ ਤੇ ਮੀਡੀਆ ਚ ਨਿਊਜ਼ਪੇਪਰਸ ਚ ਪ੍ਰੈਸ ਕਾਨਫਰੰਸਾਂ ਕਰਕੇ ਫਾਇਦੇ ਦੱਸਦੇ ਸੀ ਤੇ ਜਦੋਂ ਇਹ ਬਿੱਲ ਆਉਣ ਲੱਗਿਆ ਉਹਨਾਂ ਨੂੰ ਲੱਗਿਆ ਕਿ ਇਹ ਗੜਬੜ ਹੋ ਗਈ ਤੇ ਸਾਡਾ ਤਾਂ ਆਧਾਰ ਖਿਸਕ ਜਾਣਾ ਜਾਂ ਕਿਸੇ ਤਰੀਕੇ ਨਾਲ ਡਰ ਗਏ ਜਾਂ ਕੀ ਹੋਇਆ ਉਹਨਾਂ ਨੇ ਇੱਕਦਮ ਯੂ ਟਰਨ ਲੈ ਲਿਆ ਮਤਲਬ ਗਰੇਵਾਲ ਸਾਹਿਬ ਤੁਹਾਡਾ ਕਹਿਣ ਦਾ ਕਿ ਇੱਕੋ ਦਮ ਪਾਸਾ ਬਦਲ ਦਿੱਤਾ ਉਹਨਾਂ ਨੇ ਪਾਸਾ ਪਲਟ ਦਿੱਤਾ ਸੋ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਗਰੇਵਾਲ ਸਾਹਿਬ ਤੁਸੀਂ ਇੱਕ ਪਾਸੇ ਤਾਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਬਹੁਤ ਸੂਝਵਾਨ ਹੈਗੇ ਨੇ ਪੰਜਾਬ ਦੇ ਲੋਕ ਇੱਕ ਪਾਸੇ ਤੁਸੀਂ ਕਹਿੰਦੇ ਹੋ ਪੰਜਾਬ ਦਾ ਜਿਹੜਾ ਬਹੁਤ ਤਬਕਾ ਹੈਗਾ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਫਿਰ ਕਿਸਾਨ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਵਿਰੋਧੀ ਪਾਰਟੀਆਂ ਦੇ ਕਹਿਣੇ ਦੇ ਵਿੱਚ ਨੇ ਉਹਨਾਂ ਦੇ ਪਿੱਛੇ ਲੱਗ ਕੇ ਇਹ ਅੰਦੋਲਨ ਛੇੜ ਕੇ ਬੈਠੀਆਂ ਨੇ ਇਹ ਦੋ ਦੋਵੇਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਜੋੜ ਕੇ ਦੇਖਦੇ ਹੋ ਦੇਖੋ ਮੇਰਾ ਇੱਕ ਮੰਨਣਾ ਮੈਂ ਉਸੇ ਕਮਿਊਨਿਟੀ 'ਚ ਹੋਂ ਨਾ ਕਿਸਾਨ ਕਦੇ ਹਿੰਸਾ ਨਹੀਂ ਕਰਦਾ ਔਰ ਕਿਸਾਨ ਦੇਸ਼ ਭਗਤ ਵੀ ਹੈ ਪਰ ਇਹ ਜਿਹੜੇ ਕਿਸਾਨ ਅੰਦੋਲਨ ਸੀ ਨਾ ਇਹਦੇ 'ਚ ਵਿੱਚ ਆਮ ਆਦਮੀ ਪਾਰਟੀ ਦੇ ਵੀ ਲੋਕ ਸੀ ਕਿਉਂਕਿ ਕਿਸਾਨ ਤਾਂ ਹੁਣ ਮੈਂ ਵੀ ਕਿਸਾਨ ਹਾਂ ਤੇ ਮੈਂ ਭਾਜੀਪੀ 'ਚ ਆ ਗਿਆ ਬਾਕੀ ਵੀ ਹੈਗੇ ਆ ਅਕਾਲੀ ਦਲ 'ਚ ਵੀ ਕਿਸਾਨ ਹੈਗੇ ਆ ਕਮਿਊਨਿਸਟਾਂ 'ਚ ਵੀ ਕਿਸਾਨ ਹੈਗੇ ਆ ਔਰ ਆਮ ਆਦਮੀ 'ਚ ਵੀ ਹੈਗੇ ਆ ਸਾਰਿਆਂ 'ਚ ਇਹਨੇ ਕਾਂਗਰਸ 'ਚ ਵੀ ਨੇ ਤੇ ਉਹ ਤਾਂ ਜਦੋਂ ਵਾਪਸ ਆ ਜਾਣਗੇ ਬਾਰਡਰਾਂ ਤੋਂ ਤਾਂ ਉਹਨਾਂ ਨੇ ਆ ਕੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਕਿਸਾਨ ਬਣ ਜਾਣਾ ਤੇ ਪਰ ਉਹਨਾਂ ਦੇ ਆਪਣੇ ਰਾਜਨੀਤਿਕ ਹਿੱਤ ਸਾਧ ਰਹੇ ਸੀ ਕੁਝ ਲੋਗ ਸਾਰੇ ਕਿਸਾਨਾਂ ਨੂੰ ਨਹੀਂ ਮੈਂ ਕਹਿੰਦਾ ਸਾਡੇ ਤਾਂ ਹਮਲੇ ਹੋਏ ਨੇ ਮੈਨੂੰ ਪਤਾ ਮੈਂ ਹੁਣ ਵੀ ਹਾਈ ਕੋਰਟ 'ਚ ਚਾਰ-ਚਾਰ ਮੁਕੱਦਮੇ ਦਾਇਰ ਕੀਤੇ ਹੋਏ ਆ ਕਿਉਂਕਿ ਪੰਜਾਬ ਪੁਲਿਸ ਤਾਂ ਮੁਕੱਦਮਾ ਹੀ ਨਹੀਂ ਦਾਇਰ ਕਰਦੀ ਸੀ ਕ੍ਰਾਈਮ ਕਰਨ ਤੋਂ ਬਾਅਦ ਵੀ ਤੇ ਉਹ ਕਰਨਾ ਪਿਆ ਚਲੋ ਉਹ ਬੁਰਾ ਦੌਰ ਸੀ ਉਹ ਨਿਕਲ ਗਿਆ ਸਾਡੇ ਪ੍ਰਧਾਨ ਮੰਤਰੀ ਜੀ ਦੀ ਸੂਝ-ਬੂਝ ਕੇ ਉਹਨਾਂ ਨੇ ਕਾਨੂੰਨ ਵੀ ਵਾਪਸ ਲੈ ਲੇ ਅੱਛੇ ਕਾਨੂੰਨ ਹੋਣ ਦੇ ਬਾਵਜੂਦ ਲੈ ਲੇ ਔਰ ਇਹਦੇ ਨਾਲ ਡੈਮੋਕ੍ਰੇਸੀ ਵੀ ਸਟ੍ਰੈਂਥਨ ਹੋਈ ਹੈ ਐਸੀ ਗੱਲ ਨਹੀਂ ਹੈ ਔਰ ਦੂਸਰੀ ਗੱਲ ਜਿਹੜੀ ਇਹਦੇ ਚ ਸਭ ਤੋਂ ਵੱਡੀ ਕਮੀ ਸੀ ਉਹ ਕੀ ਸੀ ਕਿ ਇਹ ਅੰਦੋਲਨ ਨੂੰ ਸਿੱਖ ਵਰਸਸ ਪਹਿਲਾਂ ਸਰਕਾਰ ਬਣਾਉਣਾ ਚਾਹੁੰਦੀ ਸੀ ਭਾਰਤ ਸਰਕਾਰ ਦੁਬਾਰਾ ਸਿੱਖ ਵਰਸਸ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸੀ ਜੀ ਇਹ ਤਾਂ ਮੈਂ ਅਮੇਸ਼ਾ ਜੀ ਦੀ ਸੂਝ-ਬੂਝ ਔਰ ਮੋਦੀ ਜੀ ਦਾ ਦੀ ਸਮਝਦਾਰੀ ਅੱਛੀ ਲੀਡਰਸ਼ਿਪ ਔਰ ਦਿੱਲੀ ਪੁਲਿਸ ਦਾ ਡਿਸਪਲਿਨ ਅਨਸ਼ਾਸਨ ਦਾ ਜੋ ਉਹਨਾਂ ਨੇ ਪਾਲਣ ਕੀਤਾ ਉਹਨਾਂ ਦੇ ਕੋਲ ਲਾਠੀ ਵੀ ਸੀ ਗੋਲੀ ਵੀ ਸੀ ਡੰਡਾ ਵੀ ਸੀ ਸਭ ਸੀ ਉਹਨਾਂ ਨੇ ਅਨਸ਼ਾਸਨ ਚ ਰਹੇ ਕਿਸੇ ਤੇ ਵੀ ਕੋਈ ਕੁਝ ਨਹੀਂ ਕੀਤਾ ਤੁਸੀਂ ਦੇਖੋ ਆ ਬਰਗਾੜੀ ਜਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਦੇਖਿਆ ਤੇ ਉਹਨਾਂ ਤੇ ਗੋਲੀ ਚਲਾ ਕੇ ਸਾਡੀ ਅਸੀਂ ਵੀ ਉਹ ਸਰਕਾਰ ਚ ਭਾਈਵਾਲ ਸੀ ਅਚੀਮਾ ਜੀ ਇੱਥੇ ਸੀਗੇ ਚਲੇ ਗਏ ਤੇ ਦੋ ਲੋਕਾਂ ਦੀ ਹੱਤਿਆ ਕਰਤੀ ਸੀ ਜੀ ਪਰ ਸਾਡੇ ਉਥੇ ਉਹਨਾਂ ਨੇ ਨਾ ਲਾਠੀ ਚਲਾਈ ਨਾ ਗੋਲੀ ਚਲਾਈ 30 ਫੁੱਟ ਤੋਂ ਸ਼ਾਲਾ ਮਾਰਤੀਆਂ ਜੀ ਤੇ ਸਰਕਾਰ ਦੇ ਮੱਥੇ ਤੇ ਜੋ ਕਾਂਗਰਸ ਚਾਹੁੰਦੀ ਸੀ ਜੀ ਕਿ ਉਹ 784 ਵਾਲਾ ਉਤਾਰ ਕੇ ਸਿੱਖਾਂ ਦੀ ਨਸਲ ਕੁਸ਼ੀ ਦਾ ਭਾਜਪੀ ਦੇ ਮੱਥੇ ਤੇ ਲਾ ਦिए ਜਾਂ ਮੋਦੀ ਜੀ ਦੇ ਮੱਥੇ ਤੇ ਲਾ ਦिए ਬਦਨਾਮ ਕਰ ਦिए ਉਹ ਨਹੀਂ ਲੱਗਣ ਦਿੱਤਾ ਔਰ ਉਹਦੇ ਚ ਬਚਾਅ ਹੋ ਗਿਆ ਇਹ ਇੱਕ ਵੱਡੀ ਗੱਲ ਸੀ ਇਹ ਅੰਦੋਲਨ ਦੀ ਵਾਪਸੀ ਜਿਹੜੀ ਹੈ ਇਹ ਜਿਹੜਾ ਕਾਨੂੰਨ ਵਾਪਸ ਹੋਇਆ ਉਹਦਾ ਵੀ ਇੱਕ ਕਾਰਨ ਇਹ ਸੀ ਕਿ ਅਸੀਂ ਉਹਨਾਂ ਨੂੰ ਸਮਝਾ ਨਹੀਂ ਪਾਏ ਕਿਉਂਕਿ ਸਾਡੀ ਪ੍ਰੈਜ਼ੈਂਸ ਨਹੀਂ ਸੀ ਉੱਥੇ ਅਸੀਂ ਮਾਲਵੇ ਦਾ 200 ਕਿਲੋਮੀਟਰ ਦਾ ਇਲਾਕਾ ਜਿੱਥੇ ਚੋਣਾਂ ਹੀ ਲੜਦੇ ਸੀ ਜੀ ਜਦੋਂ ਤੱਕ ਲੋਕਤੰਤਰ ਚ ਤੁਸੀਂ ਇਲੈਕਟਰਲ ਪੋਲਿਟਿਕਸ ਚ ਨਹੀਂ ਜਾਓਗੇ ਜੀ ਤੇ ਚੋਣਾਂ ਚ ਨਹੀਂ ਜਾਓਗੇ ਉਦੋਂ ਤੱਕ ਤੁਹਾਡਾ ਆਧਾਰ ਨਹੀਂ ਬੱਦਦਾ ਜੀ ਸਾਡਾ ਆਧਾਰ ਉੱਥੇ ਪ੍ਰੈਜ਼ੈਂਸ ਜਿਹੜੀ ਇਕੱਠ ਸੀ ਉਹਨਾਂ ਏਰੀਆ ਚ ਉਹਨਾਂ ਏਰੀਆ ਚੋਂ ਇਹ ਅੰਦੋਲਨ ਉੱਠਿਆ ਤੇ ਇਸ ਕਰਕੇ ਇਹ ਸਭ ਵਾਪਰਿਆ ਤੇ ਹੁਣ ਚਲੋ ਉਹ ਜਿਹੜਾ ਕਾਲਾ ਦੌਰ ਸੀ ਉਹ ਨਿਕਲ ਗਿਆ ਸਾਡਾ ਪੰਜਾਬ ਬਚ ਗਿਆ ਤੇ ਮੈਂ ਇਹ ਸਮਝਦਾ ਕਿ ਪੰਜਾਬ ਦਾ ਜੋ ਆਰਥਿਕ ਨੁਕਸਾਨ ਹੋਇਆ ਉਹ ਬਹੁਤ ਬੜਾ ਹੋਇਆ ਜੀ ਸਰ ਗਰੇਵਾਲ ਸਾਹਿਬ ਇਸੇ ਦੇ ਵਿੱਚੋਂ ਇੱਕ ਸਵਾਲ ਉੱਠਦਾ ਵੱਡਾ ਇੱਕ ਦੋਸ਼ ਬੀਜੇਪੀ ਦੀ ਸਰਕਾਰ ਉੱਤੇ ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਲੱਗਦਾ ਜੇਕਰ ਸਮਾਂ ਰਹਿੰਦੇ ਇਹ ਕਾਨੂੰਨ ਵਾਪਸ ਲੈ ਲੈ ਜਾਂਦੇ ਤਾਂ ਉਹ ਜਿਹੜੇ 700 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਜਿਨ੍ਹਾਂ ਨੂੰ ਸ਼ਹੀਦ ਕਿਹਾ ਜਾ ਰਿਹਾ ਹੈ ਕਿ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਉਸ ਚੀਜ਼ ਨੂੰ ਕਿੱਦਾਂ ਸਰ ਕਰੋਗੇ ਚੋਣਾਂ ਬਹੁਤ ਨੇੜੇ ਨੇ 2022 ਦੀਆਂ ਦੇਖੋ ਕੋਈ ਵੀ ਕਿਸੇ ਦੀ ਵੀ ਮੌਤ ਹੋਣਾ ਚਲੇ ਜਾਣਾ ਜਿਹੜਾ ਹੈਗਾ ਬੜਾ ਮੰਦਭਾਗੀ ਘਟਨਾ ਪਰ ਮੈਨੂੰ ਇੱਕ ਗੱਲ ਤੇ ਬੜਾ ਅਫਸੋਸ ਆਉਂਦਾ ਕਿ ਸਾਨੂੰ ਇੱਕ ਤਾਂ ਸ਼ਹੀਦ ਦੀ ਜਿਹੜੀ ਪਰਵਾਸਾ ਨਾ ਉਹ ਜ਼ਰੂਰ ਕਰਨੀ ਪੈਣੀ ਹੈ ਕਿ ਕੀ ਹੁੰਦੀ ਹੈ ਜੀ ਠੀਕ ਹੈ ਨਾ ਜਦੋਂ ਅਸੀਂ ਇੱਕ ਪਾਸੇ ਸਹਿਬਜ਼ਾਦਿਆਂ ਦਾ ਇਤਿਹਾਸ ਦੇਖਦੇ ਹਾਂ ਦੂਜੇ ਪਾਸੇ ਸ਼ਹੀਦ ਐਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਦੇਖਦੇ ਹਾਂ ਉਸ ਤੋਂ ਬਾਅਦ ਅਸੀਂ ਇਹਨੂੰ ਵੀ ਪਰਵਾਸ਼ਿਤ ਉਸਦੇ ਬਰਾਬਰ ਹੀ ਕਰ ਦਿੰਨੇ ਆ ਮੇਰਾ ਖਿਆਲ ਉਹ ਠੀਕ ਨਹੀਂ ਹੈ ਪਰ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਪਰਿਵਾਰਾਂ ਨੂੰ ਉਹ ਜ਼ਰੂਰੀ ਹੈ ਔਰ ਹਮਦਰਦੀ ਹੋਣੀ ਚਾਹੀਦੀ ਹੈ ਉਹ ਵੀ ਜ਼ਰੂਰੀ ਹੈ ਸਾਡੇ ਚਰਨਜੀਤ ਚੰਨੀ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਲਖੀਮਪੁਰ ਖੀਰੀ ਗਏ ਉੱਥੇ 50-50 ਲੱਖ ਦੇ ਕੇ ਆਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇੱਥੇ ਵੀ ਉਹਨਾਂ ਨੂੰ 5-5 ਲੱਖ ਦੀ ਬਜਾਏ 50-50 ਲੱਖ ਦੇਣ ਸੁਪੰਜਾਬ ਦੀ ਸੱਤਾਧਾਰੀ ਪਾਰਟੀ ਕਰੋੜਾ ਰੁਪਏ ਕੰਪਨਸੇਸ਼ਨ ਕਹਿ ਰਹੀ ਹੈ ਸਰਕਾਰੀ ਨੌਕਰੀ ਕਹਿ ਰਹੀ ਹੈ ਉਹਨਾਂ ਪਰਿਵਾਰਾਂ ਨੂੰ ਸੋ ਕੀ ਕਰਨ ਜਾ ਰਹੇ ਹੋ ਤੁਸੀਂ ਹਰਿਆਣੇ ਚ ਵੀ ਮਿਲ ਰਿਹਾ ਉਹਨਾਂ ਨੂੰ ਇਹ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ ਉਹ ਆਇਡੈਂਟੀਫਾਈ ਕਰ ਰਹੇ ਆ ਉਹ ਜ਼ਰੂਰ ਕੰਪਨਸੇਟ ਵੀ ਕਰਨਗੇ ਔਰ ਜਿਹੜੇ ਕੇਸਸ ਆ ਜਿਹੜੇ ਤਾਂ ਕਿਸੇ ਦੀ ਹੱਤਿਆ ਕਰ ਦੇਣਾ ਉਸ ਤਰ੍ਹਾਂ ਦੇ ਆਫੈਂਸਸ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਤਾਂ ਨਹੀਂ ਹੋ ਸਕਦਾ ਪਰ ਬਾਕੀ ਜਿਹੜੇ ਆਮ ਕੇਸਸ ਅੰਦੋਲਨ ਦੇ ਦੌਰਾਨ ਬਣ ਜਾਂਦੇ ਆ 20-20 ਲੋਕਾਂ ਦੇ ਮੁਕੱਦਮੇ ਬਣ ਜਾਂਦੇ ਆ ਕਿਸੇ ਬਸ ਦੇ ਪੱਥਰ ਮਾਰਨ ਤੇ ਜਾਂ ਹੋਰ ਉਹ ਸਾਰੇ ਵਾਪਸ ਹੋ ਰਹੇ ਆ ਵਿਡਰੋ ਹੋ ਰਹੇ ਆ ਗਰਵਲ ਸਾਹਿਬ ਮੈਂ 6 ਮਹੀਨੇ ਪਹਿਲਾਂ ਤੁਹਾਡਾ ਇੱਕ ਇੰਟਰਵਿਊ ਕੀਤਾ ਸੀ ਤੁਸੀਂ ਦਾਵਾ ਕੀਤਾ ਸੀ ਕਿ ਇਹ ਕਾਨੂੰਨ ਵਾਪਸ ਨਹੀਂ ਹੋਣਗੇ ਪਰੰਤੂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਵਾਪਸ ਲਏ ਐਸੀ ਕੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਗਲਤ ਸਾਬਤ ਹੋਣਾ ਪੈ ਗਿਆ ਦੇਖੋ ਮੈਂ ਤਾਂ ਅੱਜ ਵੀ ਕਹਿੰਦਾ ਕਿ ਕਾਨੂੰਨ ਬਹੁਤ ਅੱਛੇ ਸੀ ਔਰ ਇਹ ਕਿਸਾਨ ਦੇ ਹਿੱਤ ਸੀ ਮਗਰ ਵਾਪਸ ਲਏ ਉਹ ਵੀ ਠੀਕ ਹੈ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ पाए ਉਹ ਸਾਡੀ ਗਲਤੀ ਆ ਸਾਡੀ ਉਸ ਏਰੀਆ ਚ ਪ੍ਰੈਜ਼ੈਂਸ ਨਹੀਂ ਸੀ ਜਿਹੜੇ ਕਮਿਊਨਿਸਟ ਨੇ ਜਿਹੜੇ ਬਾਕੀ ਜਥੇਬੰਦੀਆਂ ਨੇ ਉਹ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਜ਼ਿਆਦਾ ਸੀ ਉਹਨਾਂ ਨੇ ਚੁੱਲ੍ਹੇ ਤੱਕ ਅਪਰੋਚ ਕਰ ਲਈ ਤੁਸੀਂ ਇਹ ਦੇਖੋ ਕਿ ਮੇਰਾ ਪਿੰਡ ਧਨੋਲਾ ਹੈਗਾ ਜੀ ਚੋਣ ਹਾਂ ਮੈਂ ਰਾਜਪੁਰੇ ਤੋਂ ਲੜਦਾ ਵਿਧਾਨ ਸਭਾ ਦਾ ਜੀ ਉੱਥੇ ਉਹਨਾਂ ਨੇ ਇੰਨੀ ਜ਼ਿਆਦਾ ਪਹੁੰਚ ਕਰ ਲਈ ਉਗਰਾਹਾ ਜਥੇਬੰਦੀ ਨੇ ਕਿ 25000 ਔਰਤਾਂ ਮੇਰੇ ਘਰ ਦੇ ਬਾਹਰ ਸੀ ਜੀ ਪੰਜ ਲਿਆਂਦੀਆਂ ਔਰ 12.5 ਹਜ਼ਾਰ ਦੇ ਕਰੀਬ ਸੁਰਜੀਤ ਜਾਨੀ ਜੀ ਦੇ ਘਰ ਦੇ ਬਾਹਰ ਸੀ ਫਾਜ਼ਲ ਕਾਚ ਉਹ ਵੀ ਪੰਜ ਲਿਆਂਦੀਆਂ ਸੀ ਉਧਰੋਂ ਜੀ ਪ੍ਰਦਰਸ਼ਨ ਕੀਤਾ ਉਹਨਾਂ ਨੇ ਚਲੋ ਸਾਡੀਆਂ ਤਾਂ ਮਾਵਾ ਪੈਣਾ ਨੇ ਤੇ ਮੈਂ ਸਮਝਦਾ ਕਿ ਉਹ ਸਥਿਤੀ ਮੇਰੇ ਲਈ ਕਿ ਐਸੀ ਹੋਏਗੀ ਕਿਉਂਕਿ ਮੇਰਾ ਛੋਟਾ ਭਰਾ ਯੂਕੇ ਚ ਜੀ ਉਹ ਮੇਰ ਵੀ ਰਿਹਾ ਉੱਥੇ ਤੇ ਉਹਦਾ ਮੈਨੂੰ ਫੋਨ ਆਇਆ ਕਹਿਣ ਲੱਗਾ ਇਹ ਜਿੰਨੀਆਂ ਮਹਿਲਾਵਾਂ ਨੇ ਤੇਰਾ ਸਿਆਪਾ ਕਰਦੀਆਂ ਸੀ ਤੇ ਇਹ ਆਪਣੀਆਂ ਮਾਤਾ ਰਗੀਆਂ ਹੀ ਨੇ ਉਹੀ ਜਿਹੀਆਂ ਹੀ ਨੇ ਤੇ ਇਹਨਾਂ ਨੂੰ ਯਾਰ ਕਿਸ ਤਰ੍ਹਾਂ ਠੀਕ ਕਰ ਮੈਂ ਕਹਾਂ ਮੈਂ ਕਿਸ ਤਰ੍ਹਾਂ ਠੀਕ ਕਰ ਸਕਦਾ ਮੇਰਾ ਆਪਦੀ ਪਾਰਟੀ ਦਾ ਸਟੈਂਡ ਆ ਤੇ ਮੈਨੂੰ ਇਹ ਸਮਝ ਆ ਮੈਂ ਸਮਝਦਾ ਕਾਨੂੰਨ ਬਹੁਤ ਅੱਛੇ ਆ ਮੈਂ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੇ ਨਾਲ ਜਿਹੜੀ ਪਾਰਟੀ 'ਚ ਮੈਂ 32 ਸਾਲ ਤੋਂ ਕੰਮ ਕਰਦਾ ਕੋਈ ਮੈਨੂੰ ਕਹੇ ਤੇਰੇ ਗੋਲੀ ਮਾਰ ਦੇਵਾਂਗੇ ਤੂੰ ਪਾਸੇ ਹੋ ਜਾ ਮੈਂ ਉਹ ਸਮਾਂ ਜਾਣਦਾ ਮੈਨੂੰ ਰਾਤ ਰਾਤ ਹੀ 5 5 7 700 ਫੋਨ ਆਉਂਦੇ ਸੀ ਕਿ ਤੇਰੇ ਕੋਲ ਹੀ ਮਾਰਾਂਗੇ ਜੀ ਮੈਂ ਕਹਿੰਦਾ ਅਸੀਂ ਆਜੋ ਭਾਈ ਤੁਸੀਂ ਕਿਹੜਾ ਸਟੀਲ ਦੇ ਬਣੇ ਹੋ ਜਿੰਨਾ ਕੁ ਮੇਰੇ ਤੋਂ ਹੋ ਮੈਂ ਕਰ ਲਵਾਂ ਤੁਹਾਡੇ ਤੋਂ ਤੁਸੀਂ ਕਰ ਲਿਓ ਜੀ ਤਾਂ ਇਸ ਕਰਕੇ ਇਹ ਸਾਰਾ ਕੰਮ ਦੌਰ ਚੱਲਿਆ ਇਹੋ ਜਿਹਾ ਦੌਰ ਨਹੀਂ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਦੀ ਗੱਲ ਡੈਮੋਕ੍ਰੇਸੀ ਚ ਨਹੀਂ ਹੋਣੀ ਚਾਹੀਦੀ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਹੱਕ ਹੋਣਾ ਚਾਹੀਦਾ ਤੇ ਜੇ ਉਹਦਾ ਹੱਕ ਤੁਸੀਂ ਖਤਮ ਕਰੋ ਤੇ ਉਹ ਵੀ ਅੱਛੀ ਗੱਲ ਨਹੀਂ ਉਹ ਡੈਮੋਕ੍ਰੇਸੀ ਦੀ ਇੱਕ ਤਰ੍ਹਾਂ ਨਾਲ ਹੈਲਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਨਹੀਂ ਹੈਗੀ ਸੋ ਤੁਸੀਂ ਨੈਸ਼ਨਲ ਲੈਵਲ ਦੀ ਪੋਲਿਟਿਕਸ ਦੇ ਨਾਲ ਸੰਬੰਧ ਹੈਗਾ ਤੁਹਾਡਾ ਕੀ ਮੰਨਦੇ ਤੁਸੀਂ ਪੰਜਾਬ ਦੇ ਵਿੱਚ ਯੂਪੀ ਦੇ ਵਿੱਚ ਵੀ ਚੋਣਾ ਹੋਣ ਵਾਲੀਆਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆ ਕੇ ਮੁੱਦੇ ਚੱਕਰੀ ਹੈਗੀ ਆ ਸੱਤਾਧਾਰੀ ਪਾਰਟੀ ਉਹ ਵੀ ਤੁਹਾਡੇ ਤੇ ਦੋਸ਼ ਲਗਾਉਂਦੇ ਆਮ ਆਦਮੀ ਪਾਰਟੀ ਵੀ ਇਹਨਾਂ ਨੂੰ ਕਿਸਾਨੀ ਬਿੱਲਾਂ ਨੂੰ ਲੈ ਕੇ ਤੁਹਾਡੇ ਤੇ ਵੱਡੇ ਦੋਸ਼ ਲਗਾ ਰਹੇ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਬੀਜੇਪੀ ਦਾ ਬਿਲਕੁਲ ਖਤਮ ਹੋ ਚੁੱਕਿਆ ਆਧਾਰ ਪੰਜਾਬ ਦੇ ਵਿੱਚ ਕੀ ਕਹੋਗੇ ਇਹਦੇ ਬਾਰੇ ਤੁਸੀਂ ਉਹ ਬੜੀ ਗਲਤਫਹਿਮੀ ਚ ਨੇ ਹੋਰ ਕੋਲ ਤਾਰ ਜੀ ਸਵਾਲ ਦਾ ਸੰਬੋਧਨ ਸਰ ਉਹ ਬੜੀ ਗਲਤ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਉਹ ਵੀ ਸਾਡੇ ਮੰਚ ਤੇ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਅਗਰੇਵਲ ਸਾਹਿਬ ਤੁਹਾਡੇ ਨਾਲ ਜਿਹੜਾ ਸਵਾਲ ਕੀਤਾ ਗਿਆ ਸੀ ਸੋ ਪਲੀਜ਼ ਉਹਨਾਂ ਨੂੰ ਬੜੀ ਗਲਤਫਹਮੀ ਹੈ ਕਿ ਸਾਡਾ ਆਧਾਰ ਖਤਮ ਹੋ ਚੁੱਕਿਆ ਆ ਕੁਝ ਦਿਨਾਂ ਦੇ ਅੰਦਰ ਹੀ ਉਹਨਾਂ ਨੂੰ ਸਭ ਕੁਝ ਦਿਖਾਈ ਦੇਣਾ ਸ਼ੁਰੂ ਹੋ ਜਾਏਗਾ ਮੈਂ ਅਲੱਗ-ਅਲੱਗ ਗੱਲਾਂ ਤਾਂ ਨਹੀਂ ਦੱਸਣੀਆਂ ਚਾਹੁੰਦੀ ਜਿਸ ਤਰ੍ਹਾਂ ਲੋਕ ਸਾਡੀ ਪਾਰਟੀ 'ਚ ਸ਼ਮੂਲੀਅਤ ਕਰ ਰਹੇ ਆ ਜਿਸ ਤਰ੍ਹਾਂ ਦਾ ਰਿਸਪੌਂਸ ਮੈਨੂੰ ਮਿਲ ਰਿਹਾ ਔਰ ਜਿਸ ਤਰ੍ਹਾਂ ਦਾ ਮੈਂ ਪੰਜਾਬ 'ਚ ਦੇਖ ਰਿਹਾ ਅੱਜ ਵੀ ਮੇਰੇ ਖਾਲ ਕੋਈ ਬੜੀ ਪਰਸਨੈਲਿਟੀ ਸ਼ਾਮਲ ਹੋ ਰਹੀ ਹੈ ਦਿੱਲੀ 'ਚ ਔਰ ਆਉਣ ਵਾਲੇ ਦਿਨਾਂ 'ਚ ਮੈਂ ਤਾਂ ਖੁਦ ਹੈਰਾਨ ਹੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜੀ ਧਾਰਮਿਕ ਜਥੇਬੰਦੀ ਹੈ ਅਸੀਂ ਉਸ ਨੂੰ ਤੋੜਨਾ ਵੀ ਨਹੀਂ ਚਾਹੁੰਦੇ ਜੀ ਪਰ ਬਹੁਤ ਸਾਰੇ ਮੈਂਬਰ ਜਿਹੜੇ ਆ ਬੀਜੇਪੀ ਸ਼ਮੂਲੀਅਤ ਕਰਨਾ ਚਾਹੁੰਦੇ ਆ ਤਾਂ ਉਹਦੇ ਸਾਡਾ ਤਾਂ ਕੋਈ ਕਸੂਰ ਨਹੀਂ ਹੈ ਜੀ ਇਸੇ ਤਰ੍ਹਾਂ ਜੇ ਬੀਜੇਪੀ ਅੱਛੀ ਲੱਗਦੀ ਆ ਸਾਡੇ ਪ੍ਰਧਾਨ ਮੰਤਰੀ ਅੱਛੇ ਲੱਗਦੇ ਆ ਤਾਂ ਅਦੀ ਤਾ ਕਰਦੇ ਆ ਇਸ ਇਸ ਮੁਲਕ ਦੇ ਮੈਂ ਇੱਕ ਗੱਲ ਕਹਿ ਕੇ ਫਿਰ ਕੁਲਤਾਰ ਸਿੰਘ ਹਣੀ ਦੱਸ ਦੇਣਗੇ ਇਸ ਮੁਲਕ ਦਾ ਰਾਸ਼ਟਰਪਤੀ ਵੀ ਸਿੱਖ ਰਿਹਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ 84 ਦੀ ਨਸਲ ਕੁਸ਼ੀ ਦਾ ਕਿਸੇ ਨੇ ਇਨਸਾਫ ਨਹੀਂ ਦਿੱਤਾ ਕਿਸੇ ਨੇ ਗੱਲ ਨਹੀਂ ਕੀਤੀ ਜੀ ਕੇਸ ਬੰਦ ਹੋ ਗਏ ਸੀ ਮੋਦੀ ਜੀ ਨੇ ਦੁਬਾਰਾ ਸਿੱਟ ਬਣਾ ਕੇ ਕੇਸ ਖੋਲੇ ਉਹਦਾ ਪੂਰਾ ਇਨਸਾਫ ਤਾਂ ਨਹੀਂ ਮਿਲ ਸਕਦਾ ਜੀ ਉਹ ਜਿਹੜਾ ਨਸਲ ਕੁਸ਼ੀ ਸੀਗੀ ਸਿੱਖਾਂ ਦੀ ਜੀ ਜੀ ਕਿਉਂਕਿ ਤਿੰਨ ਦਿਨ ਲਗਾਤਾਰ ਚੱਲੀ ਬੇਰੋਕ ਟੋਕ ਚੱਲੀ ਔਰ ਇੱਕ ਵੀ ਦੰਗਾ ਕਰਨ ਵਾਲਾ ਨਸਲ ਕੁਸ਼ੀ ਕਰਨ ਵਾਲਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਇੱਕ ਵੀ ਮੁਕਤਵਾ ਦਰਜ ਨਹੀਂ ਹੋਇਆ ਜੀ ਜੇ ਗੁਜਰਾਤ ਚ ਦੰਗੇ ਹੋਏ ਤਾਂ ਸਿਰਫ 7 ਜ਼ਿਲ੍ਹਿਆਂ ਚ ਹੋਏ ਬੇਰੋਕ ਟੋਕ ਨਹੀਂ ਹੋਏ 175 ਲੋਕ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸਾਡੀ ਕੈਬਨਿਟ ਮਿਨਿਸਟਰ ਸੀ ਮਾਇਆ ਕੋਡਨਾਨੀ ਜੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਮੁਕਦਮੇ ਵੀ ਦਰਜ ਹੋਏ ਤਾਂ ਇਹੋ ਜਿਹਾ ਖਾਲਸਾ ਤੇ ਜਿਹੜਾ ਜ਼ੁਲਮ ਹੋਇਆ ਔਰ ਇਸ ਇਹੋ ਜੀ ਜਿਹੜੀ ਗੱਲ ਹੋਈ ਉਸ ਦੀ ਸਜ਼ਾ ਵੀ ਨਾ ਮਿਲੇ ਸਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਕੇ ਸਹਯਾਤ ਦਲਵਾਈ ਹੈ ਤੇ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਔਰ ਪਹਿਲਾਂ ਮੈਂ ਦੱਸਿਆ ਕਿ 300 ਤੋਂ ਜ਼ਿਆਦਾ ਲੋਕ ਸੀ ਜਿਹੜੇ ਬਲੈਕਲਿਸਟ ਸੀਗੇ ਸਿੱਖ ਜਿਹੜੇ 35-35 ਸਾਲ ਤੋਂ ਜ਼ਿਆਦਾ ਸਮਾਂ ਘਰਾਂ 'ਚ ਨਹੀਂ ਸੀ ਆ ਪਾਰੇ ਕਿਸੇ ਨੇ ਮੰਗ ਨਹੀਂ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਇਹਨਾਂ ਨੇ ਬਿਨਾਂ ਕਹੇ ਤੋਂ ਉਹ ਬਲੈਕਲਿਸਟ ਖਤਮ ਕੀਤੀ ਜੀ ਔਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ 70 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਉਹਨਾਂ ਅਰਦਾਸਾਂ ਨੂੰ ਬੂਰ ਪਿਆ ਨਰਿੰਦਰ ਮੋਦੀ ਜੀ ਨੇ ਕੋਰੀਡੋਰ ਖੁਲਵਾਇਆ ਔਰ ਉਸ ਤੋਂ ਬਾਅਦ ਉਹ ਬੰਦ ਕਰਨਾ ਪਿਆ ਕੋਵਿਡ ਦੀ ਵਜ੍ਹਾ ਕਰਕੇ ਮਹਾਮਾਰੀ ਦੀ ਵਜ੍ਹਾ ਕਰਕੇ 110 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਵਾ ਕੇ ਸੁਰੱਖਿਅਤ ਕਰਕੇ ਫਿਰ ਦੁਬਾਰਾ ਕੋਰੀਡੋਰ ਖੋਲਿਆ ਜਿਹੜਾ ਕਹਿੰਦੇ ਸੀ ਖੁੱਲ ਨਹੀਂ ਰਿਹਾ ਖੁੱਲ ਨਹੀਂ ਰਿਹਾ ਉਹ ਖੋਲਿਆ ਇਸ ਕਰਕੇ ਇਹੋ ਜਿਹਾ ਪ੍ਰਧਾਨ ਮੰਤਰੀ ਉਹਨਾਂ ਨੂੰ ਦੇਖ ਕੇ ਕਿ ਇਹ ਖਾਲਸਾ ਦੇ ਹਿੱਤ ਆ ਪੰਜਾਬ ਦੇ ਹਿੱਤ ਆ ਪੰਜਾਬੀਆਂ ਦੇ ਸੋ ਗਰੇਵਾਲ ਸਾਹਿਬ ਰੋਕਣਾ ਚਾਹਾਂਗਾ ਤੁਸੀਂ ਪੋਜ਼ਿਟਿਵ ਗੱਲਾਂ ਗਣਾਈਆਂ ਬੀਜੇਪੀ ਨੇ ਪ੍ਰਧਾਨ ਮੰਤਰੀ ਜੀ ਨੇ ਆ ਕੁਝ ਕੀਤਾ ਪਰੰਤੂ ਅੱਜ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਬੀਜੇਪੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੀ ਆ ਲੋਕ ਬੀਜੇਪੀ ਨੂੰ ਬਣੰਦੇ ਰਹੇ ਨੇ ਬਾਕੀ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਬੀਜੇਪੀ ਬਾਰੇ ਪਹਿਲਾਂ ਸਮਝਣਾ ਪਊਗਾ ਦੋ ਹੀ ਕੈਡਰ ਬੇਸਡ ਆਰਗੇਨਾਈਜੇਸ਼ਨ ਨੇ ਕਮਿਊਨਿਸਟ ਭਾਰਤੀ ਕਮਿਊਨਿਸਟ ਪਾਰਟੀ ਔਰ ਭਾਰਤੀ ਜਨ ਸੰਗ ਅੱਜ ਭਾਰਤੀ ਜਨਤਾ ਪਾਰਟੀ ਠੀਕ ਹੈ ਸਾਡਾ ਜਿਹੜਾ ਕੈਡਰ ਦਾ ਅਸੀਂ ਨਿਰਮਾਣ ਕਰਦੇ ਆਂ, ਕਾਰਜਕਰਤਾ ਦਾ ਨਿਰਮਾਣ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਔਰ ਉਹ ਸਾਡਾ ਚੱਲਦਾ ਰਹਿੰਦਾ ਔਰ ਮੈਂ ਇੱਕ ਤੁਹਾਨੂੰ ਅੱਜ ਹੋਰ ਦੱਸ ਦਿੰਨਾ ਬੂਥ ਹੀ ਚੋਣ ਜਿੱਤਦਾ ਬੂਥ ਹੀ ਚੋਣ ਲੜਦਾ ਬੂਥ ਹੀ ਚੋਣ ਹਾਰਦਾ ਸਾਡੀਆਂ ਬੂਥ ਕਮੇਟੀਆਂ ਸਾਰੀਆਂ ਬਣ ਗਈਆਂ ਜੀ ਔਰ ਸਾਡੇ ਮੰਡਲ ਸਾਰੇ ਬਣ ਗਏ, ਜ਼ਿਲ੍ਹਾ ਸਾਰੇ ਬਣ ਗਏ ਅਸੀਂ ਇਸ ਟਾਈਮ ਦੇ ਅੰਦਰ ਜਿਹਦੇ 'ਚ ਸਾਡੇ ਤੇ ਹਮਲੇ ਹੁੰਦੇ ਸੀ ਜੀ ਅਸੀਂ ਕੰਮ ਬੰਦ ਕਮਰਿਆਂ ਦੇ ਅੰਦਰ ਮੀਟਿੰਗਾਂ ਕਰਦੇ ਰਹੇ ਉਹ ਸੰਤਾਬ ਮੈਂ ਉਹਨਾਂ ਵਰਕਰਾਂ ਨੂੰ ਮੇਰੇ ਨੂੰ ਨਮਨ ਕਰਦਾ ਜੀ ਜਿਨ੍ਹਾਂ ਤੇ ਲਾਠੀ ਚੱਲੀ ਗੋਲੀ ਚੱਲੀ ਉਹਨਾਂ ਦੇ ਅਦਾਰੇ ਬੰਦ ਹੋਏ ਉਹਨਾਂ ਤੇ ਜ਼ੁਲਮ ਹੋਏ ਉਹ ਕਿੰਨੇ ਤਿਆਗੀ ਤਪਸਵੀ ਨੇ ਜਿਹੜੇ ਸਾਡੇ ਨਾਲ ਖੜੇ ਰਹੇ ਔਰ ਮੈਂ ਸਮਝਦਾ ਕਿ ਇਹੋ ਜੇ ਕਾਰਜਕਰਤਾ ਜਿਹੜੇ ਸੰਗਠਨ ਕੋਲ ਹੋਣ ਉਹਨੂੰ ਕੋਈ ਇਹ ਕਹਦੇ ਕਿ ਉਹਦੀ ਕੋਈ ਪ੍ਰੈਜ਼ੈਂਸ ਨਹੀਂ ਹੈ ਉਹ ਚੋਣ ਨਹੀਂ ਲੜ ਸਕਦਾ ਜਦੋਂ ਭਾਰਤੀ ਜਨ ਸੰਘ ਸੀ ਅਸੀਂ ਸਾਨੂੰ ਪਤਾ ਹੁੰਦਾ ਸੀ ਕਿ ਸਾਨੂੰ 500 ਵੋਟ ਪੈਣੀ ਹੈ ਸਾਨੂੰ 1000 ਵੋਟ ਪੈਣੀ ਹੈ ਅਸੀਂ ਉਸ ਵੇਲੇ ਵੀ ਜਿੱਤਣ ਦੇ ਮੂਰਚੇ ਲੜਦੇ ਸੀ ਉਹੀ ਤਰੀਕਾ ਸੀ ਸਾਡਾ ਹਰਨ ਦੇ ਬਾਬਿ ਜੇ ਉਦੋਂ ਅਸੀਂ ਇਸ ਤਰ੍ਹਾਂ ਨਾ ਸੰਘਰਸ਼ ਕੀਤਾ ਹੁੰਦਾ ਤੇ ਤਦ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਇਆ ਹੁੰਦਾ ਔਰ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਵੀ ਨਾ ਹੁੰਦਾ ਮੈਂਬਰਸ਼ਿਪ ਦੀ ਸਟਰੈਂਥ ਦੇ ਹਿਸਾਬ ਨਾਲ ਔਰ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਕਿ ਇਹ ਤੇ ਫਖਰ ਕਰਨਾ ਕਿ ਹਰ ਕਾਰਜਕਰਤਾ ਦਾ ਧਰਮ ਬਣਦਾ ਕਿ ਅਸੀਂ ਲੋਕਾਂ ਦੇ ਹਿੱਤ ਚ ਕੰਮ ਕਰਦੇ ਆ ਸਾਡੀ ਪ੍ਰੈਜ਼ੈਂਸ ਸਭ ਜਗ੍ਹਾ ਆਉਣ ਵਾਲੇ ਦਿਨਾਂ ਚ ਇਹ ਸਾਡਾ ਜਿਹੜਾ ਚੱਲ ਰਿਹਾ ਬਿਆਨ ਇਹ ਸਾਰਿਆਂ ਦੇ ਸਾਹਮਣੇ ਆ ਜਾਣਾ ਔਰ ਅੱਜ ਕੁਝ ਲੋਕ ਤਾਂ ਕਹਿਣਾ ਸ਼ੁਰੂ ਹੋ ਗਏ ਨੇ ਔਰ ਮੈਨੂੰ ਮੇਰਾ ਖਿਆਲ ਆ ਪੰਜਾਬ ਚੋਂ ਇੰਨੇ ਜਿਆਦਾ ਫੋਨ ਆ ਰਹੇ ਆ ਕਿ ਅਸੀਂ ਸ਼ਾਮਲ ਹੋਣਾ ਜੀ ਅਸੀਂ ਸ਼ਾਮਲ ਹੋਣਾ ਅਸੀਂ ਸੋਚਦੇ ਕਿਹਨੂੰ ਕਰੀਏ ਕਿਹਨੂੰ ਛੱਡੀਏ ਤੇ ਜਿਹੜੇ ਸਾਡੀ ਵਿਚਾਰਧਾਰਾ ਨੂੰ ਮੰਨਣਗੇ ਸਾਡੀ ਲੀਡਰਸ਼ਿਪ ਨੂੰ ਮੰਨਣਗੇ ਉਹ ਸਾਡੇ ਸ਼ਮੂਲੀਅਤ ਕਰਨਗੇ ਔਰ ਉਹਨਾਂ ਨੂੰ ਅਸੀਂ ਵੈਲਕਮ ਵੀ ਕਰ ਸਰ ਸ਼ਾਮਲ ਕਰਨ ਦੀ ਗੱਲ ਤੋਂ ਯਾਦ ਆਇਆ ਸੁਖਬੀਰ ਬਾਦਲ ਜੀ ਦੀ ਉਹ ਬਿਆਨ ਯਾਦ ਆ ਗਿਆ ਮੈਨੂੰ ਉਹਨਾਂ ਨੇ ਦੋਸ਼ ਲਗਾਏ ਨੇ ਸਿਰਸਾ ਸਾਹਿਬ ਨੂੰ ਦੋ ਰਸਤੇ অপਸ਼ਨ ਦਿੱਤੇ ਗਏ ਆ ਜਾਂ ਜੇਲ ਜਾਂ ਬੀਜੇਪੀ ਉਹਦੇ ਬਾਰੇ ਕੀ ਕਹੋਗੇ ਫਿਰ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੀ ਅਸੀਂ ਕਹਿ ਸਕਦੇ ਸੀ ਇਹ ਜਾਂ ਜੇਲ ਜਾਂ ਬੀਜੇਪੀ ਕਿਉਂਕਿ ਉਹਨਾਂ ਨੇ ਵੀ ਕੰਮ ਤਾਂ ਬਹੁਤ ਚੰਗੇ ਕੀਤੇ ਹੋਏ ਆ ਇਸ ਲਈ ਇਦਾਂ ਦੀ ਗੱਲ ਕੋਈ ਨਹੀਂ ਬੀਜੇਪੀ ਕਰਦੀ ਔਰ ਬੀਜੇਪੀ ਦੀ ਵਿਚਾਰਧਾਰਾ ਨੂੰ ਮੰਨ ਕੇ ਜਿਹਨੇ ਆਉਣਾ ਹੋਵੇ ਉਹ ਆਵੇ ਸਿਰਸਾ ਸਾਹਿਬ ਨੇ ਕੀ ਕਿਹਾ ਸਿਰਸਾ ਸਾਹਿਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿੱਖਾਂ ਦੇ ਖਾਲਸਾ ਦੇ ਹਿੱਤ ਚ ਕੰਮ ਕਰਦੇ ਆ ਪੰਜਾਬੀਆਂ ਦੇ ਹਿੱਤ ਚ ਕਰਦੇ ਆ ਅੱਜ ਅਕਾਲੀ ਦਲ ਨਾ ਤਾਂ ਖਾਲਸਾ ਦੀ ਲੜਾਈ ਲੜ ਰਿਹਾ ਨਾ ਹੀ ਅਕਾਲੀ ਦਲ ਪੰਜਾਬੀਆਂ ਦੀ ਲੜਾਈ ਲੜ ਰਿਹਾ ਅਕਾਲੀ ਦਲ ਤਾਂ ਪਰਵਾਰਿਕ ਪਾਰਟੀ ਆ ਜਦੋਂ ਇਹ ਪਰਵਾਰਿਕ ਪਾਰਟੀਆਂ ਸੱਤਾ ਚ ਆਉਂਦੀਆਂ ਨੇ ਇਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੀਆਂ ਨੇ ਸਟੇਟ ਦਾ ਵਿਕਾਸ ਨਹੀਂ ਕਰਦੀਆਂ ਉਹਦੇ ਲਈ ਇਹ ਸੰਘਰਸ਼ ਸਾਡੇ ਤੋਂ ਵੀ ਜ਼ਿਆਦਾ ਕਰਦੇ ਨੇ ਕਿਉਂਕਿ ਇਹਨਾਂ ਦੀ ਆਪਣੀ ਲੜਾਈ ਹੁੰਦੀ ਆ ਹੁਣ ਜੇ ਮੈਂ ਆਪਣੀ ਜ਼ਮੀਨ ਲਈ ਲੜਾਈ ਲੜਨੀ ਹੋਵੇ ਤਾਂ ਮੈਂ ਉੱਥੇ ਪੂਰਾ ਕੰਮ ਕਰੂੰਗਾ ਮਜ਼ਦੂਰੀ ਵੀ ਕਰੂੰਗਾ ਕਿਸਾਨ ਆਲਾ ਸਾਰਾ ਕੰਮ ਕਰੂੰਗਾ ਤੇ ਇਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਮਜੀਠੀਆ ਸਾਹਿਬ ਇੱਕੋ ਪਰਿਵਾਰ ਆ ਇਹ ਤਾਂ ਅਬਦੀ ਲੜਾਈ ਲੜ ਰਹੇ ਆ ਪਰਿਵਾਰ ਦੀ ਇਹ ਪੰਜਾਬ ਦੀ ਲੜਾਈ ਨਹੀਂ ਹੈ ਖਾਲਸਾ ਦੀ ਲੜਾਈ ਨਹੀਂ ਹੈ ਪੰਜਾਬ ਦੀਆਂ ਮੰਗਾਂ ਦੀ ਲੜਾਈ ਨਹੀਂ ਹੈ ਉਹ ਤਾਂ ਜਿੰਨੀਆਂ ਗੱਲਾਂ ਕਰਦੇ ਨੇ ਇਸ ਕਰਕੇ ਕਰਦੇ ਆ ਕਿ ਸੱਤਾ ਲੈਣੀ ਆ ਔਰ ਕਾਂਗਰਸ ਦਾ ਵੀ ਮੈਂ ਦੱਸ ਦਿੰਨਾ ਕਿ ਜਦੋਂ ਕਾਂਗਰਸ ਸੱਤਾ ਚਾਹੁੰਦੀ ਹੈ ਚਾਹੇ ਵਿਧਾਇਕ ਤੁਸੀਂ 90 ਬਣਾ ਦਿਓ ਐਮ ਐਲ ਏ ਸਿਰਫ 27 ਪਰਿਵਾਰ ਨੇ ਜਿਹੜੇ ਰਾਜ ਕਰਦੇ ਆ ਇਹ ਪਰਿਵਾਰਾਂ ਦੀਆਂ ਪਾਰਟੀਆਂ ਨੇ ਔਰ ਬੀਜੇਪੀ ਇੱਕ ਐਸੀ ਪਾਰਟੀ ਆ ਜਿਦੇਚ ਆਮ ਸਧਾਰਨ ਕਿਸਾਨ ਸਧਾਰਨ ਮਜ਼ਦੂਰ ਸਧਾਰਨ ਦਲਿਤ ਮੁੱਖ ਮੰਤਰੀ ਵੀ ਹੋ ਸਕਦਾ ਪ੍ਰਧਾਨ ਮੰਤਰੀ ਵੀ ਹੋ ਸਕਦਾ ਮਨਿਸਟਰ ਵੀ ਹੋ ਸਕਦਾ ਉਸ ਤਰੀਕੇ ਨਾਲ ਅਸੀਂ ਲੜ ਰਹੇ ਆ ਔਰ ਅਸੀਂ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆ ਇਕਾਤਮ ਮਨਵ ਦਰਸ਼ਨ ਜੋ ਕੁਪੁਰਸ਼ ਦੀਨ ਦੇ ਆਲੋ ਪਦਯਾ ਜੀ ਨੇ ਸਾਨੂੰ ਦਿੱਤੀ ਉਹ ਕੀ ਆ ਕਿ ਜਿਹੜਾ ਆਖਰੀ ਵਿਅਕਤੀ ਆ ਜਿਹਦੇ ਸਿਰ ਤੇ ਛੱਤ ਨਹੀਂ ਜਿਹਦੇ ਤਨ ਨੂੰ ਕੱਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ ਉਦੋਂ ਤੱਕ ਇਸ ਦੇਸ਼ ਸਮਾਜ ਦਾ ਭਲਾ ਨਹੀਂ ਹੋ ਸਕਦਾ ਅਸੀਂ ਕਰੋੜਾ ਵਰਕਰ ਜਿਹੜੇ ਸਿਰ ਜੋੜ ਕੇ ਬੈਠਦੇ ਆ ਕਿਸੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਨਹੀਂ ਬੈਠਦੇ ਕਿਸੇ ਨੂੰ ਮੁੱਖ ਮੰਤਰੀ ਬਣਾਉਣ ਲਈ ਨਹੀਂ ਬੈਠਦੇ ਅਸੀਂ ਉਹਨਾਂ ਲੋਕਾਂ ਲਈ ਬੈਠਦੇ ਆ ਉਹ ਸਾਡਾ ਵਿਚਾਰ ਆ ਇੱਕ ਵਿਚਾਰਤਾ ਰਕਤ ਸੰਗਠਨਾ ਸਾਡਾ ਜਿਹਨੂੰ ਸਾਡੀ ਵਿਚਾਰਤਾ ਰਾ ਪਸੰਦ ਹੋਵੇ ਸਾਡੇ ਨਾਲ ਜੁੜੇ ਮੈਂ ਤਾਂ ਹੁਣ ਵੀ ਕਹਣਾ ਕਿ ਜਿਹਨੂੰ ਸਾਡੀ ਵਿਚਾਰਤਾ ਰ ਤੇ ਸਾਡੀ ਲੀਡਰਸ਼ਿਪ ਨਾ ਪਸੰਦ ਹੋਵੇ ਉਹ ਸਾਡੇ ਨਾਲ ਬਿਲਕੁਲ ਨਾ ਜੁੜੇ ਇਸ ਕਰਕੇ ਅਸੀਂ ਆਪਣੇ ਰਸਤੇ ਤੇ ਚੱਲਣ ਵਾਲੇ ਲੋਕਾਂ ਹਾਂ ਔਰ ਸਾਡਾ ਰਸਤਾ ਸਭ ਤੋਂ ਵਧੀਆ ਇਸ ਕਰਕੇ ਮੈਂ ਉਸ ਤੇ ਫਖਰ ਕਰ ਸਕਦਾ ਇਸੇ ਲਈ ਚਲਦੀਆਂ ਗੋਲੀਆਂ ਚ ਚਲਦੇ ਹਮਲਿਆਂ ਚ ਲਾਠੀਆਂ ਚ ਸਾਡੇ ਵਰਕਰ ਖੜੇ ਰਹਿੰਦੇ ਆ ਔਰ ਕਸ਼ਮੀਰ ਦੇ ਅੰਦਰ ਵੀ 26 ਵਿਧਾਨ ਸਭਾ ਦੀਆਂ ਸੀਟਾਂ ਸੀ ਸਾਡੇ ਹਰ ਵਾਰ 5-7 ਕੈਂਡੀਡੇਟ ਸ਼ਹੀਦ ਕੀਤੇ ਜਾਂਦੇ ਸੀ ਫਿਰ ਵੀ ਅਸੀਂ ਉਸੇ ਚੋਣ ਲੜਦੇ ਸੀ ਫਿਰ ਵੀ ਅਸੀਂ ਉੱਥੇ ਇੱਕ ਸਰਕਾਰਾਂ ਬਣਾਉਣ ਚ ਵੀ ਕਾਮਯਾਬ ਹੋਏ ਔਰ ਬਾਕੀ ਜਗ੍ਹਾ ਵੀ ਇਸ ਤਰ੍ਹਾਂ ਹੀ ਕੰਮ ਕਰ ਰਹੇ ਆ ਇਹ ਇਸ ਪਾਰਟੀ ਇਦਾਂ ਹੀ ਚੱਲਣ ਵਾਲੀ ਪਾਰਟੀ ਐ ਜੇ ਕੋਈ ਸੋਚੇ ਸਾਡੀ ਪ੍ਰੈਜ਼ੈਂਸ ਪੰਜਾਬ ਚ ਨਹੀਂ ਹੈ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਊਗਾ ਮੈਂ ਕੋਈ ਫਖਰ ਨਾਲ ਨਹੀਂ ਕਹਿ ਰਿਹਾ ਅਸੀਂ ਸੇਵਾ ਦੇ ਲਈ ਆਉਣਾ ਅਸੀਂ ਕੋਈ ਇਸ ਕਰਕੇ ਨਹੀਂ ਆਉਣਾ ਹੈਗਾ ਕਿ ਅਸੀਂ ਹਾਕਮ ਬਣ ਕੇ ਆਉਣਾ ਅਸੀਂ ਪਰਿਵਾਰਾਂ ਦੀ ਲੁੱਟ ਕਰਨ ਆਉਣਾ ਅਸੀਂ ਸਧਾਰਨ ਲੋਕਾਂ ਨੂੰ ਸੱਤਾ ਦੇਾਂਗੇ ਸਧਾਰਨ ਲੋਕ ਇਹਦੇ ਚਾਹਣਗੇ ਜਿਹੜੇ ਵਿਚਾਰਤਾਰਕ ਹੋਣਗੇ ਜਿਹੜੇ ਉਹਨਾਂ ਲੋਕਾਂ ਦੀ ਗਰੀਬਾਂ ਦੀ ਸੇਵਾ ਕਰਨ ਲਈ ਹੋਣਗੇ ਇੰਨਾ ਹੀ ਮੈਂ ਕਹਾਂ ਸੁ ਕੈਂਡੀਡੇਟਸ ਦੀ ਘੋਸ਼ਣਾ ਕਦੋਂ ਕਰਨ ਜਾ ਰਹੇ ਹੋ 117 ਹਲਕੇ ਨੇ 2022 ਬਹੁਤ ਨੇੜੇ ਹੈਗਾ ਪਿੰਡਾ ਬਹੁਤ ਘਟ ਹੈਗਾ ਤੁਸੀਂ ਉਹ ਕਿਦਾਂ ਸਰ ਕਰੋਗੇ ਜੀ ਅਜੇ ਤੱਕ ਸਾਡੇ ਗਠਵੰਦਨ ਦੀ ਗੱਲ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਔਰ ਢੀਂਸਾ ਜੀ ਦਾ ਦਲ ਔਰ ਸਾਡੀ ਪਾਰਟੀ ਅਸੀਂ ਉਸ ਗਠਵੰਦਨ ਦੇ ਸਭ ਤੋਂ ਵੱਡੇ 파ਰਟਨਰ ਆ ਤੇ ਆਉਣ ਵਾਲੇ ਟਾਈਮ ਚ ਇਹ ਬੀਜੇਪੀ ਦਾ ਗਠਵੰਦਨ ਜਿਹੜਾ ਸਭ ਤੋਂ ਬੜੀ ਰਾਜਨੀਤਿਕ ਧਿਰ ਹੋਏਗਾ ਪੰਜਾਬ ਦੀ ਮੈਂ ਜੋਤਸ਼ੀ ਤਾਂ ਹੈ ਨਹੀਂ ਕਿ ਮੈਂ ਦੱਸਾਂ ਕਿ ਕਿੰਨੀਆਂ ਸੀਟਾਂ ਜਿੱਤਾਂਗੇ ਉਹ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਉਂਦਾ ਉਹ ਦੱਸ ਦੇਣਗੇ ਮੈਂ ਤਾਂ ਸਿਰਫ ਇਹੀ ਦੱਸ ਸਕਦਾ ਕਿ ਅਸੀਂ ਸਭ ਤੋਂ ਵੱਡੀ ਰਾਜਨੀਤਿਕ ਤਿਰ ਹੋਵਾਂਗੇ ਪੰਜਾਬ ਦੀ ਔਰ ਸਾਨੂੰ ਕੋਈ ਨਹੀਂ ਇਸ ਤੋਂ ਰੋਕ ਸਕਦਾ ਪੰਜਾਬ ਦੀ ਜਨਤਾ ਦਾ ਸਾਨੂੰ ਆਸ਼ੀਰਵਾਦ ਮਿਲੂਗਾ ਔਰ ਜਗਾ ਜਗਾ ਮਿਲੂਗਾ ਮੈਂ ਅਜੇ ਇੱਕ ਹੋਰ ਗੱਲ ਦੱਸ ਦੇਣਾ ਜੀ ਜੇ ਸਾਡੇ ਤੇ ਜ਼ੁਲਮ ਵੀ ਕਰਨਗੇ ਸਾਨੂੰ ਅਗਰ ਤੁਸੀਂ ਐਲਨਾਬਾਧ ਚ ਦੇਖਿਆ ਜੀ ਸਾਨੂੰ 15 ਪਿੰਡਾਂ ਚ ਬੜ ਨਹੀਂ ਦਿੱਤਾ ਜੀ ਸਾਡਾ ਵਿਰੋਧ ਕੀਤਾ ਉੱਥੇ ਗੁੰਡਿਆਂ ਨੇ ਉਸ ਦੇ ਬਾਵਜੂਦ ਵੀ ਉਹਦੇ ਚ 10 ਪਿੰਡਾਂ ਚ ਅਸੀਂ ਜਿੱਤੇ ਆ ਸਾਡੇ ਬੂਥ ਵੀ ਨਹੀਂ ਸੀ ਲੱਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਣ ਵਾਲਾ ਇਹ ਮੈਂ ਤੁਹਾਨੂੰ ਅੱਜ ਦੱਸ ਰਿਹਾ ਆ ਆਉਣ ਵਾਲੀ ਹਵਾ ਦੱਸ ਰਹੀ ਹੈ ਪੰਜਾਬ ਦੀ ਕਿ ਕੀ ਹੋਣ ਵਾਲਾ ਇੱਥੇ ਤੇ ਇਹ ਜਿਹੜੇ ਲੋਕ ਕਹਿੰਦੇ ਆ ਨਾ ਕਿ ਬੀਜੇਪੀ ਬਹੁਤ ਆਸਾਨ ਆ ਇਹਨੂੰ ਅਸੀਂ ਡਰਾ ਕੇ ਭਜਾ ਦੇਾਂਗੇ ਇਹਨੂੰ ਅਸੀਂ ਢੁਲਾ ਦੇਾਂਗੇ ਉਹ ਬਹੁਤ ਗਲਤ ਫਹਿਮੀ 'ਚ ਨੇ ਅਸੀਂ ਤਾਂ ਜ਼ੁਲਮ ਦਾ ਸਾਹਮਣਾ ਕਰਨਾ ਔਰ ਜ਼ੁਲਮ ਸਹਿਣਾ ਆਪਣੇ ਤੇ ਸਹਿ ਲੈਣਾ ਪਰ ਲੋਕਤੰਤਰ ਨੂੰ ਮਜ਼ਬੂਤ ਕਰਨਾ ਸੋ ਸੰਧਵਾ ਸਾਹਿਬ ਗੱਲਬਾਤ ਕਰਾਂਗੇ ਸੰਧਵਾ ਸਾਹਿਬ ਨਾਲ ਉਸ ਤੋਂ ਪਹਿਲਾਂ ਇੱਕ ਆਖਰੀ ਸਵਾਲ ਤੁਸੀਂ ਕੀ ਸਮਝਦੇ ਹੋ ਆਮ ਆਦਮੀ ਪਾਰਟੀ ਦਾ ਕੀ ਆਧਾਰ ਹੈਗਾ ਪੰਜਾਬ ਦੇ ਵਿੱਚ ਕਿਉਂਕਿ ਕੇਜਰੀਵਾਲ ਸਾਹਿਬ ਕੱਲ ਫੇਰ ਆ ਰਹੇ ਨੇ ਪੰਜਾਬ ਦੌਰੇ ਤੇ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਬੀਜੇਪੀ ਵਾਲਿਆਂ ਨੂੰ ਮੈਂ ਵੀ ਲੀਡਰਸ਼ਿਪ ਦੇ ਅੰਦਰ ਬੈਠਣਾ ਮੈਂ ਉਹਨਾਂ ਨੂੰ ਕਿਉਂਕਿ ਸਾਡੇ ਤਾਂ ਸਮੂਹਿਕ ਲੀਡਰਸ਼ਿਪ ਹੁੰਦੀ ਹੈ ਇੱਕ ਵਿਅਕਤੀ ਦੀ ਨਹੀਂ ਹੁੰਦੀ ਤੇ ਮੈਂ ਉਹਨਾਂ ਨੂੰ ਇੱਕੋ ਸਲਾਹ ਦਿੱਤੀ ਵੀ ਆਪਾਂ ਕੋਈ ਵੀ ਝੂਠਾ ਵਾਅਦਾ ਗਲਤ ਵਾਅਦਾ ਨਹੀਂ ਕਰਨਾ ਤੇ ਇਹ ਜਿਹੜਾ ਕੇਜਰੀਵਾਲ ਸਾਹਿਬ ਨੇ ਅਸੰਦਵਾ ਸਾਹਿਬ ਬੈਠੇ ਆਏ ਦੱਸਣਗੇ ਕੇਜਰੀਵਾਲ ਸਾਹਿਬ ਦਿੱਲੀ ਚ ਕਾਫੀ ਲੰਬਾ ਲੰਬੇ ਸਮੇਂ ਤੋਂ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਪੰਜਾਬ ਚ ਆ ਕੇ ਕਿਹਾ ਕਿ ਮਹਿਲਾਵਾਂ ਨੂੰ ਜਿਹੜੀਆਂ 18 ਸਾਲ ਤੋਂ ਉੱਪਰ ਨੇ 10000 ਰੁਪਏ ਦੇਵਾਂਗੇ ਹਰ ਮਹੀਨੇ ਠੀਕ ਆ ਅੱਛੀ ਗੱਲ ਆ ਪਰ ਕੀ ਉਹਨਾਂ ਨੇ ਦਿੱਲੀ ਚ ਦਿੱਤਾ ਉੱਥੇ ਕਿਉਂ ਨਹੀਂ ਦਿੱਤਾ ਉਹਦਾ ਜਵਾਬ ਦੇਣ ਜਿੱਥੇ ਉਹ ਕਰ ਸਕਦੇ ਆ ਉੱਥੇ ਉਹ ਕਰ ਨਹੀਂ ਰਹੇ ਪੰਜਾਬ ਚ ਆ ਕੇ ਉਹ ਬੋਲ ਰਹੇ ਆ ਇਹ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਲੋਕ ਸਮਝਦੇ ਆ ਸਾਰੀਆਂ ਚੀਜ਼ਾਂ ਇਹ ਜਨਤਾ ਹੈ ਇਹ ਸਭ ਜਾਣਦੀ ਹੈ ਜੀ ਇੱਥੇ ਅਸੀਂ ਝੂਠ ਨਹੀਂ ਬੋਲ ਸਕਦੇ ਇਸ ਕਰਕੇ ਮੇਰੀ ਉਹਨਾਂ ਨੂੰ ਇਹੀ ਗੁਜਾਰਿਸ਼ ਆ ਕਿ ਇਸ ਤਰ੍ਹਾਂ ਦਾ ਕੰਮ ਨਾ ਕਰਨ ਔਰ ਪੰਜਾਬੀਆਂ ਨਾਲ ਝੂਠੇ ਵਾਦੇ ਨਾ ਕਰਨ ਔਰ ਪੰਜਾਬੀਆਂ ਨੂੰ ਕੋਈ ਦਿੱਲੀ ਤੋਂ ਹੁਕਮ ਨਾ ਦੇਣ ਇਹ ਹੁਕਮ ਤਾਂ ਪੰਜਾਬੀਆਂ ਦੇ ਹੱਥ ਹੀ ਰਹੇ ਤਾਂ ਚੰਗੀ ਗੱਲ ਤੇ ਪੰਜਾਬ ਵਿਕਾਸ ਕਰੂਗਾ ਨਹੀਂ ਤਾਂ ਪੰਜਾਬ ਦੀ ਵਿਕਾਸ ਦੀ ਗਤੀ ਰੁਕੇਗੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੋ ਗਰੇਵਾਲ ਸਾਹਿਬ ਧੰਨਵਾਦ ਹੈ ਤੁਹਾਡਾ ਤੁਸੀਂ ਪੰਜਾਬ ਮੰਚ ਤੇ ਇੱਥੇ ਪਹੁੰਚੇ ਬੀਤੇ ਦਿਨੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਲ ਵੀ ਮੀਟਿੰਗ ਕੀਤੀ ਸੀ ਪੰਜਾਬ ਦੇ ਮੁੱਦਿਆਂ ਉੱਤੇ ਤੁਸੀਂ ਲੰਬੀ ਚਰਚਾ ਕੀਤੀ ਸੀਗੀ ਸੋ ਮੋਦੀ ਜੀ ਵੱਲੋਂ ਤੁਹਾਨੂੰ ਕੀ ਦਿਸ਼ਾ ਨਿਰਦੇਸ਼ ਅਗਲੇ ਦਿੱਤੇ ਗਏ ਨੇ ਉਹਦੇ ਬਾਰੇ ਇੱਕ ਥੋੜਾ ਜਿਹਾ ਦੱਸ ਦਿਓ ਉਸ ਤੋਂ ਬਾਅਦ ਸਮਾਪਤੀ ਹੋਏਗੀ ਤੇ ਕੋਈ ਸਰਾ ਨਰਮੋਦੀ ਜੀ ਮੈਨੂੰ ਬਹੁਤ ਪੁਰਾਣੇ ਸਮੇਂ ਤੋਂ ਜਾਣਦੇ ਆ ਜੀ ਮੈਂ ਪਾਰਟੀ ਦਾ 올 ਇੰਡੀਆ ਜਨਰਲ ਸੈਕਟਰੀ ਸੀ ਕਿਸਾਨ ਮੋਰਚੇ ਦਾ ਇਹ ਮੇਰੇ ਹੱਥਾਂ ਦਾ ਹੀ ਬਣਿਆ ਹੋਇਆ ਬੀਜੇਪੀ ਦਾ ਕਿਸਾਨ ਮੋਰਚਾ ਮੈਨੂੰ ਅੱਜ 32 ਸਾਲ ਹੋ ਗਏ ਕੰਮ ਕਰਦਿਆਂ ਨੂੰ મોદી ਜੀ ਉਸ ਵੇਲੇ 올 ਇੰਡੀਆ ਸੈਕਟਰੀ ਬਣ ਕੇ ਆਏ ਸੀ ਤੇ ਨਾਲ ਦਾ ਹੀ ਕਮਰਾ ਇਹਨਾਂ ਦਾ ਦਫਤਰ ਚ ਹੁੰਦਾ ਸੀ ਮੇਰੇ ਇੱਧਰ ਲਾ ਹੁੰਦਾ ਸੀ ਅਸੀਂ ਬਹੁਤ ਮਿਲਦੇ ਸੀ ਮੈਂ ਉਹਨਾਂ ਨੂੰ ਦੇਖਿਆ ਉਸ ਵੇਲੇ ਵੀ ਉਹ 18-18 ਘੰਟੇ ਕੰਮ ਕਰਦੇ ਸੀ ਪਾਰਟੀ ਲਈ ਜੀ ਉਸ ਵੇਲੇ ਕੋਈ ਪਤਾ ਨਹੀਂ ਸੀ ਕਿ ਇਹ ਪ੍ਰਧਾਨ ਮੰਤਰੀ ਬਣਨਗੇ ਤੇ ਉਹਨਾਂ ਦਾ ਸ਼ੁਰੂ ਚ ਹੀ ਰਿਹਾ ਪੰਜਾਬ 'ਚ ਮੈਨੂੰ ਕਹਿਣ ਲੱਗੇ ਜਦੋਂ ਇੱਥੇ ਇੰਚਾਰਜ ਬਣ ਕੇ ਆਏ ਮੈਂ ਪੰਜਾਬ ਬੀਜੇਪੀ ਦਾ ਜਨਰਲ ਸੈਕਟਰੀ ਸੀ ਕਹਿੰਦੇ ਆਪਾਂ ਪਿੰਡਾਂ 'ਚ ਮੀਟਿੰਗ ਕਰਨੀ ਹੈ ਵਰਕਿੰਗ ਕਮੇਟੀ ਜੀ ਮੈਂ ਆਪਦੇ ਪਿੰਡ 'ਚ ਹੀ ਕਰਵਾਈ ਸੀ ਗੁਰਦੁਆਰਾ ਸਾਹਿਬ ਚ ਉਸ ਵੇਲੇ ਜੀ ਤੇ ਉਹ ਬੜੇ ਖੁਸ਼ ਵੀ ਹੋਏ ਸੀ ਤੇ ਦੋ ਰਾਤਾਂ ਉੱਥੇ ਹੀ ਰਹੇ ਸੀ ਜੀ ਤੇ ਇਸ ਕਰਕੇ ਉਹ ਬਹੁਤ ਪੁਰਾਣੇ ਸਮੇਂ ਤੋਂ ਜਾਣਦੇ ਆ ਮੈਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵੀ ਜਾਣਦਾ ਉਹ ਜੇ ਕੋਈ ਕ腐ਸ਼ਨ ਕਰੇ ਕੋਈ ਗਲਤ ਕੰਮ ਕਰੇ ਉਹਨੂੰ ਮਾਫ ਕਰਨ ਵਾਲੇ ਨਹੀਂ ਹੈ ਜੀ ਔਰ ਆਪਣੀ ਗੱਲ ਤੇ ਪੂਰੀ ਤਰ੍ਹਾਂ ਖੜੇ ਹੁੰਦੇ ਆ ਔਰ ਸਿੱਖਾਂ ਦੀ ਉਸ ਵੇਲੇ ਤੋਂ ਹੀ ਇੰਨੀ ਇੱਜ਼ਤ ਕਰਦੇ ਸੀ ਉਹਨਾਂ ਦਾ ਮਨ ਇੱਕ ਸਾਲ ਚ ਇੰਨਾ ਦੁਖੀ ਰਿਹਾ ਕਿ ਮੈਂ ਇੰਨੇ ਅੱਛੇ ਕੰਮ ਕਰਦਾ ਪੰਜਾਬ ਦੇ ਲਈ ਮੇਰੀ ਸੋਚ ਐ ਅੱਛੀ ਆ ਸਿੱਖਾਂ ਲਈ ਆਪਾਂ ਬਹੁਤ ਕੁਝ ਕੀਤਾ ਤੇ ਉਹ ਸਾਡਾ ਕਰਨਾ ਉਹ ਕਹਿੰਦੇ ਕਿ ਮੈਂ ਆਸਾਨ ਨਹੀਂ ਕਰਦਾ ਕਿ ਕੋਈ ਖਾਲਸਾ ਨੇ ਦੇਸ਼ ਦੀ ਰੱਖਿਆ ਸੁਰੱਖਿਆ ਕੀਤੀ ਜੀ ਤੇ ਇਸ ਕਰਕੇ ਦੇਸ਼ ਧਰਮ ਤੇ ਕੌਮ ਦੇ ਲਈ ਖਾਲਸਾ ਦਾ ਸਿਰਜਣਾ ਹੋਈ ਹੈ ਜੀ ਗੁਰੂ ਸਾਹਿਬ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਜੀ ਤਾਂ ਉਹਨਾਂ ਨੇ ਕੀ ਕਿਹਾ ਉਸ ਵੇਲੇ ਉਹਨਾਂ ਦਾ ਨਾਮ ਸੀ ਗੋਬਿੰਦ ਰਾਏ ਜੀ ਉਹਨਾਂ ਨੇ ਕਿਹਾ ਭਾਈ ਦਿਆ ਸਿੰਘ ਉਹਨਾਂ ਨੂੰ ਕਿ ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਉਹ ਕਹਿੰਦੇ ਤੁਸੀਂ ਸਾਡੇ ਕੋਲੋਂ ਤਾਂ ਸੀਸ ਲਏ ਸੀ ਤੁਸੀਂ ਕੀ ਦਿਓਗੇ ਉਹ ਕਹਿੰਦੇ ਸੀ ਜਦੋਂ ਦੇਸ਼ ਧਰਮ ਤੇ ਕੌਮ ਨੂੰ ਜ਼ਰੂਰਤ ਪਈ ਉਦੋਂ ਵੀ ਸੀਸ ਦਿੱਤੇ ਜਦੋਂ ਜ਼ੁਲਮ ਦੇ ਖਿਲਾਫ ਲੜਨ ਦੀ ਲੋੜ ਪਈ ਉਦੋਂ ਵੀ ਸੀਸ ਦਿੱਤੇ ਜਦੋਂ ਫੇਰ ਜ਼ਰੂਰਤ ਪਊਗੀ ਫੇਰ ਸੀਸ ਦੇਵਾਂਗਾ ਮੈਨੂੰ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਇਹ ਖਾਲਸਾ ਦੀ ਸਿਰਜਣਾ ਦੇਸ਼ ਧਰਮ ਤੇ ਕੌਮ ਲਈ ਹੋਈ ਹੈ ਜ਼ੁਲਮ ਦੇ ਖਿਲਾਫ ਲੜਨ ਲਈ ਹੋਈ ਹੈ ਉਸ ਖਾਲਸਾ ਤੇ ਜ਼ੁਲਮ ਕਰਨੇ ਉਸ ਖਾਲਸਾ ਦਾ ਨਸਲ ਕੁਸ਼ੀ ਕਰਨੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਚੀਜ਼ਾਂ ਦਾ ਬਹੁਤ بڑا ਦੁੱਖ ਹੈ ਔਰ ਇਸੇ ਕਰਕੇ ਉਹਨਾਂ ਨੇ ਨਾ ਲਾਠੀ ਚਲਾਈ ਨਾ ਗੋਲੀ ਚਲਾਈ ਨਾ ਡੰਡਾ ਚਲਾਇਆ ਆ ਸੰਵਾ ਸਾਹਿਬ ਦੇ ਨੇੜੇ ਹੀ ਆ ਉਹ ਜਿੱਥੇ ਦੋ ਸਿੱਖ ਮਾਰਤੇ ਸੀ ਇਹਨਾਂ ਨੇ ਅਸੀਂ ਵੀ ਉਸ ਸਰਕਾਰ 'ਚ ਸੀਗੇ ਪਰ ਆਪ ਸਾਨੂੰ ਵੀ ਲੱਗਿਆ ਹੋਣਾ ਤੇ ਇੱਥੇ ਨਾ ਗੋਲੀ ਚਲਾਈ ਨਾ ਕਿਸੇ ਦੀ ਹੱਤਿਆ ਕੀਤੀ ਗਈ ਔਰ ਜ਼ੁਲਮ ਸਹਿ ਲਿਆ ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਮੋਦੀ ਜੀ ਇੰਨੀ ਜ਼ਿਆਦਾ ਰਿਸਪੈਕਟ ਕਰਦੇ ਆ ਪੰਜਾਬ ਦੀ ਪੰਜਾਬੀਆਂ ਦੀ ਇੰਨਾ ਜ਼ਿਆਦਾ ਜੜਾ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਉੱਥੇ ਸੇਵਾ ਕਰਨੀ ਆ ਆਪਾਂ ਜ਼ਰੂਰੀ ਨਹੀਂ ਕਿ ਰਾਜ ਸਥਾਪਿਤ ਕਰਨਾ ਆਪਣਾ ਸਾਰੇ ਦੇਸ਼ 'ਚ ਰਾਜ ਕਰਨਾ ਕੋਈ ਜ਼ਰੂਰੀ ਨਹੀਂ ਹੈ ਡੈਮੋਕ੍ਰੇਸੀ ਹੈ ਸਭ ਨੂੰ ਰਾਜ ਮਿਲਣਾ ਚਾਹੀਦਾ ਉਹ ਇਹ ਕਹਿੰਦੇ ਆ ਜੀ ਆਪਾਂ ਇਸ ਮਨਸ਼ਾ ਨਾਲ ਨਾ ਕਰੋ ਸੇਵਾ ਦੀ ਮਨਸ਼ਾ ਨਾਲ ਕਰੋ ਜੀ ਵੱਡੀ ਰਾਜਨੀਤਿਕ ਤਿਰ ਬਣੋ ਜਿੱਥੇ ਵੀ ਲੋਕ ਖੜਨ ਦਾ ਮੌਕਾ ਦੇਣਗੇ ਜੇ اپੋਜੀਸ਼ਨ 'ਚ ਬਿਠਾਉਣਗੇ اپੋਜੀਸ਼ਨ 'ਚ ਸੇਵਾ ਕਰੋ ਤੇ ਜੇ ਸੱਤਾ ਦੇਣਗੇ ਸੱਤਾ 'ਚ ਕਰੋ ਕੋਈ ਜ਼ਬਰਦਸਤੀ ਨਹੀਂ ਹਟਾਉਣੀ ਜਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਲੱਗੇ ਹੋਏ ਆ ਜਾਂ ਸਿੱਧੂ ਸਾਹਿਬ ਤੇ ਚੰਨੀ ਜੀ ਲੱਗੇ ਹੋਏ ਆ ਜੀ ਸਿੱਧੂ ਸਾਹਿਬ ਦਾ ਤਾਂ ਮੈਨੂੰ ਸਭ ਤੋਂ ਵੱਡਾ ਅਫਸੋਸ ਆ ਕਿ ਉਹ ਜੇ ਮੁੱਖ ਮੰਤਰੀ ਬਣਾਏ ਤਾਂ ਪਤਾ ਨਹੀਂ ਕੀ ਹੋ ਜਾਣਾ ਜਿਕਤ ਹੋ ਜਾਣੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਇਹੀ ਹੈ ਇਸ ਕਰਕੇ ਅਸੀਂ ਤਾਂ ਸੰਘਰਸ਼ ਕਰ ਰਹੇ ਆਂ ਔਰ ਉਸ ਸੰਘਰਸ਼ ਦੇ ਅੰਦਰ ਅਸੀਂ ਮੈਨੂੰ ਪਤਾ ਕਿ ਸਾਡੇ ਵਰਕਰ ਜਿਹੜੇ ਆ ਸਾਡਾ ਸੰਗਠਨ ਜਿਹੜਾ ਉਸ ਦੀ ਨੇਚਰ ਆ ਤੇ ਅਸੀਂ ਪੰਜਾਬ ਦੀ ਬੜੀ ਰਾਜਨੀਤਿਕ ਤਰ ਬਣਾਂਗੇ ਅੱਜ ਤੁਸੀਂ ਮੈਨੂੰ ਮੌਕਾ ਦਿੱਤਾ ਸਾਰਿਆਂ ਦੇ ਦਰਸ਼ਨ ਕਰਨ ਦਾ ਜੀ ਮੈਂ ਇਹਦੇ ਲਈ ਤੁਹਾਡਾ ਵੀ ਧੰਨਵਾਦੀ ਆਂ ਸਾਰੀ ਜਿਹੜੇ ਮੇਰੇ ਵੀਰ ਤੇ ਭੈਣਾ ਆਏ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ ਧੰਨਵਾਦੀ ਆ ਤੇ ਤੁਸੀਂ ਇਸ ਤਰ੍ਹਾਂ ਹੀ ਮੇਰਾ ਖਿਆਲ ਆ ਕਿ ਸਾਡੀ ਪਾਰਟੀ ਨੂੰ ਆਸ਼ੀਰਵਾਦ ਦਿੰਦੇ ਰਹੋ ਅਸੀਂ ਅੱਛੇ ਕੰਮ ਲਈ ਆਏ ਆ ਕੋਈ ਇਸ ਲਈ ਨਹੀਂ ਆਏ ਕਿ ਅਸੀਂ ਇੱਕ ਪਰਿਵਾਰ ਨੂੰ ਅਮੀਰ ਬਣਾਉਣਾ ਇੱਕੋ ਪਰਿਵਾਰ ਦੀ ਸੱਤਾ ਬਣਾਉਣੀ ਆ ਉਸੇ ਦੇ 80 ਰਿਜ਼ੋਰਟ ਬਣਾ ਦੇਣੇ ਆ ਪੂਰੀ ਦੁਨੀਆ 'ਚ 12000 ਕਰੋੜ ਦਾ ਇੱਕ ਰਿਜ਼ੋਰਟ ਆ ਉਹਦਾ ਹਿਸਾਬ ਇਹ ਜਮਤਾ ਲਵੇ ਮੈਂ ਤਾਂ ਇਹਨਾਂ ਨੂੰ ਹੁਕਾ ਦੇਣਾ ਸੀ ਉਹ ਦੇਤਾ ਸੋ ਮਨਚ ਪੰਜਾਬ ਰਹੀ ਕਰੋੜਾ ਸਾਡੇ ਵਿਊਅਰਸ ਨੇ ਤੁਹਾਨੂੰ ਸੁਣਿਆ ਅਸੀਂ ਵੀ ਆਸ ਕਰਦੇ ਹਾਂ ਜਿਹੜੇ ਮਨੋਰਥ ਲੈ ਕੇ ਤੁਸੀਂ ਪੰਜਾਬ ਵਾਸਤੇ ਚੱਲਿਓ ਤੁਸੀਂ ਉਹਨਾਂ ਉੱਤੇ ਕਰਿਓ ਤਰੋ ਜੀ ਧੰਨਵਾਦ ਜੀ ਧੰਨਵਾਦ ਜੀ ਕਰਾਂਗਾ ਸੋ ਸੋ ਕੁਲਤਾਰ ਸਿੰਘ ਸੰਧਵਾ ਜੀ ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੰਧਵਾ ਸਾਹਿਬ ਆਓ ਜੀ ਸੋ ਸੰਧਵਾ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਚਾਰ ਸਾਹਿਬਜ਼ਾਦੇ ਉਹਨਾਂ ਨੇ ਸਿੱਖੀ ਵਾਸਤੇ ਆਪਣੇ ਧਰਮ ਵਾਸਤੇ ਸ਼ਹੀਦੀਆਂ ਦਿੱਤੀਆਂ ਨੇ ਪੂਰਾ ਸਰਬੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰਿਆ ਸੀਗਾ ਅੱਜ ਪੋਲੀਟੀਕਲ ਪਾਰਟੀਆਂ ਸ਼ਹੀਦੀ ਜੋੜ ਮੇਲਾ ਨੇੜੇ ਆ ਰਿਹਾ ਸਾਰੀਆਂ ਪਾਰਟੀਆਂ ਉੱਥੇ ਸਿਆਸੀ ਕਾਨਫਰੰਸਾਂ ਕਰਦੀਆਂ ਨੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਬਜਾਏ ਸਿਆਸੀ ਸੁਰ ਇੱਕ ਦੂਜੇ ਨੂੰ ਗਾਲੀ ਕਲੋਚ ਇੱਕ ਦੂਜੇ ਨੂੰ ਦੂਸ਼ਣਬਾਜ਼ੀ ਕਰਦੇ ਆ ਇੱਕ ਦੂਜੇ ਦੇ ਉੱਤੇ ਤੁਹਾਨੂੰ ਨਹੀਂ ਲੱਗਦਾ ਸਿਆਸਤ ਆਪਣੀ ਥੋੜੀ ਗੰਦਲੀ ਹੁੰਦੀ ਜਾ ਰਹੀ ਆ ਪੰਜਾਬ ਦੀ ਸਿਆਸਤ ਹਮੇਸ਼ਾ ਹੀ ਚੰਗੀ ਵੀ ਰਹੀ ਹੈ ਔਰ ਗੰਦਲੀ ਵੀ ਰਹੀ ਹੈ ਇਹ ਤਾਂ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਕਿਹੜਾ ਰਸਤਾ ਚੁਣਨਾ ਹੈ ਜੇ ਆਪਾਂ ਲਖੀਮਪੁਰ ਖੀਰੀ ਵਾਲਾ ਰਸਤਾ ਚੁਣਨਾ ਹੈ ਤਾਂ ਉਹ ਵੀ ਚੁਣ ਸਕਦੇ ਆ ਤੇ ਜੇ ਆਪਾਂ ਦਿੱਲੀ ਦੇ ਵਿੱਚ ਆਮ ਲੋਕਾਂ ਨੂੰ ਉਹ ਸਹੂਲਤਾਂ ਦੇਣੀਆਂ ਜਿਹੜੀਆਂ ਮੰਤਰੀਆਂ ਨੂੰ ਮਿਲਦੀਆਂ ਵੀ ਆਈਪੀਜ਼ ਨੂੰ ਮਿਲਦੀਆਂ ਪੰਜਾਬ ਦੇ ਵਿੱਚ ਬਾਦਲਾਂ ਨੂੰ ਮਿਲਦੀਆਂ ਜਾਂ ਕੈਪਟਨ ਦੇ ਪਰਿਵਾਰ ਨੂੰ ਮਿਲਦੀਆਂ ਉਹ ਦੇਣ ਵਾਲਾ ਰਸਤਾ ਚੁਣੀਏ ਜੀ ਤੇ ਉਹ ਵੀ ਚੁਣ ਸਕਦੇ ਆ ਜੀ ਸੋ ਸੰਧਵਾ ਸਾਹਿਬ ਅਰਵਿੰਦ ਕੇਜਰੀਵਾਲ ਜੀ ਕੱਲ ਵੀ ਆ ਰਹੇ ਨੇ ਪਹਿਲਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਆਏ ਉਹਨਾਂ ਨੇ ਵੱਡੇ ਜਿਹੜੇ ਸਵਾਲ ਦਿੱਲੀ ਦੇ ਸੀਐਮ ਸਾਹਿਬ ਉੱਤੇ ਚੱਕੇ ਨੇ ਉਹ ਪੰਜਾਬ ਦੇ ਵਿੱਚ ਆਂਦੇ ਨੇ ਨਾ ਤਾਂ ਇੱਥੇ ਵਿਧਾਇਕ ਨੇ ਨਾ ਉਹਨਾਂ ਕੋਲ ਪੰਜਾਬ ਦਾ ਕੋਈ ਅਹੁਦਾ ਹੈਗਾ ਉਹਨਾਂ ਨੇ ਪੰਜਾਬ ਤੋਂ ਲੈਣਾ ਕੀ ਹੈ ਸਾਡੇ ਕੋਲ ਪੰਜਾਬ ਤੇ ਬਹੁਤ ਲੀਡਰ ਨੇ ਪੰਜਾਬ ਦੇ ਨੌਜਵਾਨ ਹੈਗੇ ਨੇ ਪੰਜਾਬ ਦੇ ਮੁੱਦੇ ਚੱਕਣ ਲਈ ਪੰਜਾਬ ਦੇ ਮਸਲੇ ਹੱਲ ਕਰਨ ਲਈ ਕੀ ਕਹੋਗੇ ਦੇਖੋ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਆ। ਪੰਜਾਬ ਦੇ ਲੋਕ ਕੱਲੇ ਅਰਵਿੰਨ ਕੇਜੀਵਾਲ ਦੇ ਹਰੇਕ ਉਸ ਸ਼ਖਸੀਅਤ ਨੂੰ ਪਿਆਰ ਕਰਦੇ ਆ। ਪੰਜਾਬ ਦੇ ਲੋਕ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਵੀ ਪਿਆਰ ਕਰਦੇ ਆ। ਜਿਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਗੁੰਗੇ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਬਣਦਾ ਸੀ। ਅੱਜ ਉਹਨਾਂ ਦੇ ਪ੍ਰੀ ਨਿਰਮਾਣ ਦੇ ਵਿਸ਼ੇ ਤੇ ਮੈਂ ਉਹਨਾਂ ਨੂੰ ਯਾਦ ਵੀ ਕਰਨਾ ਚਾਹੁੰਦਾ ਹਾਂ, ਲਿ ਵੀ ਦਿੰਨਾ ਹੈ ਬਾਬਾ ਸਾਹਿਬ ਅੰਬੇਦਕਰ ਨੂੰ। ਜਿੰਨਾ ਨੇ ਉਹਨਾਂ ਨੂੰ ਆਜ਼ਾਦੀ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ। ਜੀ। ਸੋ ਅਰਵਿੰਦ ਕੇਜਰੀਵਾਲ ਇੱਥੇ ਇਸ ਕਰਕੇ ਆਉਂਦੇ ਕਿ ਉਹਨਾਂ ਨੂੰ ਇੱਥੇ ਪਿਆਰ ਮਿਲਦਾ। ਮੋਦੀ ਸਾਹਿਬ ਨਹੀਂ ਆਉਂਦੇ। ਜੀ। ਅਮਿਤ ਸ਼ਾਹ ਨਹੀਂ ਆਉਂਦੇ। ਤੇ ਜਿਹੜੇ ਇੱਥੇ ਆਪਣੇ ਬਾਦਲ ਸਾਹਿਬ ਉਰੀ ਬੈਠੇ ਆ ਇਹ 100-100 ਗਨਮੈਣ ਲੈ ਕੇ ਜਾਂਦੇ ਆ। ਜੀ। ਉਹ ਤਾਂ ਇਕੱਲੇ ਹੀ ਤੁਰੇ ਆਉਂਦੇ ਇਕੱਲੇ ਤੁਰੇ ਜਾਂਦੇ ਆ ਪਿਆਰ ਮਿਲਦਾ ਇਸ ਕਰਕੇ ਆਉਂਦੇ ਕੋਈ ਅਸੀਂ ਗੱਲ ਨਹੀਂ ਚੰਨੀ ਸਾਹਿਬ ਸਾਡੇ ਆਨਰੇਬਲ ਮੁੱਖ ਮੰਤਰੀ ਆ। ਠੀਕ ਆ ਜੇ ਉਹਨਾਂ ਨੂੰ ਕੋਈ ਇਸ਼ੂ ਆ ਤੇ ਗੱਲ ਕਰ ਲੈਣ। ਜੀ। ਕੰਮ ਕਰਨ ਪੰਜਾਬ ਦਾ। ਔਰ ਉਹਨਾਂ ਨੂੰ ਇਹ ਤਾਂ ਤਕਲੀਫ ਹੋ ਜਾਂਦੀ ਹੈ ਵੀ ਦਿੱਲੀ ਦੇ ਵਿੱਚ ਸਾਡੇ ਜਿਹੜੇ ਅਧਿਆਪਕਾ ਉੱਤਰਨੀਤੇ ਬੈਠੇ ਆ ਉਹਦਾ ਵੀ ਕਾਰਨ ਦੱਸਤਾ ਸੀ ਅਰਵਿੰਦ ਜੀ ਨੇ ਕੱਲ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਅੱਜ ਹਾਲਾਤ ਇਹ ਹੋਏ ਆ ਮੁੱਖ ਮੰਤਰੀ ਸਾਹਿਬ ਨੇ ਪੁੱਛਣਾ ਚਾਹਣਾ ਅੱਜ ਸਾਰੀਆਂ ਤੁਹਾਡੀਆਂ ਜਿਹੜੀਆਂ ਸਿਵਲ ਹਸਪਤਾਲਾਂ ਦੇ ਵਿੱਚ ਜਿਹੜੇ ਓਟਸ ਜਿਹੜੇ ਕਰਮਚਾਰੀ ਰੱਖੇ ਹੋਏ ਉਹ ਹੜਤਾਲ ਤੇ ਬੈਠੇ ਆ ਸਾਡੀਆਂ ਐਨ 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 ਐਮ ਹੜਤਾਲ ਹੜਤਾਲ ਤੇ ਬੈਠੇ ਆ ਮਤਲਬ ਸਾਰੇ ਪੰਜਾਬ ਦੇ ਵਿੱਚ ਡਾਕਟਰੀ ਸੁਲਤਾਨਾ ਅੱਜ ਹੜਤਾਲਤੇ ਨੇ ਬਿਜਲੀ ਕੰਮੇ ਹੜਤਾਲਤੇ ਨੇ ਰੈਵਨਿਊ ਜਿਹੜਾ ਪਟਵਾਰ ਯੂਨੀਅਨ ਸਾਰੀ ਹੜਤਾਲਤੇ ਆ ਤੁਹਾਡੇ ਰੈਵਨਿਊ ਆਫਿਸਰ ਹੜਤਾਲਤੇ ਨੇ ਆ ਸਾਡਾ ਇੱਕ ਇੱਕ ਟਟਪਾਸ ਅਧਿਆਪਕ ਐਮਐਲਏ ਹੌਸਲ ਦੇ ਨਾਲ ਜਮਾ ਇਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਜੀ ਉਹ ਟਾਵਰ ਤੇ ਜਿਹੜਾ ਬੈਠਾ ਉਹਨੂੰ ਪੁੱਛ ਲਓ ਜੀ ਦਿੱਲੀ ਪੁੱਛਣ ਚਲੇ ਗਏ ਸੋ ਇਹ ਚੀਜ਼ਾਂ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜਿਉਂ ਦੱਸਣਾ ਆ ਜਾਂਦੇ ਭਾਈ ਦਿੱਲੀ ਵਿੱਚ ਚੰਗਾ ਕੰਮ ਕੀਤਾ ਤਾ ਤੂੰ ਵੀ ਇਸ ਤਰ੍ਹਾਂ ਦਾ ਕਰ ਲਾ ਸਭ ਇਹਨਾਂ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਜੀ ਵੀ ਕਿਸ ਤਰ੍ਹਾਂ ਤੁਸੀਂ ਦਿੱਲੀ ਦੇ ਵਿੱਚ 2500 ਰੁਪਏ ਪੈਨਸ਼ਨ ਦਿੱਤੀ ਹੈ ਜੀ ਕਿਸ ਤਰ੍ਹਾਂ ਤੁਸੀਂ ਸਾਰਿਆਂ ਦਾ ਭਾਵੇਂ 10 ਲੱਖ ਦਾ ਇਲਾਜ ਹੋਵੇ ਭਾਵੇਂ ਕੋਈ 10 ਲੱਖ ਦਾ ਟੈਸਟ ਹੋਵੇ ਭਾਵੇਂ ਆਪਰੇਸ਼ਨ ਹੋਵੇ ਸਾਰਾ ਕੁਝ ਉੱਥੇ ਮੁਫਤ ਹੋ ਰਿਹਾ ਦਿੱਲੀ ਦੇ ਵਸੀਆਂ ਦਾ ਜੀ ਇਹ ਚੰਨੀ ਸਾਹਿਬ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਅਰਵਿੰਦ ਕੇਜਰੀਵਾਲ ਜੀ ਨੂੰ ਸੋ ਉਹਨਾਂ 'ਤੇ ਸਵਾਲ ਕਰਨ ਦੀ ਬਜਾਏ ਤੰਜ ਕਰਦੀ ਬਜਾਏ ਕਿ ਉਹ ਇੱਥੇ ਕਿਉਂ ਆਉਂਦੇ ਨੇ ਐ ਇਤਰਾਜ਼ ਕਰਨ ਦੀ ਬਜਾਏ ਉਹਨਾਂ ਨੂੰ ਤਰੀਕਾ ਪੁੱਛਣ ਔਰ ਉਹ ਦੱਸਣ ਨੂੰ ਤਿਆਰ ਨੇ ਜੀ ਸੋ ਰਾਗਵ ਚੱਡਾ ਜੀ ਚਰਨਜੀਤ ਸਿੰਘ ਚੰਨੀ ਜਿਹੜੇ ਸੀਐਮ ਨੇ ਪੰਜਾਬ ਦੇ ਉਹਨਾਂ ਦੇ ਹਲਕੇ ਦੇ ਵਿੱਚ ਪਹੁੰਚਦੇ ਨੇ ਇੱਕ ਖੱਡ ਦੇ ਉੱਤੇ ਜਾ ਕੇ ਦੱਸਦੇ ਨੇ ਕਿ ਅਸੀਂ ਐਕਸਪੋਜ਼ ਕਰ ਰਹੇ ਹਾਂ ਜਿੱਥੇ ਜਿਹੜਾ ਰੇਤੇ ਦੀ ਮਾਈਨਿੰਗ ਚੱਲ ਰਹੀ ਆ ਗਲਤ ਤਰੀਕੇ ਨਾਲ ਮਾਈਨਿੰਗ ਚੱਲ ਰਹੀ ਆ ਸੋ ਉੱਥੇ ਸੀਐਮ ਚੰਨੀ ਵੀ ਪਹੁੰਚਦੇ ਨੇ ਉਹ ਕਹਿੰਦੇ ਨੇ ਕਿ ਬਿਲਕੁਲ ਸਾਰਾ ਸਰ ਝੂਠੇ ਦੋਸ਼ ਲਗਾਏ ਜਾ ਰਹੇ ਨੇ ਮੈਂ ਸੋਹਾ ਖਵਾ ਕੇ ਪੁੱਛਿਆ ਸਾਰੇ ਡਰਾਈਵਰਾਂ ਤੋਂ 5 ਰੁਪਏ ਤੋਂ ਵੱਧ ਕਿਸੇ ਦਾ ਰੇਤਾ ਨਹੀਂ ਵੇਚਿਆ ਜਾ ਰਿਹਾ ਸੀਗਾ ਮੈਨੂੰ ਉਸ ਖੰਡ ਦਾ ਤਾਂ ਨਹੀਂ ਪਤਾ ਲੇਕਿਨ ਪੰਜਾਬ ਦੇ ਵਿੱਚ ਕਿਤੇ ਵੀ 5 ਰੁਪਏ ਫੁੱਟ ਰੇਤਾ ਨਹੀਂ ਮਿਲ ਰਿਹਾ ਇਸ ਗੱਲ ਨਾਲ ਜਿੰਨੇ ਵੀ ਸਾਰੇ ਸਾਡੇ ਪੰਜਾਬੀ ਵੀਵਰ ਇਸ ਗੱਲ ਨਾਲ ਸਹਿਮਤ ਹੋਣਗੇ ਤੇ ਜੇ ਮੈਂ ਸਹਿਮਤ ਹਾਂ ਤਾਂ ਮੈਂ ਪਬਲਿਕਲੀ ਮਾਫੀ ਮੰਗਣ ਲਈ ਲਈ ਤਿਆਰ ਹਾਂ ਜੇ ਕਿਤੇ ਇਸ ਗੱਜ ਕੋਈ ਅਦਕਸ਼ਤ ਨਹੀਂ ਹੈ ਉਸੇ ਤਰ੍ਹਾਂ ਚੱਲ ਰਿਹਾ ਮਾਫੀਆ ਕੱਲਾ ਰੇਤ ਮਾਫੀਆ ਨਹੀਂ ਸ਼ਰਾਬ ਮਾਫੀਆ ਵੀ ਉਸੇ ਤਰ੍ਹਾਂ ਚੱਲ ਰਿਹਾ ਜੀ ਟਰਾਂਸਪੋਰਟ ਮਾਫੀਆ ਵੀ ਉਸੇ ਤਰ੍ਹਾਂ ਚੱਲ ਰਿਹਾ ਜੀ ਕੇਬਲ ਮਾਫੀਆ ਵੀ ਉਸੇ ਤਰ੍ਹਾਂ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਮਾਫੀਆ ਰਾਜ ਹੈ ਔਰ ਇਸ ਗੱਲ ਨਾਲ ਸਾਰਾ ਪੰਜਾਬ ਸਹਿਮਤ ਹੈ ਕਿ ਇੰਨਾ ਨੇ ਇਹ ਆਏ ਤਾਂ ਸੌਂ ਖਾਕੇ ਸੀ ਗੁਰਬਾਣੀ ਦੀ ਸੌਂ ਖਾਦੀ ਔਰ ਝੁੱਤੀ ਸੌਂ ਖਾਦੀਏ ਜਿੱਦਾਂ ਬੇਅਦ ਵੀ ਗੁਨਾਹ ਹੈ ਨਾ ਉਡਾ ਠੁੱਠੀ ਸੌ ਆਪਣੇ ਤਾਂ ਸੱਚੀ ਸੌ ਨਹੀਂ ਖਾਦਾ ਕੋਈ ਜੀ ਸੱਚੀ ਸਿਆਣੇ ਕਹਿੰਦੇ ਨਾ ਨਾ ਸੌ ਤਾਂ ਸੱਚੀ ਵੀ ਮਾੜੀ ਐ ਇਹਨਾਂ ਨੇ ਉੱਡੀ ਬੇਅਦ ਵੀ ਕੀਤੀ ਐ ਤੁਸੀਂ ਦੇਖੋ ਚਿੱਟਾ ਘਰ ਘਰ ਵੜਿਆ ਪਿਆ ਜੀ ਹਰ ਤਰ੍ਹਾਂ ਦਾ ਮਾਫੀਆ ਪੰਜਾਬ ਦੇ ਵਿੱਚ ਕੀ ਇਹਨਾਂ ਨੇ ਕੋਈ ਇੱਕ ਮਾੜੀ ਮੋਟੀ ਕਾਰਵਾਈ ਕੀਤੀ ਪਿਛਲੇ ਪੌਣੇ ਪੰਜ ਸਾਲਾਂ 'ਚ ਕਿ ਜਿਹੜੀਆਂ ਵੱਡੇ ਮਗਰਮਾਛਾ ਕਿਵੇਂ ਫੜ ਜਾਣ ਗਰੀਬਾਂ ਦੇ ਬੱਚਿਆਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਅੱਜ ਫਰੀਦਕੋਟ ਤੁਸੀਂ ਚਲੇ ਜਾਓ ਸਿਵਲ ਹਸਪਤਾਲ ਕੋਟਪੂਰੇ ਸਿਵਲ ਹਸਪਤਾਲ ਕੋਟਪੂਰੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਓਡਸ ਵਾਲੇ ਜਿਹੜੇ ਆ ਚਿੱਟਾ ਲਾਉਂਦੇ ਸੀ ਨਾ ਬੱਚੇ ਉਹ ਦਵਾਈ ਲੈਣ ਜਾਂਦੇ ਆ ਉਹਨਾਂ ਨੂੰ ਨਸ਼ੇ ਤੇ ਲਾਤਾ ਉਲਟਾ ਜੀ ਮਤਲਬ ਪਹੁੰਚ ਹੀ ਬੜੀ ਮਾੜੀ ਆ ਔਰ ਅੱਜ ਉਹ ਧਰਨੇ ਤੇ ਬੈਠੇ ਆ ਉਹ ਵੀ ਮਤਲਬ ਉਹ ਵਿਚਾਰੇ ਮਰੀਜ਼ ਬਣਾ ਕੇ ਬੱਚੇ ਉਹਨਾਂ ਨੇ ਵੀ ਸੜਕ ਜਾਮ ਕੀਤੀ ਹੋਈ ਆ ਸੋ ਚੰਨੀ ਸਾਹਿਬ ਆਪਾਂ ਇੱਧਰ ਧਿਆਨ ਦਿਈਏ ਐਵੇਂ ਦੁਸ਼ਣ ਬਾਜ਼ੀਆਂ ਦਾ ਕੀ ਫਾਇਦਾ ਮੰਨ ਲਓ ਮਹੀਨੇ ਦਾ 3 ਨਾ ਤੁਹਾਡੇ ਕੋਲ ਜੇ ਤੁਸੀਂ ਇਹ ਵੀ ਮੰਨ ਲੋਗੇ ਨਾ ਵੀ ਸਾਡੇ ਕੋਲ ਮਾਫੀਆ ਚ ਕੁਝ ਨਹੀਂ ਹੋਇਆ ਸਾਨੂੰ ਪੰਜਾਬ ਦੇ ਲੋਕ ਮaaf ਕਰ ਜੇ ਤੁਸੀਂ ਝੂਠ ਬੋਲੋਗੇ ਜੇ ਤੁਸੀਂ ਲੋਕਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰੋਗੇ ਤੇ ਪੰਜਾਬੀ ਨਹੀਂ ਮaaf ਕਰਨਗੇ ਸੁਨ ਨਵਜੋਤ ਸਿੰਘ ਸਿੱਧੂ ਬਾਰੇ ਕੀ ਕਹੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਉਹਨਾਂ ਦੀ ਤਾਰੀਫ ਚ ਕਈ ਗੱਲਾਂ ਕਹਿ ਚੁੱਕੇ ਨੇ ਪਰੰਤੂ ਨਵਜੋਤ ਸਿੰਘ ਸਿੱਧੂ ਉਹਨਾਂ ਤੇ ਵਾਰ ਕਰਦੇ ਰਹੇ ਨੇ ਕਿ ਉਹ ਪੰਜਾਬ ਦੇ ਵਿੱਚ ਕੀ ਕਰਨ ਆਉਂਦੇ ਨੇ ਸਿੱਧੂ ਸਾਹਿਬ ਨੂੰ ਤਾਂ ਮੈਨੂੰ ਲੱਗਦਾ ਆਉਂਦਾ ਹੀ ਵਾਰ ਕਰਨਾ ਪਰ ਵਾਰ ਉਹਨਾਂ ਨੇ ਠੀਕ ਕੀਤੇ ਵਾਰ ਜਿਹੜੇ ਵੀ ਕੀਤੇ ਆ ਉਹ ਅਸੀਂ 5 ਸਾਲ ਕਹਿੰਦੇ ਰਹੇ ਆ ਵੀ ਕਿਉਂ ਨਹੀਂ ਖੁੱਲਦੀ ਵੀ ਬੰਦ ਲਫਾਫਾ ਰਿਪੋਰਟ ਹਾਈ ਕੋਰਟ ਦੇ ਵਿੱਚ ਬੰਦ ਕਿਉਂ ਪਈ ਹੈ ਅਸੀਂ 5 ਸਾਲ ਕਹਿੰਦੇ ਰਹੇ ਆ ਕਿ ਬੇਅਦਬੀ ਭਾਵੇਂ ਪਵਿੱਤਰ ਗੀਤਾ ਦੀ ਹੋਈ ਮੁਕੱਦਸ ਕੁਰਾਨ ਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਉਹਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਗਿਆ ਉਹ ਜਿਹੜੇ ਨਰੇਸ਼ ਯਾਦਵ ਤੇ ਇਲਜ਼ਾਮ ਲਾਇਆ ਸੀ ਉਹਦੇ ਖਾਤੇ 'ਚ 50 ਲੱਖ ਰੁਪਏ ਆਇਆ ਸੀ ਤੁਸੀਂ ਮਨੀ ਟ੍ਰੇਲ ਕਿਉਂ ਨਹੀਂ ਘਟਾਈ ਕਿੱਥੋਂ ਆਏ ਆ ਪੈਸੇ ਉਹ ਤੁਸੀਂ ਆ ਜਿਹੜਾ ਡੀਜੀਪੀ ਸਾਹਿਬ ਜਿਹੜੇ ਲਾਏ ਆ ਇਹਨਾਂ ਨੇ ਤਾਂ ਸੁਖਬੀਰ ਬਾਦਲ ਦੇ ਨਾਲ ਰਲ ਕੇ ਇਨਸਾਫ਼ ਮੰਗਣ ਵਾਲਿਆ ਤੇ ਬੇਅਦਬੀ ਦਾ ਇਲਜ਼ਾਮ ਲਾਤਾ ਸੀ ਤੁਸੀਂ ਇਹਨੂੰ ਕਿੱਥੋਂ ਦੇ ਸਕਦੇ ਹੋ ਇਹ ਬਿਲਕੁਲ ਸਹੀ ਮੁੱਦੇ ਨੇ ਔਰ ਆਮ ਆਦੀ ਪਾਰਟੀ ਚੱਕਦੀ ਰਹੀ ਐ ਸਾਰੇ ਮੁੱਦੇ ਆਮ ਆਦੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਚੱਕੇ ਪੰਜਾਬ ਦਾ ਦਰਦ ਪੰਜਾਬ ਦੀ ਸਦਨ ਚ ਪੰਜਾਬ ਦੀਆਂ ਸੱਥਾਂ ਚ ਲੈ ਕੇ ਗਏ ਆ ਸੋ ਹੋਰ ਕੋਈ ਇਹਨਾਂ ਕੋਲ ਨਵਾਂ ਮੁੱਦਾ ਹੈ ਨਹੀਂ ਸੀ ਸੋ ਇਹਨਾਂ ਨੇ ਸਾਡੇ ਵਾਲੇ ਮੁੱਦੇ ਚੱਕੇ ਤੇ ਅਸੀਂ ਕਿਵੇਂ ਕਹਿ ਸਕਦੇ ਵੀ ਗਲਤ ਗੱਲ ਕਹਿੰਦੇ ਸਿੱਧੂ ਸਾਹਿਬ ਸੋ ਤੁਹਾਨੂੰ ਨਹੀਂ ਲੱਗਦਾ ਵਿਰੋਧੀ ਧਿਰ ਦੇ ਵਿੱਚ ਤੁਸੀਂ ਹੈਗੇ ਹੋ ਵਿਰੋਧੀ ਧਿਰ ਦੀ ਭੂਮਿਕਾ ਸਿੱਧੂ ਖੋਦ ਆਪਣੀ ਪਾਰਟੀ ਦੇ ਖਿਲਾਫ ਔਰ ਰੂਲਿੰਗ ਪਾਰਟੀ ਦੇ ਖਿਲਾਫ ਅਦਾ ਕਰ ਰਹੇ ਨੇ ਨਹੀਂ ਨਹੀਂ ਉਹ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਅਸੀਂ ਨਿਭਾਈ ਹੈ ਜਿਹੜੇ ਅਸੀਂ ਮੁੱਦੇ ਚੱਕੇ ਆ ਪੂਰੇ 45 ਸਾਲਾਂ ਦੇ ਵਿੱਚ ਉਹਨਾਂ ਦੇ ਉੱਪਰ ਮੋਹਰ ਲਾ ਰਹੇ ਸੋ ਸੰਧਵਾ ਸਾਹਿਬ ਪਿਛਲੀਆਂ ਚੋਣਾਂ ਵੇਲੇ ਯਾਦ ਆ ਮੈਨੂੰ ਚੋਣਾਂ ਕਾਫੀ ਨੇੜੇ ਸੀ ਤੇ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸੋਤੋ ਵੱਧ ਸੀਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਜਾ ਰਹੀ ਹੈ ਪਰੰਤੂ ਪਿਛਲੀ ਵਾਰ ਇਹੀ ਕਮੀ ਰਹਿ ਗਈ ਸੀ ਕਿ ਸੀਐਮ ਦਾ ਚਿਹਰਾ ਨਹੀਂ ਸੀ ਅਨਾਉਂਸ ਕੀਤਾ ਤੁਹਾਨੂੰ ਨਹੀਂ ਲੱਗਦਾ ਉਹ ਜਿਹੜੀ ਗਲਤੀ ਸੀਗੀ ਉਹਨੂੰ ਸਮੇਂ ਸਿਰ ਇਸ ਵਾਰ ਸੁਧਾਰ ਲੈਣਾ ਚਾਹੀਦਾ ਇਸ ਵਾਰ ਵੀ ਉਹ ਦੇਰੀ ਕੀਤੀ ਜਾ ਰਹੀ ਹੈ ਦੇਖੋ ਜੀ ਅਰਵਿੰਦ ਕੇਜਰੀਵਾਲ ਜੀ ਦਾ ਟਰੈਕ ਰਿਕਾਰਡ ਰਿਹਾ ਹੈ ਵੀ ਜਿਹੜੀ ਉਹ ਗੱਲ ਕਹਿੰਦੇ ਆ ਉਹ ਤੇ ਪੂਰੀ ਉੱਤਰਦੇ ਮਤਲਬ ਉਹਨਾਂ ਦੀ ਗੱਲ ਨੂੰ ਅਸੀਂ ਗਰੰਟੀ ਮੰਨਦੇ ਹਾਂ ਸੋ ਉਹਨਾਂ ਨੇ ਇਹ ਵੀ ਗਰੰਟੀ ਦਿੱਤੀ ਆ ਕਿ ਆਵਾਦੀ ਪਾਰਟੀ ਇਸ ਵਾਰ ਦੇ ਇਲੈਕਸ਼ਨ ਚ ਜਾਏਗੀ ਤਾਂ ਉਹ ਮੁੱਖ ਮੰਤਰੀ ਦੇ ਕਿਹੜੇ ਨਾਲ ਜਾਏਗੀ ਸੋ ਅਸੀਂ ਇਹ ਗਲਤੀ ਅਸੀਂ ਇਸ ਵਾਰ ਬਿਲਕੁਲ ਸੁਧਾਰਾਂਗੇ ਔਰ ਇਹ ਤੁਹਾਡੀ ਗੱਲ ਨਹੀਂ ਮੇਰੀ ਗੱਲ ਨਹੀਂ ਤੁਸੀਂ ਜਿੱਥੇ ਮਰਜ਼ੀ ਜਾਵੋ ਪੰਜਾਬ ਦੇ ਲੋਕ ਇਹ ਗੱਲ ਪੁੱਛ ਰਹੇ ਨੇ ਔਰ ਇਹਦਾ ਹੱਲ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਜਲਦੀ ਦੇ ਦੇਣਾ ਸੋ ਰੂਬੀ ਜੀ ਪਾਰਟੀ ਛੱਡ ਕੇ ਗਏ ਨੇ ਰੂਬੀ ਜੀ ਦਾ ਕਹਿਣਾ ਸੀ ਕਿ ਮੈਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਦੇਖਣਾ ਚਾਹੁੰਦੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਮੈਂ ਸਪੋਰਟ ਕੀਤੀ ਪਰੰਤੂ ਕੇਜਰੀਵਾਲ ਸਾਹਿਬ ਆਪਣੀਆਂ ਗੱਲਾਂ ਤੇ ਖਰੇ ਨਹੀਂ ਉਤਰਦੇ ਦਿਖਾਈ ਦਿੱਤੇ ਭਗਵੰਤ ਮਾਨ ਹੀ ਅਸਲ ਇਸ ਕਾਬਲ ਸੀਗਾ ਪਰੰਤੂ ਇਸ ਲਈ ਮੈਂ ਪਾਰਟੀ ਛੱਡੀ ਆ ਕੀ ਕਹੋਗੇ ਫਿਰ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੁੰਦਾ ਉਹਦੇ ਵਿੱਚ ਤੁਹਾਡੀ ਪਾਰਟੀ ਦਾ ਵਿਧਾਇਕ ਸੀਟ ਤੋਂ ਉੱਤਰ ਕੇ ਚੰਨੀ ਸਾਹਿਬ ਦੇ ਅੱਗੇ ਖੜਾ ਹੋ ਕੇ ਉਹਨਾਂ ਦੀ ਤਾਰੀਫ਼ ਕਰ ਦਿੰਦਾ ਤੁਸੀਂ ਕੀ ਸਮਝਦੇ ਹੋ ਪਾਰਟੀ ਦੇ ਖਿਲਾਫ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਉਹ ਵੀ ਬਿਲਕੁਲ ਇਹਨਾਂ ਚੋਣਾਂ ਤੋਂ ਪਹਿਲਾਂ ਉਹ ਇਸ ਚੀਜ਼ ਦਾ ਜੇ ਨਤੀਜਾ ਤੁਹਾਨੂੰ ਨਹੀਂ ਲੱਗਦਾ ਮਾੜਾ ਹੋ ਸਕਦਾ ਦੇਖੋ ਜੀ ਆਮ ਆਦਮੀ ਪਾਰਟੀ कैसी ਪਾਰਟੀ ਹੈ ਜੀ ਦੀ ਉਤਪਤੀ ਸਿਰਫ ਇਸ ਗੱਲ ਕਰਕੇ ਹੋਈ ਹੈ ਵੀ ਪੋਲੀਟੀਸ਼ੀਅਨਸ ਇਹ ਖੇਡਾਂ ਖੇਡ ਕੇ ਇਹਨਾਂ ਦੀ ਖੇਡਾਂ ਹੈ ਜੀ ਆਮ ਆਦਮੀ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਸ ਹੋ ਗਿਆ ਜੀ ਉਨਾ ਖੇਡਾਂ ਚੋਂ ਨਿਕਲ ਕੇ ਆਮ ਆਦਮੀ ਦਾ ਦੇਸ਼ ਦੀ ਤਰੱਕੀ ਦਾ ਕੋਈ ਮੁੱਢ ਬਣਿਆ ਜਾਵੇ ਔਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਦਿੱਲੀ ਦੇ ਵਿੱਚ ਰਹੇ ਨੇ ਜਾਂ ਪੰਜਾਬ ਦੇ ਵਿੱਚ ਰਹੇ ਨੇ ਅਸੀਂ ਪੂਰਾ ਕੰਮ ਕੀਤਾ ਹੁਣ ਕੁਝ ਸਾਡੇ ਸਾਥੀ ਠੀਕ ਹੈ ਗੁੰਮਰਾਹ ਵੀ ਹੋ ਜਾਂਦੇ ਉਹ ਖੇਡਾਂ ਦੇ ਵਿੱਚ ਗੁੰਮਰਾਹ ਹੋ ਗਏ ਹੋਰ ਕੋਈ ਐਸੀ ਗੱਲ ਨਹੀਂ ਲੇਕਿਨ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣਗੇ ਪੰਜਾਬ ਦੇ ਲੋਕਾਂ ਨੇ ਤਾਂ ਦੇਸ਼ ਨੂੰ ਦੁਨੀਆ ਨੂੰ ਰਸਤਾ ਦਿਖਾਇਆ ਆ ਜਿਹੜਾ ਮੋਦੀ ਸਾਹਿਬ ਨੇ ਆ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਲੜਾਈ ਲੜੀ ਆ ਜੀ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜੀ ਹੈ ਔਰ 700 ਤੋਂ ਉੱਤੇ ਜਿਹੜੇ ਸਿਵਿਆਂ ਦੇ ਸੇਕ ਦੇ ਨਾਲ ਜੇਕਰ ਮੋਦੀ ਸਾਹਿਬ ਆਪ ਦਾ ਕੋਈ ਫੈਸਲਾ ਅਜ ਤਾਈਂ ਉਹਨਾਂ ਨੇ ਕੋਈ ਫੈਸਲਾ ਵਾਪਸ ਲਿਆ ਨਹੀਂ ਜੇ ਉਹਨਾਂ ਨੇ ਫੈਸਲਾ ਵਾਪਸ ਲਿਆ ਤਾਂ ਪੰਜਾਬੀਆਂ ਕਰਕੇ ਲਿਆ ਸੋ ਪੰਜਾਬੀਆਂ ਨੂੰ ਗੁਮਰਾਹ ਕੋਈ ਨਹੀਂ ਕਰ ਸਕਦਾ ਪੰਜਾਬੀਆਂ ਨੂੰ ਕੋਈ ਮਤਲਬ ਜਿਹੜੇ ਐ 2-4 ਘਟਨਾਵਾਂ ਹੋ ਗਈਆਂ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹਾਂ ਫਰਕ ਪੈਂਦਾ ਲੇਕਿਨ ਜ਼ਿਆਦਾ ਫਰਕ ਨਹੀਂ ਪਏਗਾ ਵਿਲ ਸੈਟ ਆਰ ਕੋਰਸ ਸੋ ਸਮੇਂ ਦੀ ਘਾਟ ਹੈਗੀ ਆ ਸੰਤਵਾ ਸਾਹਿਬ ਅਖੀਰ ਦੇ ਵਿੱਚ ਹੀ ਜ਼ਰੂਰ ਜਾਨਣਾ ਚਾਹਾਂਗਾ ਸਾਡੇ ਵਿਊਅਰਸ ਦੇਖ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਚੋਣਾਂ ਦੇ ਵਿੱਚ ਉਤਰ ਰਹੀ ਹੈ ਦੇਖੋ ਜੀ ਪੰਜਾਬ ਦਾ ਦਰਦ ਹੈ ਪੰਜਾਬ ਦੀਆਂ ਮਾਵਾਂ ਦਾ ਦਰਦ ਹੈ ਚਿੱਟਾ ਪੰਜਾਬ ਦਾ ਦਰਦ ਹੈ ਬੇਅਦਵੀ ਜੀ ਔਰ ਟਰਾਂਸਪੇਰੈਂਸੀ ਜਦੋਂ ਸਾਡੇ ਇੱਥੇ ਆ ਜੇਗੀ ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਅੱਜ ਅੱਜ ਸਾਡੇ ਬੱਚੇ ਦੇਸ਼ ਛੱਡ ਕੇ ਬਾਹਰ ਜਾ ਰਹੇ ਆਂ ਔਰ ਬਾਹਰ ਜਾ ਕੇ ਅਸੀਂ ਸਾਨੂੰ ਰਾਜ ਮਿਲਦਾ ਇੱਥੇ ਜੇ ਅਸੀਂ ਨੌਕਰੀ ਮੰਗਣ ਜਾਂਦੇ ਸਾਨੂੰ ਡਾਂਗਾ ਮਿਲਦੀ ਹੈ ਇਹ ਬੜੇ ਵੱਡੇ ਮੁੱਦੇ ਨੇ ਔਰ ਗਵਰਨੈਂਸ ਦੇ ਵਿੱਚ ਟਰਾਂਸਪੇਰੈਂਸੀ ਲੈ ਕੇ ਆਵਾਂਗੇ ਉਹਦੇ ਨਾਲ ਸਾਰਾ ਕੁਝ ਠੀਕ ਹੋ ਜਾਏਗਾ ਔਰ ਇਹ ਹੋ ਹੀ ਨਹੀਂ ਸਕਦਾ ਵੀ ਪੰਜਾਬ ਦੀ ਧਰਤੀ ਤੇ ਕਰਜ਼ਾ ਰਹੇ ਜੇ ਅਸੀਂ ਕਰਜ਼ਾ ਬਿਲਕੁਲ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ ਔਰ ਮੁੱਢ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਵੱਡਾ ਮੁੱਦਾ ਰਹੇਗਾ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਹੈ ਜੀ ਸੋ ਧੰਨਵਾਦ ਜੀ ਕੁਲਤਾਰ ਸਿੰਘ ਸੰਧਵਾ ਜੀ ਕੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਖੁੱਲਕੇ ਇਹਨਾਂ ਨੇ ਆਪਣੇ ਵਿਚਾਰ ਪਾਰਟੀ ਦੀ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਉਹ ਪੇਸ਼ ਕੀਤੀਆਂ ਨੇ ਸੋ ਸੰਧਵਾ ਸਾਹਿਬ ਧੰਨਵਾਦ ਆ ਤੁਹਾਡਾ ਬਹੁਤ ਮંચ ਪੰਜਾਬ ਤੇ ਪਹੁੰਚ ਲਈ ਧੰਨਵਾਦ ਜੀ ਮੈਂ ਗੁਜ਼ਾਰਿਸ਼ ਕਰੂੰਗਾ ਸੰਧਵਾ ਸਾਹਿਬ ਆਪ ਕਿਰਪਾ ਮંચ ਪਰ ਬਨੇ ਰਹੇ ਅਗਲੇ ਸੈਸ਼ਨ ਕੇ ਲਈ ਕਿਉਂਕਿ ਇੱਕ 1-1 ਇੰਟਰੈਕਸ਼ਨ ਜ਼ਰੂਰ ਹੋਣਾ ਚਾਹੀਏ ਨੇਤਾਵਾਂ ਕੀ ਬਾਤ ਇੰਡੀਆ ਨਿਊਜ਼ ਕੇ ਮਾਧਿਅਮ ਸੇ ਤੋਂ ਆਪ ਪੂਨ ਤਮਾਮ ਸਵਾਲੋਂ ਕੋ ਸੁਣ ਰਹੇ ਹੈ ਲੇਕਿਨ ਆਪਸੀ जो राजनीति है वो खुले मंचों पर भी देखने को मिलती है ऐसे में मंच पंजाब वो प्लेटफॉर्म है जहां पर सवाल जवाब का दायरा जो है उसको बढ़ाते हुए दो आ, सियासी पार्टियों के ये दोनों जो सियासतदान हैं वो आमने सामने होंगे मैं गुजारिश करूंगा सुभाष शर्मा साहब को बीजेपी के महामंत्री हैं वो मंच पर आए अगले सेशन के लिए और ज्वाइन करें संधवा साहब को क्योंकि लड़ाई जो है वो गेंद तो जनता के पाले में लेकिन जो सियासी जंग है उसकी शुरुआत होनी अभी बाकी है क्योंकि 2022 के चुनाव जो है वो बिल्कुल आगामी हैं इसी इस सेशन को कंडक्ट करने के लिए मैं अपने सहयोगी बलदीप को बुलाऊंगा बलदीप कृपया मंच पर आएँ और इन दोनों राजनेताओं से उन सवाल और उन जवाबों का दौर जो है उसकी शुरुआत करें जो कि सीधे पंजाब की जनता से सरोकार रखते हैं ओवर टू यू बलदीप सुभाष जी बहुत बहुत स्वागत है इंडिया न्यूज़ दे मंच पंजाब से ਗੱਲਬਾਤ ਕਰਾਂਗੇ ਸਿਆਸਤ ਦੇ ਉੱਪਰ ਗੱਲਬਾਤ ਕਰਾਂਗੇ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਸੰਧਮਨ ਸਾਹਿਬ ਐਜੂਕੇਸ਼ਨ ਨੂੰ ਲੈ ਕੇ ਰੇੜਕਾ ਲਗਾਤਾਰ ਬਰਕਰਾਰ ਹੈ ਸਿੱਧੂ ਸਾਹਿਬ ਦਿੱਲੀ ਚਲੇ ਜਾਂਦੇ ਨੇ ਕੇਜਰੀਵਾਲ ਸਾਹਿਬ ਪੰਜਾਬ ਆ ਜਾਂਦੇ ਨੇ ਉਹ ਰੇਸ ਦੇ ਦਰਮਿਆਨ ਕਾਂਗਰਸ ਇਹ ਕਹਿੰਦੀ ਹੈ ਕਿ ਸਾਨੂੰ ਤਾਂ ਕੇਂਦਰ ਨੇ ਜਿਹੜੀ ਗ੍ਰੇਡਿੰਗ ਦਿੱਤੀ ਹੋਈ ਆ ਉਹਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆਏ ਇਹ ਕੀ ਇਹ ਕੀ ਮਸਲਾ ਆਇਆਗਾ ਮਸਲਾ ਤਾਂ ਤੁਹਾਨੂੰ ਵੀ ਪਤਾ ਹੈ ਇਹ ਸਾਰਿਆਂ ਦੀ ਜਿਹੜੀ ਸੈਟਿੰਗ ਆ ਕੋਈ ਧੋਖਸੋ ਪਰਿਵਾਰ ਹੋਣਗੇ ਦੇਸ਼ ਦੇ ਉਹ ਕਦੇ ਪੱਗ ਨਹੀਂ ਲੀ ਬਨ ਲੈਂਦੇ ਕੋਈ ਚਿੱਟੀ ਬਨ ਲੈਂਦੇ ਕੋਈ ਭਗਵਾ ਕਰ ਲੈਂਦਾ ਹੈ ਇੱਕੋ ਹੀ ਕਹਾਣੀ ਇੱਕ ਪਾਰਟੀ ਸਾਡੇ ਦੇਸ਼ ਦੇ ਪੋਲੀਟੀਕਲ ਕੈਨਵਸ ਦੇ ਉੱਤੇ ਆਈ ਹੈ ਆਮਾ ਦੀ ਪਾਰਟੀ ਔਰ ਮੈਨੂੰ ਮਾਣ ਹੈ ਕਿ ਮੈਂ ਉਸ ਪਾਰਟੀ ਦਾ ਇੱਕ ਅੰਗ ਹਾਂ ਜਿਹਦੇ ਕਰਕੇ ਅੱਜ ਆਮ ਘਰਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਸਾਡਾ ਇਲੈਕਸ਼ਨ ਦਾ ਮੁੱਦਾ ਬਣ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਸਦਾ ਨਵਜੋਤ ਸਿੰਘ ਸਿੱਧੂ ਅੱਜ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਗੱਲ ਕਰਨ ਵਾਸਤੇ ਦਿੱਲੀ ਜਾ ਰਹੇ ਆ ਇਹ ਸਾਡੀ ਪ੍ਰਾਪਤੀ ਹੈ ਔਰ ਜਿਹੜੀ ਇਹ ਗੱਲ ਕਰਦੇ ਆ ਵੀ ਸਾਨੂੰ ਪਹਿਲਾ ਨੰਬਰ ਮਿਲ ਗਿਆ ਕਿ ਪਹਿਲੇ ਪਾਇਦਾਂ ਤੇ ਅਸੀਂ ਆ ਗਏ ਆ ਤੇ ਫਿਰ ਉਹ ਦੇਖਣ ਅਸੀਂ ਜਾਣੇ ਆ ਜਦੋਂ ਤੇ ਫਿਰ ਸਕੂਲਾਂ ਨੂੰ ਲੋਕ ਕਿ ਨਾਲ ਦਿੰਦੇ ਤੁਸੀਂ ਕਹਿੰਦੇ ਵੜ ਨਹੀਂ ਦੇਣੇ ਤੂੰ ਤਾਂ ਦਿਖਾਓ ਤੁਸੀਂ ਹਿੱਕ ਚੌੜੀ ਕਰਕੇ ਕਹੋ ਵੀ ਆ ਅਸੀਂ ਆ ਸਕੂਲਾਂ ਦਾ ਕੰਮ ਬਣਾਤਾ ਜੀ ਬਹੁਤ ਵਧੀਆ ਆਓ ਸਾਡੇ ਸਕੂਲ ਦੇਖੋ ਸਾਡਾ ਸਿਸਟਮ ਦੇਖੋ ਸਾਡੇ ਟੀਕੇ ਦਾ ਟਾਵਰਾਂ ਤੇ ਜਿਹੜੇ ਵੀ ਕੁੱਟਦੇ ਹੋ ਤੁਸੀਂ ਉਹਨਾਂ ਦੇ ਬੱਚੀਆਂ ਦੀਆਂ ਗੁੱਤਾ ਪਟਦੇ ਹੋ ਪਾਣੀ ਦੇ ਬੁਸ਼ਾਰਾ ਕਰਦੇ ਹੋ ਇਹ ਇਹਦੇ ਕਰਕੇ ਤੁਹਾਨੂੰ 1 ਨੰਬਰ ਦਿੱਤਾ ਉਹ ਮੈਂ ਤਾਂ ਮੈਨੂੰ ਤਾਂ ਸ਼ੱਕ ਹੈ ਵੀ ਇਹਨਾਂ ਦੀ ਇਹ ਇਹ ਸੈਟਿੰਗ ਹੀ ਹੈ ਕਿ ਤੁਸੀਂ ਬਸ ਮਤਲਬ ਡਿਸਕ੍ਰੈਡਿਟ ਕਰੋ ਭਾਵੇਂ ਤੁਹਾਨੂੰ ਮਾੜੇ ਬੰਦੇ ਨੂੰ ਵੀ ਅੱਗੇ ਲਿਆਉਣਾ ਪਵੇ ਸੁਆਸ਼ ਜੀ ਤੋਂ ਜਵਾਬ ਲੈ ਲੈਣਾ ਹੈ ਸੁਆਸ਼ ਜੀ ਉਹ ਕਹਿ ਰਿਹਾ ਕਿ ਸੈਟਿੰਗ ਹੈ ਇਸ ਕਰਕੇ ਗ੍ਰੇਡਿੰਗ ਦੇ ਵਿੱਚ ਨੰਬਰ 1 ਹੈ ਖੈਰ ਇਹਦਾ ਜਵਾਬ ਤਾਂ ਸਾਰੇ ਦੇਸ਼ ਨੂੰ ਪਤਾ ਹੀ ਹੈ ਗ੍ਰੇਡਿੰਗ ਦੇ ਕਈ ਪੈਰਾਮੀਟਰਸ ਹੁੰਦੇ ਆ ਲੇਕਿਨ ਜਿਹੜਾ ਇੰਪੋਰਟੈਂਟ ਸਵਾਲ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਮਝ ਆਣਾ ਹੈ ਔਰ ਆ ਰਿਹਾ ਹੈ ਦਿੱਲੀ ਚ ਲੋਗ ਧਰਨੇ ਤੇ ਬੈਠੇ ਆ ਦਿੱਲੀ ਯੂਨੀਵਰਸਿਟੀ ਦੇ 12 ਕਾਲਜਾਂ ਦੇ ਪ੍ਰੋਫੈਸਰ ਪਿਛਲੇ ਕਈ ਮਹੀਨਿਆਂ ਤੋਂ ਸੈਲਰੀ ਨਾ ਮਿਲਣ ਕਰਕੇ ਧਰਨੇ ਤੇ ਬੈਠੇ ਆ ਕਾਲੀ ਦੀਵਾਲੀ ਹੋ ਗਈ ਉਹਨਾਂ ਦੀ ਕੰਟਰੈਕਟ ਦੇ EMPLOYEES ਧਰਨੇ ਤੇ ਬੈਠੇ ਆ ਉਹਨਾਂ ਨੂੰ ਉੱਥੇ ਛੱਡ ਕੇ ਉਹਨਾਂ ਦੀਆਂ ਮੰਗਾਂ ਨਾ ਸੁਣਦੇ ਹੋਏ ਕੇਜਰੀਵਾਲ ਸਾਹਿਬ ਇੱਥੇ ਆ ਕੇ ਟੀਚਰਸ ਦੇ ਧਰਨੇ ਤੇ ਬੈਠਦੇ ਨੇ ਦਿੱਲੀ ਦੇ ਲੋਕ ਵਿਚਾਰੇ ਪਰੇਸ਼ਾਨ ਨੇ ਵੀ ਸਾਡੀ ਗੱਲ ਤਾਂ ਸੁਣੀ ਨਹੀਂ ਪੰਜਾਬ ਵਾਲਿਆਂ ਦੀ ਸੁਣਨ ਜਾ ਰਹੇ ਨੇ ਉਸ ਤੋਂ ਵੱਡਾ ਡਰਾਮਾ ਫਿਰ ਸਿੱਧੂ ਸਾਹਿਬ ਕਰਦੇ ਨੇ ਪੰਜਾਬ ਦੇ ਟੀਚਰ ਧਰਨੇ ਤੇ ਬੈਠੇ ਨੇ ਵਿਚਾਰਾ ਕੋਈ EMPLOYEE ਟੈਂਕੀ ਤੇ ਬੈਠਾ ਹੈ UGC ਨੂੰ ਡੀ ਲਿੰਕ ਕਰਨ ਤੋਂ ਲੈ ਕੇ ਕੰਗਰਾ ਸਾਹਿਬ ਪੀਏਯੂ ਚ ਪ੍ਰੋਫੈਸਰ ਜਿਹੜੇ ਸਾਇੰਟੀਸਟ ਉਹ ਮਰਨਵਰਤ ਤੇ ਬੈਠੇ ਨੇ ਸਾਡੇ ਪੀਯੂ ਨਾਲ ਬਿਲੋਂਗ ਕਰਦੇ ਆ ਪੰਜਾਬ ਯੂਨੀਵਰਸਿਟੀ ਨੂੰ ਅੱਜ ਤੋਂ ਉਥੇ ਧਰਨਾ ਸ਼ੁਰੂ ਹੋ ਰਿਹਾ ਹੈ ਇੰਨਾ ਸਾਰਿਆਂ ਦੀਆਂ ਗੱਲਾਂ ਨਾ ਸੁਣਦੇ ਹੋਏ ਸਿੱਧੂ ਸਾਹਿਬ ਦਿੱਲੀ ਜਾ ਕੇ ਡਰਾਮਾ ਕਰਦੇ ਨੇ ਸੋ ਪੰਜਾਬ ਦੀ ਜਨਤਾ ਤੇ ਦਿੱਲੀ ਦੀ ਜਨਤਾ ਦੋਨੋਂ ਦੇਖ ਰਹੀ ਹੈ ਕਿ ਜਿਨ੍ਹਾਂ ਕੋਲੇ ਪੰਜਾਬ ਔਰ ਦਿੱਲੀ ਦੇ ਮਸਲੇ ਹੱਲ ਕਰਨ ਦੀ ਜ਼ਿੰਮੇਵਾਰੀ ਸੀ ਉਹ ਆਪਣੇ ਸੂਬੇ ਦੇ ਮਸਲੇ ਤਾਂ ਹੱਲ ਨਹੀਂ ਕਰ ਪਾਰੇ ਕਰਨਾ ਚਾਹੁੰਦੇ ਨਹੀਂ ਕਰਨ ਦੀ ਇੱਛਾ ਨਹੀਂ ਲੇਕਿਨ ਆਪਣੇ ਪੋਲਿਟੀਕਲ ਮਾਈਲੇਜ ਲੈਣ ਲਈ ਜਾਂ ਇੱਕ ਤਰ੍ਹਾਂ ਨਾ ਮੈਂ ਕਹਾਂ ਲੋ ਕਿ ਲਾਈਮਲਾਈਟ ਚ ਆਉਣ ਲਈ ਖਬਰਾਂ ਚ ਬਨੇ ਰਹਿਣ ਲਈ ਦੂਜੇ ਸੂਬਿਆਂ ਜਾ ਕੇ ਪ੍ਰਦਰਸ਼ਨ ਵੀ ਕਰ ਰਹੇ ਨੇ ਧਰਨੇ ਵੀ ਦੇ ਰਹੇ ਨੇ ਧਰਨਾ ਦੇਣ ਵਾਲਿਆਂ ਨਾਲ ਸympathy ਵੀ ਜ਼ਾਹਿਰ ਕਰ ਰਹੇ ਨੇ ਇਸ ਗੱਲ ਨੂੰ ਪੰਜਾਬੀ ਵੀ ਦੇਖ ਰਹੇ ਨੇ ਔਰ ਦਿੱਲੀ ਵਾਸੀ ਵੀ ਦੇਖ ਰਹੇ ਨੇ ਸੋ ਇਹ ਦੋਨਾਂ ਪਾਰਟੀਆਂ ਦੀ ਜਿਹੜੀ ਗਵਰਨੈਂਸ ਦੀ ਜਿਹੜਾ ਰੋਲਾ ਪਾਉਂਦੇ ਨੇ ਉਹਨੂੰ ਐਕਸਪੋਜ਼ ਕਰਨ ਦਾ ਇਸ ਤੋਂ ਵੱਡਾ ਉਦਾਹਰਣ ਕੋਈ ਨਹੀਂ ਹੋ ਸਕਦਾ ਕਿ ਆਪਣੇ ਸੂਬਿਆਂ ਦੇ ਲੋਕ ਤਰਸਤ ਨੇ ਔਰ ਦੂਜੀ ਜਗ੍ਹਾ ਜਾ ਕੇ ਆਪਾਂ ਕੋਸ਼ਨਾਵਾ ਕਰ ਰਹੇ ਆ ਇਹਨਾਂ ਨੂੰ ਸਬਕ ਲੈਣ ਦੀ ਲੋੜ ਹੈ ਸਿੱਧੂ ਸਾਹਿਬ ਨੂੰ ਸਬਕ ਲੈਣ ਦੀ ਲੋੜ ਹੈ ਕਿ ਪੰਜਾਬ ਦੇ ਟੀਚਰਾਂ ਦੀ ਗੱਲ ਸੁਣ ਕੇ ਉਹ ਧਰਨਾ ਚਕਵਾਓ ਉਸ ਮਸਲੇ ਨੂੰ ਹੱਲ ਕਰੋ ਕੰਟਰੈਕਟ ਦੇ EMPLOYEES ਨੂੰ ਪੱਕਾ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਕਰੋ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਉਹਨਾਂ ਟੀਚਰਾਂ ਨੂੰ ਕਾਲਜਾਂ ਦੇ ਨੂੰ ਜਿਹੜੇ ਵਿਚਾਰੇ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਘਰਾਂ 'ਚ ਉਹਨਾਂ ਨੂੰ ਰੋਜ਼ੀ-ਰੋਟੀ ਦਾ ਸੰਕਟ ਆ ਗਿਆ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਰਿਲੀਜ਼ ਕਰੋ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਮੈਨੂੰ ਹੈਰਾਨੀ ਹੋਈ ਕੇਜਰੀਵਾਲ ਸਾਹਿਬ ਨੇ ਇੱਥੇ ਆ ਕੇ ਗਾਰੰਟੀ ਦਿੱਤੀ ਕਿ ਅਸੀਂ ਪੁਰਾਣੇ ਸਕੂਲਾਂ ਦੀਆਂ ਇਮਾਰਤਾਂ ਢਾ ਕੇ ਨਵੀਆਂ ਵਧੀਆ ਇਮਾਰਤਾਂ ਬਣਾਵਾਂਗੇ ਅੱਛੀ ਗੱਲ ਹੈ ਲੇਕਿਨ ਕੇਜਰੀਵਾਲ ਸਾਹਿਬ ਭੁੱਲ ਗਏ ਕਿ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਮੈਂ ਦਿੱਲੀ 'ਚ 20 ਨਵੇਂ ਕਾਲਜ ਬਣਾਵਾਂਗਾ 2015 ਤੋਂ ਲੈ ਕੇ ਅੱਜ 2021 ਤੱਕ 6 ਸਾਲ ਚ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਇਹਨੂੰ ਸਾਬਿਤ ਵੀ ਕਰ ਦੇਵਾਂਗਾ ਤੁਸੀਂ ਜਿੱਥੇ ਕਹੋਗੇ ਤੁਹਾਨੂੰ ਕਾਗਜ਼ ਵੀ ਦਿਖਾ ਦੇਵਾਂਗਾ ਇੱਕ ਵੀ ਨਵਾਂ ਸਰਕਾਰੀ ਕਾਲਜ ਦਿੱਲੀ ਚ ਕੇਜਰੀਵਾਲ ਸਾਹਿਬ ਦੀ ਪ੍ਰਿਆਸਾ ਨਾਲ ਅਪਰੂਵ ਨਹੀਂ ਹੋਇਆ ਪਿਛਲੇ ਸਾਲ ਇੱਕ ਨਵਾਂ ਕਾਲਜ ਜ਼ਰੂਰ ਅਪਰੂਵ ਹੋਇਆ ਉਹ ਸਾਡੇ ਸੰਸਦ ਰਮੇਸ਼ ਵਿਧੂਈ ਨੇ ਅਪਰੂਵ ਕਰਵਾਇਆ ਇੱਕ ਨਵਾਂ ਕਾਲਜ ਜਿਹੜੇ ਨਹੀਂ ਬਣਾ ਸਕੇ 6 ਸਾਲਾਂ 'ਚ ਉਹ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਨੇ ਅਸੀਂ ਪੁਰਾਣੀਆਂ ਇਮਾਰਤਾਂ ਢਾਕੇ ਨਵੀਆਂ ਇਮਾਰਤਾਂ ਬਣਾ ਦੇਾਂਗੇ ਅੱਛਾ ਠੀਕ ਹੈ ਇਸ ਕਰਕੇ ਇਹ ਇਹ ਜਿਹੜੇ ਇਹ ਜਿਹੜੇ ਡਰਾਮੇ ਬਾਜੀ ਹੈ ਇਹ ਜਿਹੜੇ ਪੋਲਿਟੀਕਲ ਸ ਇਹ ਖਬਰਾਂ ਜ ਬਣ ਰਹੀਆਂ ਨੇ ਤੇ ਠੀਕ ਨੇ ਲੇਕਿਨ ਇਹ ਗਵਰਨੈਂਸ ਤੇ ਬਹੁਤ ਵੱਡਾ ਕੁਐਸਚਨ ਲਗਾਉਂਦੇ ਨੇ ਇਸ ਗੱਲ ਦੀ ਪੰਜਾਬੀਆਂ ਨੂੰ ਵਿਚਾਰ ਕਰਨ ਦੀ ਲੋ ਅੱਛਾ ਮੈਂ ਡਾਕਟਰ ਦਿਲਜੀਤ ਸਿੰਘ ਚੀਮਾ ਬੈਠੇ ਸੀ ਇਸੇ ਮੰਚ ਦੇ ਉੱਪਰ ਥੋੜੀ ਜਿਹਾ ਪਹਿਲਾਂ ਵੀ ਸਿੱਖਿਆ ਮੰਤਰੀ ਰਹਿ ਕੇ ਹਟੇ ਨੇ ਉਹ ਜ਼ਿਕਰ ਕਰ ਰਹੇ ਸੀ ਮੈਂ ਸਵਾਲ ਕੀਤਾ ਕਿ ਪ੍ਰਗਟ ਸੀ ਕਿ ਆਂਕੜਾ ਸ਼ੇਅਰ ਕਰਦੇ ਨੇ ਕਿ ਪਹਿਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਵਧੀ ਹੈ ਬੱਚਿਆਂ ਦੀ ਤਾਂ ਉਹ ਕਹਿੰਦੇ ਨੇ ਕਿ ਉਹ ਜੋ ਸਰਕਾਰ ਦੀ ਪ੍ਰਾਪਤੀਆਂ ਦੇ ਨਾਲ ਨਹੀਂ ਵਧੀ ਕਰੋਨਾ ਦੇ ਕਰਕੇ ਜੋ ਹੈਂਡਲ ਪ੍ਰੋਪਰਲੀ ਨਹੀਂ ਕੀਤਾ ਉਸ ਕਰਕੇ ਗਿਣਤੀ ਜਿਹੜੀ ਹੈ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਜਿਹੜੀ ਹੈ ਸਰਕਾਰੀ ਸਕੂਲਾਂ ਚ ਵਧੀ ਹੈ ਤੁਸੀਂ ਸਹਿਮਤ ਹੋ ਇਸ ਨਾਲ ਕਿ ਤੁਹਾਡੀ ਵੀ ਨਕਾਮੀ ਰਹੀ ਹੈ ਉਸ 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 ਦੇ ਵਿੱਚ ਕਿ ਕਰੋਨਾ ਨੂੰ ਤੁਸੀਂ ਠੀਕ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇ ਦੇਖੋ ਹੈਲਥ ਸਟੇਟ ਸਬਜੈਕਟ ਹੈ ਅਗਰ ਪੰਜਾਬ ਚ ਕਰੋਨਾ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ ਹੋਇਆ ਜਾਂ ਦਿੱਲੀ ਚ ਜੋ ਮਹਾਮਾਰੀ ਨੇ ਪ੍ਰਕੋਪ ਮਚਾਇਆ ਉਹਦਾ ਜਿਹੜਾ ਕਾਰਨ ਹੈ ਉਹ ਸਟੇਟ ਗਵਰਨਮੈਂਟ ਦੀ ਨਕਾਮੀ ਹੈ ਜੋ ਜੋ ਕੇਂਦਰ ਸਰਕਾਰ ਸਹਾਇਤਾ ਭੇਜਦੀ ਰਹੀ ਤੁਸੀਂ ਹਾਲਤ ਦੇਖ ਲਓ ਜਿਹੜੇ ਵੈਂਟੀਲੇਟਰ ਮੋਦੀ ਸਾਹਿਬ ਨੇ ਭੇਜੇ ਉਹ ਵੈਂਟੀਲੇਟਰ ਪੰਜਾਬ ਚ ਇਸ ਕਰਕੇ ਚਾਲੂ ਹੀ ਨਹੀਂ ਹੋ ਸਕੇ ਕਿ ਉਹਨਾਂ ਨੂੰ ਚਲਾਉਣ ਵਾਲੇ ਜਿਹੜੇ ਇੰਸਟ੍ਰਕਟਰ ਚਾਹੀਦੇ ਸੀ ਉਹਨਾਂ ਦੀ ਭਰਤੀ ਨਹੀਂ ਕਰ ਸਕੇ ਉਦਾਂ ਤੇ ਉਦਾਂ ਪੈਕ ਵੈਂਟੀਲੇਟਰ ਪਏ ਰਹੇ ਜਿੰਨਾ ਫੰਡ ਆਇਆ ਹੈਲਥ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਲਈ ਉਹ ਸਾਰਾ ਫੰਡ ਕਿੱਥੇ ਖਰਚ ਹੋਇਆ ਇਸ ਗੱਲ ਦਾ ਅਗਰ ਆਡਿਟ ਹੋ ਜਾਏ ਤੇ ਪੰਜਾਬ ਸਰਕਾਰ ਨੂੰ ਮੂੰਹ ਛਪਾਣ ਲਈ ਜਗ੍ਹਾ ਨਹੀਂ ਮਿਲੇਗੀ ਸੇਮ ਹਾਲਤ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦੀ ਸੀਗੀ ਸੁਪਰੀਮ ਕੋਰਟ ਨੂੰ ਫਟਕਾਰ ਲਾਣੀ ਪਈ ਕਿ ਤੁਸੀਂ ਸਾਡੀ ਆਕਸੀਜਨ ਦਾ ਮੈਂ ਆਡਿਟ ਕਰਾਉਂਗਾ ਅਗਲੇ ਦਿਨ ਤਾਂ ਆਕਸੀਜਨ ਦੀ ਸਪਲਾਈ ਠੀਕ ਹੋ ਗਈ ਸੋ ਇਸ ਕਰਕੇ ਸਾਰੀ ਜਿਹੜੀ ਬਹਾਨੇਬਾਜ਼ੀ ਹੈ ਬੀਸਿਕਲੀ ਦੂਜਿਆਂ ਤੇ ਔਨਸ ਨੂੰ ਸ਼ਿਫਟ ਕਰਨ ਦੀ ਇਹ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਪ੍ਰਕਾਰ ਨਾਲ ਨਹੀਂ ਨਿਭਾਉਂਦੇ ਆ ਜਿੱਥੋਂ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਦੀ ਗੱਲ ਹੈ ਉਹ ਹਾਲਤ ਕਿਸੇ ਤੋਂ ਛਿਪੀ ਨਹੀਂ ਹੈ ਲਗਾਤਾਰ ਸਾਡਾ ਜਿਹੜਾ ਸਿਸਟਮ ਹੈ ਲਗਾਤਾਰ ਸਾਡੇ ਜਿਹੜੇ ਸਕੂਲਾਂ ਦੀ ਸਥਿਤੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਇਹ ਚ ਕੋਈ ਸ਼ੱਕ ਨਹੀਂ ਕਿ ਆਪਾਂ ਪਬਲਿਸਿਟੀ ਲਾਣ ਲਈ ਕੁਝ ਮਾਡਲ ਸਕੂਲਾਂ 'ਚ ਪੈਸੇ ਖਰਚ ਕਰ ਲੈਣੇ ਆ ਤਾਂ ਕਿ ਆਪਾਂ ਅਖਬਾਰਾਂ 'ਚ ਐਡਵਰਟਾਈਜ਼ਮੈਂਟਸ ਦੇ ਸਕੀਏ ਉਹੀ ਕੰਮ ਦਿੱਲੀ ਸਰਕਾਰ ਕੇਜਰੀਵਾਲ ਦਾ ਮਾਡਲ ਹੈ ਐਡਵਰਟਾਈਜ਼ਮੈਂਟ ਦਾ ਮਾਡਲ ਉਹ ਸਿੱਖਿਆ ਕ੍ਰਾਂਤੀ ਨਹੀਂ ਹੈ ਬੇਸਿਕਲੀ ਉਹ ਪ੍ਰਚਾਰ ਦੀ ਕ੍ਰਾਂਤੀ ਹੈ ਉਹੀ ਹਾਲ ਪੰਜਾਬ ਸਰਕਾਰ ਦੇ ਅੰਦਰ ਹੈ ਜਦ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਕਿ ਐਜੂਕੇਸ਼ਨ ਦੇ ਅੰਦਰ ਬਜਟ ਨੂੰ ਵਧਾਣਾ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਕੇਂਦਰ ਸਰਕਾਰ ਦਾ ਤੁਸੀਂ ਪਿਛਲੇ 7 ਸਾਲ ਜੋ ਯੂਨੀਅਨ ਬਜਟ ਅਸੀਂ ਪੇਸ਼ ਕਰਦੇ ਆਂ ਹਰ ਸਾਲ ਸਿੱਖਿਆ ਦੇ ਲਈ ਔਰ ਹੈਲਥ ਲਈ ਪੈਸੇ ਵਧਾ ਰਹੇ ਆਂ ਔਰ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਉਦੋਂ ਤੁਸੀਂ ਟਾਰਗੇਟ ਰੱਖਿਆ ਹੈ ਕਿ ਅਸੀਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ ਜੀਡੀਪੀ ਦਾ 6% ਸਿੱਖਿਆ 'ਤੇ ਖਰਚ ਕਰਾਂਗੇ ਉਸ ਲਕਸ਼ ਨੂੰ ਲੈ ਕਰਕੇ ਸਰਕਾਰ ਚੱਲ ਰਹੀ ਹੈ ਜਦ ਤੱਕ ਤੁਸੀਂ ਐਜੂਕੇਸ਼ਨ 'ਚ ਸਪੈਂਡ ਨਹੀਂ ਕਰੋਗੇ ਜਦ ਤੱਕ ਸਰਕਾਰਾਂ ਸਿੱਖਿਆ 'ਚ ਖਰਚ ਨਹੀਂ ਕਰਨਗੀਆਂ ਆਪਣੇ ਬਜਟ ਨੂੰ ਇੰਪਰੂਵ ਨਹੀਂ ਕਰਨਗੀਆਂ ਉਦੋਂ ਤੱਕ ਪ੍ਰਚਾਰ ਤੇ ਕਰ ਸਕਦੇ ਹੋ ਹਾਲਤ ਨਹੀਂ ਸੁਧਾਰ ਸਕਦੇ अच्छा सधवा साहब अकाली दल ਨਾਲ ਕਈ ਲੀਡਰਾਂ ਨਾਲ ਗੱਲਬਾਤ ਹੁੰਦੀ ਹੈ ਆਫ ਰਿਕਾਰਡ ਤਾਂ ਉਹ ਇਹ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ 2017 ਦੇ ਵਿੱਚ ਨਸ਼ੇ ਦਾ ਬੜਾ ਪ੍ਰਚਾਰ ਕੀਤਾ ਗਿਆ ਸੀ ਉੜਤਾ ਪੰਜਾਬ ਫਿਲਮ ਬਣ ਗਈ ਔਰ ਉਸ ਨੂੰ ਇੱਕ এজেন্ডਾ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਵਿਰੋਧੀ ਪਾਰਟੀਆਂ ਤੁਹਾਡੀਆਂ ਕਹਿੰਦੀਆਂ ਨੇ ਤੁਹਾਨੂੰ ਲੱਗਦਾ ਕਿ ਜੋ ਸਿੱਖਿਆ ਦਾ ਮਸਲਾ ਹੈਗਾ ਇਸ ਦੇ ਉੱਪਰ ਵੀ ਉਹ ਇਹੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਇਸ ਨੂੰ ਮਸਲਾ ਬਣਾ ਰਹੀ ਹੈ ਏਜੰਡਾ ਬਣਾ ਰਹੀ ਹੈ ਜਦੋਂ ਕਿ ਪੰਜਾਬ ਦੇ ਬੱਚੇ ਇੰਨੇ ਕੈਪੇਬਲ ਹੈਗੇ ਆ ਉਹ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਹਾਈਲਾਈਟਸ ਕਰਕੇ ਫੋਰਨ ਵੀ ਚਲੇ ਜਾਂਦੇ ਆ ਉੱਥੇ ਜਾ ਕੇ ਚੰਗੀਆਂ ਕੰਪਨੀਆਂ ਚ ਕੰਮ ਵੀ ਕਰਦੇ ਆ ਇਹ ਇਹ ਅਕਾਲੀ ਦਲ ਦੇ ਲੀਡਰ ਜਾਂ ਕਾਂਗਰਸ ਦੇ ਕਹਿ ਲਈਏ ਉਹ ਇਹ ਗੱਲ ਪਹਿਲੀ ਗਲਤੀਾ ਜੇ ਕਿਤੇ ਉਹ ਅਕਾਲੀ ਦਲ ਦੇ ਲੀਡਰ ਹੁੰਦੇ ਤੇ ਫਿਰ ਉਹਨਾਂ ਨੇ ਜਦੋਂ ਉਹਨਾਂ ਕੋਲ 2.5 ਸਾਲ ਦਾ ਮੌਕਾ ਸੀਗਾ ਤੇ ਉਹਨਾਂ ਨੇ ਬੇਅਦਵੀ ਦਾ ਹੱਲ ਕਰ ਦੇਣਾ ਸੀ। ਉਹ ਮੇਰੇ ਮਾਨਯੋਗ ਨੇ ਵੱਡੇ ਨੇ ਡਾਕਟਰ ਨੇ ਆਪਦੀ profession ਤੋਂ ਉਹ ਬਾਦਲ ਦਲ ਦੇ ਇੱਕ ਬਾਦਲ ਕੰਪਨੀ ਆ ਉਹਦੇ ਲੀਡਰ ਨੇ ਉਹ। ਅਕਾਲੀ ਦਲ ਤਾਂ ਹੈ ਹੀ ਨਹੀਂ। ਅਕਾਲੀ ਦਲ ਨੂੰ ਤਾਂ ਇਹਨਾਂ ਨੇ ਅੰਦਰ ਵਾਰ ਕੇ ਰੱਖਤਾ। ਅਕਾਲੀ ਦਲ ਨੂੰ ਇਹਨਾਂ ਨੇ ਪਤਾ ਨਹੀਂ ਐਡਾ ਧਰੋਹ ਕਮਾਇਆ ਜੇ ਅਕਾਲੀ ਦਲ ਪੰਜਾਬ ਦੇ ਵਿੱਚ ਹੁੰਦਾ ਤੇ ਅੱਜ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰ ਲੇਬਰ ਨਾ ਕਰਨ ਜਾਂਦੇ। ਜੇ ਅਕਾਲੀ ਦਲ ਹੁੰਦਾ ਤੇ ਇੱਥੇ ਨਾਮ ਮੁਕੱਦਸ ਕੁਰਾਨ ਦੀ ਬੇਅਦਬੀ ਹੋਣੀ ਸੀ ਨਾ ਪਵਿੱਤਰ ਗੀਤਾ ਦੀ ਬੇਅਦਬੀ ਹੋਣੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ ਕੋਈ ਸੋਚ ਹੀ ਨਹੀਂ ਸਕਦਾ ਸੀ ਜੇ ਅਕਾਲੀ ਦਲ ਹੁੰਦਾ ਤੇ ਪੰਜਾਬ ਨੇ ਉਹੀ ਰੰਗਲਾ ਪੰਜਾਬ ਜਿਹੜਾ ਅਸੀਂ ਘਰ ਘਰ ਚਿੱਟਾ ਹੈ ਜੀ ਮੈਂ ਹੁਣ ਆ ਰਿਹਾ ਤੁਹਾਡੇ ਮੈਨੂੰ ਕਾਰਜ ਵਾਂਦਰ ਜਟਾਣਾ ਪਿੰਡ ਆ ਮੇਰੇ ਹਲਕੇ ਦੇ ਜਿੱਥੋਂ ਫੋਨ ਆਇਆ ਕਹਿੰਦੇ ਜੀ ਰੇਲਵੇ ਦੇ ਫਾਟਕਾਂ ਦੇ ਵਿੱਚ ਉੱਥੇ ਕਿਹੜੇ ਕੁਆਟਰ ਪਏ ਉਹਨਾਂ 'ਚ ਨਸ਼ਾ ਲੱਗ ਰਿਹਾ ਤੁਸੀਂ ਆਓ ਇਹਨੂੰ ਰੋਕੀਏ ਆਪਾਂ ਪੁਲਿਸ ਰੋਕਦੀ ਨਹੀਂ ਹੈ ਇਹ ਮਾਵਾਂ ਦਾ ਦਰਦ ਹੈ ਭਰਾਵਾਂ ਦਾ ਦ ਤੁਸੀਂ ਸੁਬਾ ਕਿਸੇ ਸਿਵਲ ਹਸਪਤਾਲ ਜਾੜੋ ਡਿਸਟ੍ਰਿਕਟ ਸਿਵਲ ਹਸਪਤਾਲ ਚ ਉੱਥੇ ਹਜ਼ਾਰ ਬੰਦੇ ਤੋਂ ਘਟ ਜੇ ਕੋਈ ਬੰਦਾ ਹੋਵੇ ਜਿਹੜਾ ਰੋਜ਼ ਨਸ਼ਾ ਲੈਣ ਜਾਂਦਾ ਉਹ ਸਾਡੇ ਨੌਜਵਾਨ ਜਿਨ੍ਹਾਂ ਨੇ ਮਤਲਬ ਪੰਜਾਬ ਨੂੰ ਅੱਗੇ ਵਧਾਉਣਾ ਦੇਸ਼ ਨੂੰ ਅੱਗੇ ਵਧਾਉਣਾ ਸਾਡੀਆਂ ਸਰਦਾਂ ਤੇ ਰਾਖੀ ਕਰਨੀ ਹੈ ਓਏ ਉਹ ਬੱਚੇ ਨਸ਼ੇ ਤੇ ਲੱਗੇ ਹੋਏ ਆ ਇਹ ਕਹਿੰਦੇ ਏਜੰਡਾ ਬਣਾ ਲਿਆ ਹੂੰ ਇੰਨਾ ਲੋਕਾਂ ਨੇ ਪੰਜਾਬ ਨੂੰ ਪੰਜਾਬੀਆਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਇਆ ਚਿੱਟਾ ਇੱਥੇ ਲਿਆ ਕੇ ਚਿੱਟਾ ਕਦੇ ਸੋਚਦਾ ਨਹੀਂ ਸੀ ਕੋਈ ਇਹਨਾਂ ਦੀ ਗਲਤ ਪਾਲਿਸੀਆਂ ਆ ਉਹ ਜਿਹੜੀ ਬੁਪਰੀ ਨੋਰਫਿਨ ਆ ਉਹ ਉਹਨੂੰ ਇਹ ਸਰਕਾਰੀ ਤੌਰ ਤੇ ਬਲੈਕ ਕਰ ਰਿਆ ਹੈ ਸਰਕਾਰੀ ਤੌਰ ਤੇ ਪੱਕੇ ਅਵਲੀ ਬਣਾ ਰਿਆ ਪੰਜਾਬੀਆਂ ਨੂੰ ਇਹ ਉਹਨੂੰ ਠੀਕ ਕਰਨ ਵਾਲਤਾ ਕੋਈ ਸੋਚ ਹੀ ਨਹੀਂ ਹੈ 2 ਕਰੋੜ ਦੀ ਦਵਾਈ ਆ ਕਾਂਗਰਸ ਦੇ ਰਾਜ ਦੇ ਵਿੱਚ ਬੁਪਰੀ ਨੋਰਫਿਨ ਮਿਸਮੈਨੇਜ ਹੋ ਗਈ ਇੱਕ ਵੀ ਬੰਦੇ ਨੂੰ ਫੜ ਕੇ ਇਹਨਾਂ ਨੇ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਕਹਿੰਨ ਸਜ਼ਾ ਨਹੀਂ ਦਿੱਤੀ ਇਹ ਸਾਰੇ ਇੱਕੋ ਨੇ ਇਹ ਨੀਲੇ ਜਿੱਟੇ ਪੰਜਾਬ ਨੂੰ ਇਹਨਾਂ ਨੇ ਖਤਮ ਕਰਕੇ ਰੱਖ ਦਿੱਤਾ ਅੱਛਾ ਸਦਨਾ ਸਾਹਿਬ ਉਹ ਗੱਲ ਕਹਿੰਦੇ ਨੇ ਕਿ ਅਗਰ ਆਮ ਆਦਮੀ ਪਾਰਟੀ ਸੱਚ ਮੁੱਚ ਡਰੱਗਸ ਦੇ ਮਸਲੇ ਤੇ ਇੰਨੀ ਸੀਰੀਅਸ ਸੀ ਤਾਂ ਆਮ ਆਦਮੀ ਪਾਰਟੀ ਨੇ ਮਜੀਠੀਆ ਸਾਹਿਬ ਤੋਂ ਮਾਫੀ ਮੰਗ ਲਈ ਚੋਣਾਂ ਤੋਂ ਬਾਅਦ ਦੇਖੋ ਮੈਂ ਨਾ ਜੀ ਸਰਪੰਚ ਰਹਾਂ ਮੇਰੇ ਨਾਲ ਦੇ ਇੱਕ ਸਰਪੰਚ ਨੇ ਉਹਦੀ ਪੰਚਾਇਤ ਨੇ ਲਿਖ ਕੇ ਦਿੱਤਾ ਥਾਣੇ ਕਿ ਆ ਫਲਾਨੀ ਜਨਾਨੀ ਜੀ ਬੱਚਾ ਲੈਣਾ ਸੌਰੀ ਮੈਂ ਗੱਲ ਕਰ ਰਿਹਾ ਪਰ ਲੇਕਿਨ ਇਫੈਕਟ ਹੈ ਲੇਕਿਨ ਬੱਚਾ ਲੈਣ ਦਾ ਸਬੂਤ ਕਿੱਥੇ ਆ ਉਹ ਅਦਾਲਤ ਦੇ ਵਿੱਚ ਉਹਨੇ ਜਨਾਨੀ ਨੇ ਐਪਲੀਕੇਸ਼ਨ ਲਾਤੀ ਤੇ ਫੜ ਪਰਚਾ ਹੋ ਗਿਆ ਸਾਰੀ ਪੰਚਾਇਤ ਤੇ ਸਾਰੀ ਪੰਚਾਇਤ ਨੂੰ ਅਦਾਲਤ ਦੇ ਵਿੱਚ ਤਾਂ ਮਾਫੀ ਮੰਗਣੀ ਪਈ ਪਿੰਡ ਦੀ ਸਾਥੇ ਵੀ ਮਾਫੀ ਮੰਗਣੀ ਪਈ ਬਿਮਾਰ ਸੱਚ ਸਾਨੂੰ ਬਖਸ਼ ਦਿਓ ਜੀ ਅਸੀਂ ਗਲਤ ਕਹਿ ਬੈਠੇ ਸੀ ਇਹ ਉਹੀ ਕਹਾਣੀ ਇੱਥੇ ਹੋਈ ਹੈ ਜੇ ਕਿਤੇ ਅਸੀਂ ਆਏ ਹੁੰਦੇ ਸਰਕਾਰ 'ਚ ਫਿਰ ਦਿਖਾਉਂਦੇ ਕਿਹੜਾ ਮਾਫੀ ਮੰਗਦਾ ਕੌਣ ਨਹੀਂ ਮੰਗਦਾ ਇਹਨਾਂ ਦੀ ਚਾਚੇ ਭਤੀਜੇ ਦੀ ਸਰਕਾਰ ਸੀ ਨਾ ਇਹ ਸੈਟਿੰਗ ਕਰਕੇ ਹੁਣ ਤਾਂ ਚੂਹ ਨਹੀਂ ਕਰਦਾ ਹੁਣ ਨਹੀਂ ਦੇਖਿਆ ਮਟੀਰੀਅਲ ਕਿਤੇ ਵੀ ਜਦੋਂ ਦਾ ਕੈਪਟਨ ਗਿਆ ਹੁਣ ਨਹੀਂ ਨੀਦਾ ਮਜੀਤਿਆ ਕੀ ਗੱਲ ਅਜੇ ਸੈਟਿੰਗ ਨਹੀਂ ਨਾ ਹੋਈ ਹਣੀ ਚੰਨੀ ਨਾਲ ਜਦੋਂ ਹੋਗੀ ਫਿਰ ਦੇਖਣੀ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਇਸ ਦੇ ਉੱਪਰ ਕੰਮ ਹੋਏਗਾ ਬਿਲਕੁਲ ਹੋਏਗਾ ਸਰ ਅਸੀਂ ਵੱਡੀਆਂ ਮੱਛੀਆਂ ਫੜਨੀਆਂ ਮੇਰਾ ਆਪਦਾ ਬੱਚਾ ਵੀ ਜੇ ਕਿਤੇ ਇਨਵੋਲਡ ਹੋਇਆ ਅਸੀਂ ਨਹੀਂ ਬਖਸ਼ਾਂਗੇ ਉਹਨੂੰ ਕਿਉਂਕਿ ਇਹਦੇ ਨਾਲ ਸਾਡੇ ਪੰਜਾਬ ਦਾ ਫਿਊਚਰ ਸਾਡੇ ਬੱਚਿਆਂ ਦਾ ਭਵਿੱਖ ਇਹਦੇ ਨਾਲ ਤਬਾਹ ਹੋ ਗਿਆ ਘਰ-ਘਰ ਦੇ ਵਿੱਚ ਮੈਂ ਆਨ ਰਿਕਾਰਡ ਬੜੀ ਜਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਘਰ-ਘਰ ਦੇ ਵਿੱਚ ਚਿੱਟਾ ਪਹੁੰਚ ਗਿਆ ਘਰ-ਘਰ ਦੇ ਵਿੱਚ ਚਿੱਟਾ ਪਹੁੰਚ ਗਿਆ ਔਰ ਬਹੁਤ ਮਾੜਾ ਹੈ ਜੇ ਅੱਜ ਨਹੀਂ ਪਹੁੰਚਿਆ ਤਾਂ ਕੱਲ ਪਹੁੰਚ ਜਾਏਗਾ ਜਿਸ ਹਿਸਾਬ ਨਾਲ ਚੱਲੇ ਅੱਜ ਸਾਡੇ ਸਾਨੂੰ ਆਪਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਨਹੀਂ ਹੈ ਉਹਨਾਂ ਸਾਨੂੰ ਨੌਕਰੀ ਦਾ ਫਿਕਰ ਨਹੀਂ ਹੈ ਉਹਨਾਂ ਸਾਨੂੰ ਫਿਕਰ ਹੈ ਸਾਡੇ ਬੱਚੇ ਚਿੱਟੇ ਤੇ ਨਾ ਲੱਗ ਜਾਣ ਇਹ ਬਹੁਤ ਵੱਡਾ ਫਿਕਰ ਹੈ ਔਰ ਇਹਦੀ ناکامی ਇਹਦੀ ਜ਼ਿੰਮੇਵਾਰੀ ਸਿਰਫ ਸਿਰਫ ਸਰਕਾਰਾਂ ਦੀ ਹੈ ਇਹਨਾਂ ਦੀ ਮਾੜੀਆਂ ਪਾਲਿਸੀਆਂ ਦੀ ਹੈ ਇਹਨਾਂ ਜਿਹੜਾ ਜਿਹੜਾ ਪੋਲਿਟੀਸ਼ੀਅਨ ਪੁਲਿਸ ਇਹਨਾਂ ਦਾ ਜਿਹੜਾ ਨੈਕਸਸ ਹੈ ਜਿਹੜਾ ਸਮਗਲਰ ਦਾ ਪੀਪੀਐਸ ਉਹ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਠੀਕ ਹੈ ਸਨੋ ਸਰ ਬਹੁਤ ਬਹੁਤ ਵਿਵਾਕੀ ਨਾਲ ਤੁਸੀਂ ਗੱਲਬਾਤ ਰੱਖੀ ਬਹੁਤ ਬਹੁਤ ਧੰਨਵਾਦ ਸੋ ਇਸ ਲਈ ਉਮੀਦ ਕਰਦੇ ਹਾਂ ਕਿ ਪਾਰਟੀ ਤੁਹਾਡੀ ਅੱਛਾ ਪ੍ਰਦਰਸ਼ਨ ਕਰੇ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਥੈਂਕ ਯੂ ਜੋ ਕਿਸ ਸੁਭਾਜੀ ਗੱਲਬਾਤ ਨੂੰ ਅੱਗੇ ਵਧਾਉਨੇ ਆ ਬੀਜੇਪੀ ਦੇ ਉੱਪਰ ਕਿਤੇ ਨਾ ਕਿਤੇ ਇਹ ਚੀਜ਼ ਆਉਂਦੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਭਾਵੇਂ ਚੋਣਾਂ ਸੀਗੀਆਂ ਉੱਥੇ ਵੀ ਸ਼ਿਵ ਸੇਨਾ ਨਾਲ ਸੀਟਾਂ ਦੇ ਪਿੱਛੇ ਕੁਝ ਪ੍ਰੋਬਲਮ ਸੀ ਹੁਣ ਜੋ ਪੰਜਾਬ ਦੇ ਵਿੱਚ ਤੁਸੀਂ ਆ ਰਹੇ ਹੋ ਅਕਾਲੀ ਦਲ ਨਾਲ ਗੱਠ ਜੋ ਟੁੱਟ ਚੁੱਕਿਆ ਹੈ ਤਾਂ ਹਮੇਸ਼ਾ ਇਹ ਟਰਮ ਜਿਹੜੀ ਆ ਹੁਣ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਅਸੀਮੂਲੇਸ਼ਨ ਕਰ ਲੈਂਦੀ ਦੂਜੀ ਪਾਰਟੀਆਂ ਦਾ ਇਸ ਵਾਰ ਕੀ ਕਹੂੰਗਾ ਨਹੀਂ ਜਿੱਥੋਂ ਤੱਕ ਜੇ ਕਰਨਾ ਚਾਹੁੰਦੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਾਂ ਅਗਰ ਤੁਸੀਂ ਦੇਸ਼ ਦੇ ਪੋਲੀਟੀਕਲ ਹਿਸਟਰੀ ਨੂੰ ਪੜੋ ਜਿੰਨਾ ਬੀਜੇਪੀ ਆਪਣੇ ਐਲਾਈਜ਼ ਨੂੰ ਅਕਮੋਡੇਟ ਕਰਦੀ ਹੈ ਔਰ ਜਿੰਨਾ ਬੀਜੇਪੀ ਮੈਂ ਇੱਕ ਤਰ੍ਹਾਂ ਕਹਾਂਗਾ ਗਠਜੰਬੰਦਨ ਦਾ ਧਰਮ ਨਹੀਂ ਬੰਦੀ ਹੈ ਦੁਨੀਆ ਦੇ ਅੰਦਰ ਕੀ ਹਿੰਦੁਸਤਾਨ ਦੇ ਅੰਦਰ ਕੀ ਕੋਈ ਪੋਲੀਟੀਕਲ ਪਾਰਟੀ ਐਸੀ ਨਹੀਂ ਤੁਹਾਨੂੰ ਦੋ ਉਦਾਹਰਣਾਂ ਦਿੰਦਾ ਪੰਜਾਬ ਚ ਸਾਡਾ ਅਕਾਲੀ ਦਲ ਨਾਲ ਗੱਠ ਜੋੜ ਸੀ ਜਿੰਨੀ ਭਾਜਪੀ ਦੀ ਹੈਸੀਅਤ ਸੀ ਜਿੰਨੀ ਭਾਜਪੀ ਦੀ ਤਾਕਤ ਸੀ ਅਸੀਂ ਉਸ ਤੋਂ ਘੱਟ ਸੀਟਾਂ ਦੇ ਸਮਝਾਉਤਾ ਕੀਤਾ ਕਾਰਨ ਇਹ ਸੀ ਕਿ ਪੰਜਾਬ ਦੀ ਅਮਨ ਸ਼ਾਂਤੀ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਪ੍ਰੋਸਪਰਿਟੀ ਡਵੈਲਪਮੈਂਟ ਹੈ ਸਾਡਾ ਅਜੰਡਾ ਸੀ 2007 ਚ ਇਲੈਕਸ਼ਨਸ ਹੋਈਆਂ ਅਕਾਲੀ ਦਲ 94 ਸੀਟਾਂ ਲੜਿਆ 48 ਸੀਟਾਂ ਜਿੱਤਿਆ 55% ਉਹਨਾਂ ਦੀ ਸਟ੍ਰਾਈਕ ਰੇਟ ਸੀ ਬੀਜੇਪੀ 23 ਸੀਟਾਂ ਲੜੀ 19 ਸੀਟਾਂ ਜਿੱਤੀ 90% ਤੋਂ ਜ਼ਿਆਦਾ ਸਾਡੀ ਸਟ੍ਰਾਈਕ ਰੇਟ ਸੀ ਸਰਕਾਰ ਸਾਡੇ ਤੇ ਡਿਪੈਂਡੈਂਟ ਸੀ ਉਹਦੇ ਬਾਵਜੂਦ ਬਾਦਲ ਸਾਹਿਬ ਮੁੱਖ ਮੰਤਰੀ ਔਰ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਇਆ ਇਸ ਤੋਂ ਜ਼ਿਆਦਾ ਗਠਬੰਧਨ ਧਰਮ ਕੋਈ ਪਾਰਟੀ ਕਾ ਨਿਭਾ ਸਕਦੀ ਹੈ ਕੋਈ ਨਿਭਾ ਸਕਦੀ ਹੈ ਕੇਂਦਰ ਚ ਸਰਕਾਰ ਬਣੀ ਹੋਣ ਸਾਡੀ ਅਸੀਂ ਫਾਰਮੂਲਾ ਤੈਅ ਕੀਤਾ ਕਿ ਅਸੀਂ 5 ਐਮਪੀਜ਼ ਦੇ ਪਿੱਛੇ ਇੱਕ ਕੈਬਨਿਟ ਮਨਿਸਟਰ ਬਣਾਵਾਂਗੇ ਅਕਾਲੀ ਦਲ ਨੂੰ ਇਸ ਵਾਰ 2 ਸੀਟਾਂ ਆਈਆਂ ਪੰਜਾਬ 'ਚ 2 ਉਹਨਾਂ ਦੇ ਐਮਪੀ ਬਣੇ ਇੱਕ ਸੁਖਵੀਰ ਸਿੰਘ ਬਾਦਲ ਇੱਕ ਬਿਬਾਰ ਸਿਮਰਤ ਬਾਦਲ ਅਸੀਂ 2 ਐਮਪੀ ਹੋਣ ਦੇ ਬਾਵਜੂਦ ਕੈਬਨਿਟ ਮਨਿਸਟਰ ਬਣਾਇਆ ਇਸ ਤੋਂ ਜ਼ਿਆਦਾ ਕੋਈ ਗਠਜੰਤਨ ਨਿਭਾ ਸਕਦਾ ਇਸ ਕਰਕੇ ਬੀਜੇਪੀ ਹਮੇਸ਼ਾ ਤੋਂ ਇਸ ਗੱਲ 'ਚ ਬਲੀਵ ਕਰਦੀ ਰਹੀ ਹੈ ਕਿ ਅਗਰ ਅਸੀਂ ਅਲਾਈਅੰਸ ਕਰਨਾ ਹੈ ਤੇ ਜਿਹੜੀ ਗਠਜੰਤਨ ਦੀ ਪਾਰਟੀ ਹੈ ਉਹਦੀਆਂ ਜੋ ਐਸਪੀਰੇਸ਼ਨਸ ਨੇ ਉਹਦਾ ਖਿਆਲ ਰੱਖੀਏ ਔਰ ਕਈ ਵਾਰੀ ਅਸੀਂ 2 ਕਦਮ ਪਿੱਛੇ हट ਕੇ ਵੀ ਗਠਜੰਤਨ ਨਹੀਂ ਬੰਦੇ ਰਹੇ ਅਸੀਂ ਪੋਲਿਟੀਕਲ ਕੀਮਤ ਵੀ ਚੁਪਾਈ ਹੈ ਗਠਜੰਤਨ ਨਹੀਂ ਬਣਦੀ ਲੇਕਿਨ ਉਹਦੇ ਬਾਵਜੂਦ ਅਗਰ ਕੋਈ ਦਲ ਕੋਈ ਪਾਰਟੀ ਬੁਲੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਬੀਜੇਪੀ ਇਸ ਗੱਲ ਲਈ ਵੀ ਤਿਆਰ ਹੈ ਜੋ ਸ਼ਿਵ ਸਨਾ ਨੇ ਕੀਤਾ ਬੀਜੇਪੀ ਬਹੁਤ ਵੱਡੀ ਪਾਰਟੀ ਬਣ ਕੇ ਉਭਰੀ ਸੀ ਮਹਾਰਾਸ਼ਟਰ ਚ ਵੀ ਜਿੰਨੀਆਂ ਸੀਟਾਂ ਸ਼ਿਵ ਸਨਾ ਨੇ ਲੜੀਆਂ ਔਰ ਜਿੰਨੀਆਂ ਬੀਜੇਪੀ ਨੇ ਲੜੀਆਂ ਸਾਡੀ ਜਿੱਤਣ ਦੀ ਸਟ੍ਰਾਈਕ ਰੇਟ ਸ਼ਿਵ ਸਨਾ ਤੋਂ ਕਿਤੇ ਅੱਛੀ ਸੀ ਮੁੱਖ ਮੰਤਰੀ ਸਾਡਾ ਹੀ ਬੰਨਾ ਸੀ ਉਹਨਾਂ ਨੇ ਬੇਵਜਾ ਜਿੱਤ ਕੀਤੀ ਇਸ ਕਰਕੇ ਗਠਬੰਧਨ ਟੁੱਟਿਆ ਅਸੀਂ ਹਮੇਸ਼ਾ ਗਠਬੰਧਨ ਧਰਮ ਦਾ ਪਾਲਣ ਕਰਨ ਵਾਲੀ ਪਾਰਟੀ ਹਾਂ ਜਦੋਂ ਮੈਂ ਦਲਜੀਤ ਸਿੰਘ ਚੀਮਾ ਨੂੰ ਵੀ ਇਹ ਸਵਾਲ ਪੁੱਛ ਰਿਹਾ ਸੀ ਸਿਰਸਾ ਸਾਹਿਬ ਪਿਛਲੇ ਦਿਨੀ ਭਾਜਪਾ ਚ ਸ਼ਾਮਲ ਹੋਏ ਨੇ ਸਿਰਸਾ ਸਾਹਿਬ ਦਾ ਬਿਆਨ ਸੀ ਕਿ ਜੋ ਅਕਾਲੀ ਦਲ ਹੈ ਉਹ ਹੁਣ ਸਿੱਖਾਂ ਦੇ ਮਸਲੇ ਪੰਥਕ ਮਸਲੇ ਜਿਹੜੇ ਉਹ ਹੱਲ ਕਰਨ ਦੇ ਵਿੱਚ ਸਮਰੱਥ ਨਹੀਂ ਹੈ ਇਸ ਕਰਕੇ ਬੀਜੇਪੀ ਨੂੰ ਅਸੀਂ ਜੁਆਇਨ ਕਰ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਪੰਥਕ ਮਸਲੇ ਹੱਲ ਕਰੇਗੀ ਸਿੱਖਾਂ ਦੇ ਔਰ ਦੂਸਰੇ ਨੰਬਰ ਤੇ ਜੋ ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਅਗਰ ਤੁਸੀਂ ਆਪਣੇ ਮਸਲੇ ਹੱਲ ਕਰਾਉਣੇ ਆ ਕਿਸੇ ਖਾਸ ਖੇਤਰ ਦੇ ਕਿਸੇ ਮਾਈਨੋਰਿਟੀ ਨੇ ਆਪਣੇ ਮਸਲੇ ਹੱਲ ਕਰਾਉਣੇ ਆ ਤਾਂ ਉਹਦੇ ਲਈ ਪਹਿਲਾਂ ਜਿਹੜਾ ਉਹ ਬੀਜੇਪੀ ਚ ਸ਼ਾਮਲ ਹੋਣਾ ਪਏਗਾ ਇਹ ਬੀਜੇਪੀ ਮੈਸੇਜ ਦੇ ਰਹੀ ਹੈ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੀ ਜੋ ਫਿਲਾਸਫੀ ਹੈ ਉਹ ਸਭ ਦਾ ਸਾਥ ਸਭ ਦਾ ਵਿਕਾਸ ਦੀ ਹੈ ਇਸ ਕਰਕੇ ਅਸੀਂ ਦੇਸ਼ ਨੂੰ ਮੈਜੋਰਟੀ ਔਰ ਮਿਨੋਰਟੀ ਦੇ ਨਜ਼ਰੀਏ ਨਾਲ ਕਦੀ ਨਹੀਂ ਦੇਖਿਆ ਅਸੀਂ ਦੇਸ਼ ਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਇਸ ਨਜ਼ਰੀਏ ਨਾਲ ਕਦੀ ਨਹੀਂ ਦੇਖਿਆ ਸਾਡੇ ਪ੍ਰਧਾਨ ਮੰਤਰੀ ਬੜਾ ਸਪਸ਼ਟ ਕਹਿੰਦੇ ਨੇ ਮੈਂ ਨਾ ਹਿੰਦੂ ਲਈ ਕੰਮ ਕਰਦਾ ਨਾ ਮੁਸਲਮਾਨ ਲਈ ਕਰਦਾ ਨਾ ਈਸਾਈ ਲਈ ਕਰਦਾ ਮੈਂ 135 ਕਰੋੜ ਹਿੰਦੂਸਤਾਨੀਆਂ ਲਈ ਕੰਮ ਕਰਦਾ ਅਸੀਂ ਸੜਕ ਬਣਾਣੇ ਆ ਸਭ ਲਈ ਬਣਾਣੇ ਆ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਚ ਗੈਸ ਮਿਲਦੀ ਹੈ ਸਭ ਮਹਿਲਾਵਾਂ ਨੂੰ ਮਿਲਦੀ ਹੈ ਆਵਾਸ ਯੋਜਨਾ ਚ ਘਰ ਮਿਲਦੇ ਸਭ ਨੂੰ ਮਿਲਦੇ ਆ ਉਹਦੀ ਕਾਸਟ ਕੀ ਹੈ ਕ੍ਰੀਡ ਕੀ ਹੈ ਰਿਲੀਜੀਅਨ ਕੀ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਥੋਂ ਤੱਕ ਤੁਸੀਂ ਸਿੱਖਾਂ ਦੇ ਮਸਲਿਆਂ ਦੀ ਗੱਲ ਕੀਤੀ ਪੰਥਕ ਮਸਲਿਆਂ ਦੀ ਗੱਲ ਕੀਤੀ ਤੁਸੀਂ ਅਗਰ ਦੇਖੋ ਪਿਛਲੇ 7 ਸਾਲ ਚ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ ਰਿਕਾਰਡ ਜਿਨਨੇ بڑے ਇਸ਼ੂ ਸੀਗੇ ਸਿੱਖ ਸਮਾਜ ਦੇ ਉਹਨਾਂ ਇਸ਼ੂਜ਼ ਨੂੰ ਪ੍ਰਧਾਨ ਮੰਤਰੀ ਜੀ ਨੇ ਆਪ ਇਨੀਸ਼ੀਏਟਿਵ ਲੈ ਕੇ ਹੱਲ ਕਰਨ ਕੀਤਾ ਔਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 1984 ਚ ਜੋ ਸਿੱਖਤ ਲੀਆਮ ਹੋਇਆ ਕਾਂਗਰਸ ਦੇ ਨੇਤਾਵਾਂ ਨੇ ਕੀਤਾ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਪੰਜਾਬੀ Hindu ਸੀ ਚਾਹੇ ਉਹ ਸਿੱਖ ਸੀ ਉਹਦੇ ਮਨ ਚ ਇੱਕ ਰੋਸ ਸੀ ਉਹਦੇ ਮਨ ਚ ਇੱਕ ਅਕਰੋਸ ਸੀ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਜਦੋਂ ਅਸੀਂ ਬੈਠਦੇ ਸੀ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਸੀ ਸਰਕਾਰ ਬਣੀ 2014 ਚ ਸਰਕਾਰ ਬਣਨ ਦੀ ਸ਼ੁਰੂਆਤ ਸਭ ਤੋਂ ਪਹਿਲੇ ਜਿਹੜੇ ਕੰਮ ਹੋਏ ਉਹਨਾਂ ਚ ਇੱਕ ਕੰਮ ਹੋਇਆ ਕਿ ਸਿਟ ਬਣੀ ਸਿਟ ਬਣੀ 200 ਤੋਂ ਜ਼ਿਆਦਾ ਕੇਸ ਫੈਲਾ ਜਿਹੜੀਆਂ ਕਲੋਜ਼ ਹੋ ਗਈਆਂ ਸੀ ਬੰਦ ਹੋ ਗਈਆਂ ਸੀ ਉਹ ਖੁੱਲੀਆਂ ਲੋਕਾਂ ਨੂੰ ਸਜ਼ਾਵਾਵਾਂ ਹੋਣੀਆਂ ਸ਼ੁਰੂ ਕੀਤੀਆਂ ਜਿਹੜਾ ਸੱਜਨ ਕੁਮਾਰ 30 ਸਾਲ ਦੰਦ ਨਾਉਂਦਾ ਫਿਰਦਾ ਸੀ ਕਾਂਗਰਸ ਜੀ ਨੂੰ ਨਵਾਜ਼ਦੀ ਸੀ ਵੱਡੇ ਵੱਡੇ ਉਹਦੇ ਦੇ ਕੇ ਆ ਜੋ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਐ ਐਸੇ ਕਿੰਨੇ ਲੋਕ ਹੋਰ ਜਿਹੜੇ ਸਜ਼ਾਵਾ ਭੁਗਤ ਰਹੇ ਨੇਰ ਕਿੰਨੇ ਹੋਰ ਨੇ ਜਿਹੜੇ ਭੁਗਤਣਗੇ ਸਾਰੇ ਪੀੜਤ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ ਦਿੱਤਾ ਦੁਬਾਰਾ ਕੇਂਦਰ ਸਰਕਾਰ ਕਿੱਡਾ ਵੱਟਾ ਮਸਲਾ ਹੱਲ ਕੀਤਾ ਪੰਜਾਬ ਦਾ ਪੰਜਾਬੀਆਂ ਦਾ ਇਨਸਾਫ ਦਿੱਤਾ ਸਾਨੂੰ ਜਦੋਂ ਤੋਂ ਵੰਡ ਹੋਈ ਦੇਸ਼ ਦੀ ਅਸੀਂ ਆਪਣੀ ਅਰਦਾਸ ਚ ਰੋਜ਼ ਕਹਿੰਦੇ ਸੀ ਕਿ ਸਾਨੂੰ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰਨ ਦੀ ਬਖਸ਼ਿਸ਼ ਕਰਨੀ ਕਹਿੰਦੇ ਸੀ ਨਾ ਅਸੀਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਕਿਆ ਕਿਸੇ ਸਰਕਾਰ ਨੇ ਇਹ ਸੋਚਿਆ ਕਿ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਦੀ ਜਿਹੜੀ ਅਰਦਾਸ ਸਿੱਖ ਪੰਥ ਕਰਦਾ ਹੈ ਸਮੂਹ ਪੰਜਾਬੀ ਕਰਦੇ ਨੇ ਉਹਨਾਂ ਨੂੰ ਪੂਰਾ ਕਰਨ ਲਈ ਕੋਈ ਉਪਰਾਲਾ ਕਰੀਏ ਇਹ ਸੁਮਤਵੀ ਗੁਰੂ ਸਾਹਿਬ ਨੇ ਮੋਦੀ ਜੀ ਨੂੰ ਬਖਸ਼ੀ ਉਹਨਾਂ ਤੇ ਕਿਰਪਾ ਕੀਤੀ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਦੀ ਕਿਰਪਾ ਹੈ ਮੈਂ ਇਹਦਾ ਜੋ ਕੋਈ ਮੋਦੀ ਸਾਹਿਬ ਨੂੰ ਕ੍ਰੈਡਿਟ ਨਹੀਂ ਦੇ ਰਿਹਾ ਲੇਕਿਨ ਲੇਕਿਨ ਕਰਤਾਰਪੁਰ ਸਾਹਿਬ ਲਾਂਗਾ ਖੋਲ ਕੇ ਉਹ ਕਿੰਨੇ ਦਿੱਤੀ ਸ੍ਰੀ ਹਰਮੰਦਰ ਸਾਹਿਬ ਨੂੰ ਐਫਸੀਆਰ ਮਿਲਣਾ ਚਾਹੀਦਾ ਕਿੰਨੇ ਦਸ਼ਕਾਂ ਤੋਂ ਡਿਮਾਂਡ ਸੀ ਕਿੰਨਾ ਵੱਡਾ ਕੰਮ ਸੀ ਕਿੰਨੇ ਦਿੱਤੀ ਮੋਦੀ ਸਾਹਿਬ ਨੇ ਦਿੱਤੀ ਤੁਸੀਂ ਹੁਣੇ ਦੇਖੋ ਅਫਗਾਨਿਸਤਾਨ ਤੋਂ ਸਾਡੇ ਸਿੱਖ ਭੈਣਾ ਭਰਾਵਾਂ ਨੂੰ ਦੂ ਐਮਪੀ ਨੇ ਕੌਣ ਸੁਰੱਖਿਅਤ ਲੈ ਕੇ ਆਇਆ ਗੁਰੂ ਸਾਹਿਬ ਦੇ ਸਰੂਪਾਂ ਨੂੰ ਪੂਰੀ ਮਰਿਆਦਾ ਨਾਲ ਕੌਣ ਲੈ ਕੇ ਆਇਆ ਮੈਂ ਤੁਹਾਨੂੰ ਅਸੀਂ ਦਰਜਨਾ ਉਦਾਹਰਨਾਂ ਗਿਣਾ ਸਕਦਾ ਕਿ ਪਿਛਲੇ 7 ਸਾਲਾਂ ਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਿੱਖ ਸਮਾਜ ਦੇ ਮਸਲਿਆਂ ਨੂੰ ਲੈ ਕੇ ਮੋਦੀ ਸਾਹਿਬ ਨੇ ਕਿੰਨੀ ਗੰਭੀਰਤਾ ਨਾਲ ਦ੍ਰਿੜਤਾ ਨਾਲ ਕੰਮ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਆਇਆ ਪੂਰੀ ਦੁਨੀਆ ਸਿਰਫ ਭਾਰਤ ਚ ਨਹੀਂ ਦੁਨੀਆ ਚ ਜਿਸ ਵੀ ਜਗ੍ਹਾ ਤੇ ਭਾਰਤ ਦੀ ਅੰਬੈਸੀ ਸੀ ਉਥੇ ਗੁਰਪੁਰਬ ਮਨਾਇਆ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕਰਕੇ ਪੂਰੀ ਦੁਨੀਆ ਚ ਪਹੁੰਚਾਉਣ ਦਾ ਕੰਮ ਕਿਨੇ ਕੀਤਾ ਮੇਰਾ ਠੀਕ ਹੈ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲਿਆ ਬਹੁਤ ਸ਼ਲਾਘਾਯੋਗ ਕਦਮ ਹੈ ਔਰ ਕਿਤੇ ਨਾ ਕਿਤੇ ਸਿੱਖ ਸੰਗਤ ਜਾ ਕੇ ਨਤਮਸਤਕ ਹੁੰਦੀ ਹੈ ਇਹ ਗੱਲ ਠੀਕ ਹੈ ਵਿਰੋਧੀ ਤੁਹਾਡੇ ਤੇ ਇਹ ਸਵਾਲ ਚੱਕਦੇ ਨੇ ਕਿ ਜਿਸ ਵੇਲੇ 550ਵਾਂ ਪ੍ਰਕਾਸ਼ ਪੁਰਬ ਸੀ ਉਸ ਵੇਲੇ ਵੀ ਇਲੈਕਸ਼ਨ ਸੀ ਪਾਰਲੀਮੈਂਟਰੀ ਤੇ ਉਸ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਹੋਇਆ ਤੇ ਹੁਣ ਜਿਹੜਾ ਉਹ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੀਆਂ ਕਰੋਨਾ ਕਾਲ ਦੇ ਵਿੱਚ ਡੋਮੈਸਟਿਕ ਫਲਾਈਟਸ ਚੱਲਦੀਆਂ ਰਹੀਆਂ ਬਾਕੀ ਦੇਸ਼ ਸਭ ਕੁਝ ਚੱਲਦਾ ਰਿਹਾ ਕਿਸਾਨ ਮੋਰਚਾ ਚੱਲਦਾ ਰਿਹਾ ਤਮਾਮ ਹੋਰ ਚੀਜ਼ਾਂ ਚੱਲਦੀਆਂ ਨੇ ਇੰਟਰਨੈਸ਼ਨਲ ਫਲਾਈਟਸ ਵੀ ਚੱਲਦੀਆਂ ਰਹੀਆਂ ਕੁਝ ਰੈਸਟ੍ਰਿਕਸ਼ਨਸ ਦੇ ਨਾਲ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੇ ਉੱਪਰ ਸਹਿਮਤੀ ਨਹੀਂ ਬਣੀ ਹੁਣ ਚੋਣਾ ਆ ਗਈਆਂ ਤਾਂ ਉਸ ਨੂੰ ਦੇਖ ਕੇ ਫੈਸਲਾ ਲਿਆ ਗਿਆ ਇਹ ਇਹ ਵਿਰੋਧੀ ਪਾਰਟੀਆਂ ਤੁਹਾਡੇ ਬਾਰੇ ਕਹਿੰਦੀਆਂ ਦੇਖੋ ਜਿਹੜੀਆਂ ਵਿਰੋਧੀ ਪਾਰਟੀਆਂ ਕਹਿੰਦੀਆਂ ਉਹਨਾਂ ਨੂੰ ਪੁੱਛੋ ਕਿ ਇਸ ਦੇਸ਼ 'ਚ ਚੋਣਾ ਤਾਂ ਹਰ ਸਾਲ ਆਉਂਦੀਆਂ ਹਰ ਸਾਲ ਪੰਜ ਜਾਂ 6 ਸੂਬਿਆਂ ਦੇ ਚੋਣਾ ਹੁੰਦੀਆਂ ਪਰ 5 ਸਾਲਾਂ ਬਾਅਦ ਆਮ ਚੋਣਾ ਹੁੰਦੀਆਂ 50 50 ਸਾਲ ਉਹਨਾਂ ਨੇ ਰਾਜ ਕੀਤਾ ਮੁੱਖ ਵਿਰੋਧੀ ਧਿਰ ਕਾਂਗਰਸ ਹੈ ਨਾ ਜਿਹੜੀ ਸਵਾਲ ਚੁੱਕਦੀ ਹੈ ਕਿੰਨੇ ਸਾਲ ਦੇਸ਼ ਤੇ ਰਾਜ ਕੀਤਾ ਤੇ ਕਿੰਨੇ ਸਾਲ ਪੰਜਾਬ ਤੇ ਰਾਜ ਕੀਤਾ ਕਿੰਨੀਆਂ ਇਲੈਕਸ਼ਨਾਂ ਆਈਆਂ ਕਿਉਂ ਨਹੀਂ ਉਹਨਾਂ ਨੇ ਇਹ ਕਰ ਲਿਆ ਕਿਉਂ ਉਹਨਾਂ ਨੂੰ ਇਹ ਸਮਤ ਨਹੀਂ ਆਈ ਔਰ ਮੈਂ ਤੇ ਇੱਕ ਗੱਲ ਸਵਾਲ ਹੋਰ ਪੁੱਛਦਾ ਕਿ ਇਹ ਸਿਰਫ 3 ਕਿਲੋਮੀਟਰ ਬਾਰਡਰ ਤੋਂ ਦੂਰ ਹੈ ਸ੍ਰੀ ਕਰਤਾਰਪੁਰ ਸਾਹਿਬ ਅਗਰ ਕਾਂਗਰਸ ਪਾਰਟੀ ਦੇ ਨੇਤਾਵਾਂ 'ਚ ਥੋੜੀ ਵੀ ਅਕਲ ਹੁੰਦੀ ਉਸ ਵੇਲੇ ਦਿਆਂ 'ਚ ਤੇ ਕਿੰਨੀ ਵੱਡੀ ਗੱਲ ਸੀ ਗੁਰੂ ਸਾਹਿਬ ਦਾ ਸਥਾਨ ਸਾਡੇ ਹਿੰਦੁਸਤਾਨ 'ਚ ਆ ਜਾਂਦਾ ਆਪਾਂ ਕੋਈ ਦੂਜਾ ਏਰੀਆ ਥੋੜਾ ਜਿਹਾ ਪਾਕਿਸਤਾਨ ਨੂੰ ਦੇ ਦਿੰਦੇ ਕਿਸੇ ਨੇ ਸੰਵੇਦਨਸ਼ੀਲਤਾ ਨਾਲ ਇਸ ਮੁੱਦੇ ਤੇ ਵਿਚਾਰ ਹੀ ਨਹੀਂ ਕੀਤਾ ਅੱਜ ਮੋਦੀ ਸਾਹਿਬ ਨੇ ਕਰਤਾ ਤੇ ਉਹਨਾਂ ਨੂੰ ਇਲੈਕਸ਼ਨ ਦਿਖਣ ਲੱਗ ਗਏ ਦੇਖੋ ਹੁਣ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਹੈ ਗੁਰੂ ਤੇਗ ਬਹਾਦਰ ਜੀ ਦਾ ਹੁਣ ਉਹ ਇਲੈਕਸ਼ਨ ਚ ਆ ਰਿਹਾ ਹੈ ਕਿ ਨਹੀਂ ਆ ਰਿਹਾ ਸਾਡੇ ਹੱਥ 'ਚ ਨਹੀਂ ਹੈ ਲੇਕਿਨ ਸਾਡੇ ਹੱਥ 'ਚ ਕੀ ਹੈ ਕਿ ਅਸੀਂ ਸਰਕਾਰ 'ਚ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਪੂਰੀ ਸ਼ਰਧਾ ਨਾਲ ਮਨਾਈਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਈਏ ਅਸੀਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਬਹੁਤ ਚੋਣਾ ਆਈਆਂ ਇਹਨਾਂ ਪਾਰਟੀਆਂ ਨੂੰ ਕਦੀ ਆਈ ਨਹੀਂ ਇਸ ਕਰਕੇ ਇਹ ਮੁੱਦੇ ਕੋਈ ਰਾਜਨੀਤੀ ਕਰਕੇ ਨਹੀਂ ਆਇਆ ਇਹ ਮੁੱਦੇ ਕੋਈ ਇਲੈਕਸ਼ਨ ਕਰਕੇ ਨਹੀਂ ਆਇਆ ਇਹ ਸਾਡੇ ਪ੍ਰਧਾਨ ਮੰਤਰੀ ਦੀ ਜਿਹੜੀ ਆਸਥਾ ਹੈ ਜਿਹੜੀ ਸ਼ਰਧਾ ਹੈ ਜਿਹੜਾ ਉਹਨਾਂ ਦਾ ਸਨਮਾਨ ਹੈ ਸਿੱਖ ਸਮਾਜ ਪ੍ਰਤੀ ਜਿਹੜਾ ਉਹਨਾਂ ਦਾ ਪੰਜਾਬੀਆਂ ਨਾਲ ਪਿਆਰ ਹੈ ਉਹਦੇ ਕਰਕੇ ਉਹਨਾਂ ਨੂੰ ਇਹ ਪ੍ਰੇਰਣਾ ਮਿਲ ਰਹੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ ਇਹ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹੁੰਦੇ ਆ ਇਹ ਬਖਸ਼ਿਸ਼ ਉਹਨਾਂ ਨੇ ਕਰਨ ਲਈ ਨਰਿੰਦਰ ਮੋਦੀ ਜੀ ਨੂੰ ਚੁਣਿਆ ਇਸ ਕਰਕੇ ਕਿਉਂਕਿ ਉਹਨਾਂ ਦੀ ਮਨ ਸੱਚਾ ਸੀ ਉਹਨਾਂ ਦੀ ਭਾਵਨਾ ਪਵਿੱਤਰ ਸੀ ਇਹ ਜੋ ਮਰਜ਼ੀ ਕਹੀ ਜਾਂ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਅਸੀਂ ਇਹ ਕੰਮ ਹੋਰ ਜ਼ਿਆਦਾ ਦ੍ਰਿੜਤਾ ਨਾਲ ਅੱਗੇ ਕਰਦੇ ਰਾਵਾਂਗੇ ਅੱਛਾ ਫਾਰਮਿੰਗ ਦੇ ਉੱਪਰ ਆਉਂਗਾ ਤਿੰਨ ਖੇਤੀ ਕਾਨੂੰਨ ਤੁਹਾਡੀ ਸਰਕਾਰ ਲੈ ਕੇ ਆਈ ਕਿਸਾਨਾਂ ਨੂੰ ਪਸੰਦ ਨਹੀਂ ਆਏ ਰੱਦ ਹੋਏ ਕਾਨੂੰਨ ਸਿਚੁਏਸ਼ਨ ਹਲੇ ਵੀ ਉਹੀ ਹੈ ਬਿਸ਼ੱਕ ਕਾਨੂੰਨ ਰੱਦ ਹੋ ਗਏ ਆ ਕਿਸਾਨ ਅਜ ਵੀ ਕਰਜ਼ੇ ਥੱਲੇ ਆ ਕਿਸਾਨ ਖੁਦਕੁਸ਼ੀ ਕਰ ਰਿਹਾ ਔਰ ਕਿਸਾਨ ਹੁਣ ਐਮਐਸਪੀ ਦੀ ਮੰਗ ਕਰ ਰਿਹਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਹੋ ਰਹੀ ਆ ਤੁਸੀਂ ਕਾਨੂੰਨ ਲੈ ਕੇ ਆਏ ਸੀ ਪ੍ਰਧਾਨ ਮੰਤਰੀ ਕਹਿ ਰਹੇ ਸੀ ਕਿ 2022 ਤੱਕ ਜਿਹੜੇ ਨੇ ਉਹ ਇਨਕਮ ਕਿਸਾਨਾਂ ਦੀ ਡਬਲ ਕਰ ਦੇਵਾਂਗੇ ਬੀਜੇਪੀ ਹੁਣ ਉਸ ਦੇ ਉੱਪਰ ਕੋਈ ਹੋਰ ਪਲਾਨ ਲੈ ਕੇ ਆ ਰਹੀ ਹੈ ਕਿਸਾਨੀ ਨੂੰ ਸੁਧਾਰਨ ਦੇ ਲਈ ਤਿੰਨ ਖੇਤੀ ਕਾਨੂੰਨ ਦਾ ਤੁਹਾਡੇ ਰਿਜੈਕਟ ਕਰ ਦਿੱਤੇ ਕਿਸਾਨਾਂ ਨੇ ਕੁਝ ਹੋਰ ਨਵਾਂ ਬੀਜੇਪੀ ਕੁਝ ਲੈ ਕੇ ਆ ਰਹੀ ਹੈ ਜੋ ਠੋਸ ਕਿਸਾਨਾਂ ਦੇ ਨਾਲ ਸਹਿਮਤੀ ਨਾਲ ਬਣੇ ਤੁਹਾਡਾ ਸਵਾਲ ਬਹੁਤ ਅੱਛਾ ਹੈ ਔਰ ਮੈਂ ਸਮਝਦਾ ਕਿ ਹਰ ਦੇਸ਼ ਦੇ ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ ਕਿਸਾਨੀ ਕ੍ਰਾਈਸਿਸ ਚਾ ਸਭ ਨੂੰ ਪਤਾ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਨੇ ਸਭ ਨੂੰ ਪਤਾ ਹੈ ਖੇਤੀ ਲਾਹੇਵੰਦ ਸੌਦਾ ਨਹੀਂ ਰਹੀ ਇਹ ਸਭ ਨੂੰ ਪਤਾ ਹੈ ਔਰ ਇਹਨਾਂ ਸਭ ਚੀਜ਼ਾਂ ਕਰਕੇ ਜਦੋਂ ਮੋਦੀ ਜੀ ਦੀ ਸਰਕਾਰ ਬਣੀ ਉਸ ਤੋਂ ਬਾਅਦ ਕਈ ਉਪਰਾਲੇ ਅਸੀਂ ਕੀਤੇ ਤੁਸੀਂ ਅਗਰ 7 ਸਾਲਾਂ ਦਾ ਐਮਐਸਪੀ ਦਾ ਰਿਕਾਰਡ ਮੋਦੀ ਸਾਹਿਬ ਦਾ ਚੈੱਕ ਕਰ ਲੋ ਔਰ ਪਿਛਲੀਆਂ ਸਰਕਾਰਾਂ ਦਾ ਚੈੱਕ ਕਰ ਲੋ 2.5 ਗੁਣਾ ਜ਼ਿਆਦਾ ਐਮਐਸਪੀ ਵਧੀ ਹੈ ਪਿਛਲੇ 7 ਸਾਲਾਂ 2.5 ਗੁਣਾ ਜ਼ਿਆਦਾ ਸਰਕਾਰੀ ਖਰੀਦ ਦੀ ਗੱਲ ਕਰ ਲੋ ਤੇ ਕਈ ਗੁਣਾ ਜ਼ਿਆਦਾ ਸਰਕਾਰੀ ਖਰੀਦ ਵਧੀ ਹੈ ਪ੍ਰਧਾਨ ਮੰਤਰੀ ਸਮਾਨ ਨਿਧੀ ਯੋਜਨਾ ਚ ਕਿਸਾਨਾਂ ਦੇ ਖਾਤੇ 6000 ਰੁਪਏ ਪੈ ਰਹੇ ਹੈ ਦੇਸ਼ ਦੇ 14 ਕਰੋੜ ਕਿਸਾਨਾਂ ਦੇ ਖਾਤੇ ਚ ਪੈ ਰਹੇ ਹੈ ਚਾਹੇ ਉਹ ਨੀਮ ਪੋਰਟਡ ਯੂਰੀਆ ਦੀ ਗੱਲ ਹੈ ਚਾਹੇ ਉਹ ਸੋਇਲ ਹੈਲਥ ਕਾਰਡ ਦੀ ਗੱਲ ਹੈ ਚਾਹੇ ਉਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਗੱਲ ਹੈ ਮੈਂ ਮੈਂ ਆ ਰਹੇ ਆ ਰਹੇ ਹੁਤੇ ਆ ਰਹੇ ਮੇਰੇ ਸਹਾਇਆ ਮੰਡੀਕਰਨ ਦੀ ਗੱਲ ਹੈ ਮਜਬੂਤੀ ਕਰਨ ਦੀ 1 ਲੱਖ ਕਰੋੜ ਰੁਪਏ ਸਿਰਫ ਮੰਡੀਆਂ ਦੇ ਆਧੁਨਿਕੀ ਕਰਨ ਲਈ ਦਿੱਤਾ ਇਹ ਜਦੋਂ ਕਾਨੂੰਨ ਵਿੱਚ ਆਏ ਸੀ ਤੇ ਜਿਹੜਾ ਸਵਾਲ ਤੁਸੀਂ ਉਠਾਇਆ ਇਸੇ ਸੋਚਣਾ ਲਾਏ ਸੀ ਕਿ ਕੁਝ ਬਹੁਤ ਵੱਡੇ ਕ੍ਰਾਂਤੀਕਾਰੀ ਬਦਲਾਵਾਂ ਦੀ ਲੋੜ ਹੈ ਅਗਰ ਖੇਤੀ ਨੂੰ ਸੁਧਾਰਨਾ ਹੈ ਕਿਉਂਕਿ ਖੇਤੀ ਲਗਾਤਾਰ ਨੀਚੇ ਜਾ ਰਹੀ ਹੈ ਕਿਸਾਨੀ ਲਗਾਤਾਰ ਕ੍ਰਾਈਸਿਸ ਹੈ ਉਹ ਠੀਕ ਹੈ ਸਹਿਮਤੀ ਨਹੀਂ ਬਣੀ ਅਸੀਂ ਸਮਝਾ ਨਹੀਂ ਸਕੇ ਵਾਪਿਸ ਲੈ ਲੇ ਲੇਕਿਨ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਐ ਕਿ ਖੇਤੀ ਦੇ ਅੰਦਰ ਸੁਧਾਰ ਕਰਨ ਲਈ ਬਹੁਤ ਵੱਡੇ ਅਫਰਟਸ ਕਰਨ ਦੀ ਲੋੜ ਐ ਔਰ ਮੈਨੂੰ ਲੱਗਦਾ ਐ ਕਿ ਸਰਕਾਰ ਬਹੁਤ ਜਲਦੀ ਇਸ ਬਾਰੇ ਚ ਕਿਸਾਨ ਯੂਨੀਅਨਾਂ ਨਾਲ ਕਿਸਾਨ ਮਾਹਰਾਂ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਹੋਰ ਜ਼ਿਆਦਾ ਅਸੀਂ ਡਿਸਕਸ਼ਨਸ ਕਰਾਂਗੇ ਅਸੀਂ ਹੋਰ ਜ਼ਿਆਦਾ ਡੈਲੀਬਰੇਟ ਕਰਾਂਗੇ ਅਸੀਂ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਸਾਡੀ ਜੋ ਕੋਸ਼ਿਸ਼ ਐ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਸਾਡੀ ਜੋ ਕੋਸ਼ਿਸ਼ ਹੈ ਕਿਸਾਨੀ ਨੂੰ ਖੁਸ਼ਹਾਲ ਕਰਨ ਦੀ ਸਾਡੀ ਜੋ ਕੋਸ਼ਿਸ਼ ਹੈ ਪਿੰਡੂ ਖੇਤਰਾਂ ਦੇ ਅੰਦਰ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੀ ਸਾਡੀ ਜੋ ਕੋਸ਼ਿਸ਼ ਹੈ ਕਿ ਆਨਾਜ ਬਰਬਾਦ ਨਾ ਹੋਵੇ ਫੂਡ ਪ੍ਰੋਸੈਸਿੰਗ ਨੂੰ ਵਿਦਾਨ ਦੀ ਇਹ ਸਾਰੀਆਂ ਕੋਸ਼ਿਸ਼ਾਂ ਅੱਗੇ ਜਾਰੀ ਰਹਿਣਗੀਆਂ ਔਰ ਅਸੀਂ ਇਹਨਾਂ ਕੋਸ਼ਿਸ਼ਾਂ ਲਈ ਆਮ ਸਹਿਮਤੀ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ ਸਹਿਮਤੀ ਬਣਾਵਾਂਗੇ ਵੀ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਤੁਸੀਂ ਦੇਖੋਗੇ ਸਰਕਾਰ ਇਨੀਸ਼ੀਏਟਿਵ ਲਏਗੀ ਅਸੀਂ ਗੱਲਬਾਤ ਦਾ ਦੌਰ ਸ਼ੁਰੂ ਕਰਕੇ ਜੋ ਜੋ ਕਰਨ ਦੀ ਜ਼ਰੂਰਤ ਹੋਏਗੀ ਉਹ ਸਭ ਕਰਾਂਗੇ ਜਿੰਦੋਂ ਤੱਕ ਤੁਸੀਂ ਐਮਐਸਪੀ ਦੀ ਗੱਲ ਕੀਤੀ ਹੈ ਸਵਾਮੀਨਾਥਨ ਕਮੇਟੀ ਦੀ ਗੱਲ ਕੀਤੀ ਹੈ ਦੇਖੋ ਸਵਾਮੀਨਾਥਨ ਕਮੇਟੀ ਦੀਆਂ ਸਭ ਤੋਂ ਡੀ ਇੰਪੋਰਟੈਂਟ ਰეკਮੈਂਡੇਸ਼ਨ ਸੀਗੀਆਂ ਉਹਨਾਂ ਚੋਂ ਇੱਕ ਕੇਸ ਸੀ ਕਿ ਜਿਹੜੀ ਐਮਐਸਪੀ ਹੈ ਇਹ ਸਰਕਾਰ ਦੀ ਡਿਸਕ੍ਰੀਸ਼ਨ ਤੇ ਨਾ ਰਹੇ ਪਹਿਲਾਂ ਕੀ ਹੁੰਦਾ ਸੀ ਸਰਕਾਰ ਕਹਿੰਦੀ ਸੀ ਯਾਰ 10 ਰੁਪਏ ਵਧਾ ਦਤਾ 20 ਰੁਪਏ ਵਧਾ ਦਤਾ ਡਿਸਕ੍ਰੀਸ਼ਨ ਸੀਗੀ ਮੋਦੀ ਸਾਹਿਬ ਨੇ ਕਾਨੂੰਨ ਬਣਾ ਕੇ ਇਸ ਗੱਲ ਨੂੰ ਕਿਹਾ ਕਿ ਨਹੀਂ ਲਾਗਤ ਮੁਲ ਦਾ ਡੇਢ ਗੁਣਾ ਜਿਹੜਾ ਹੈ ਉਹ ਅਸੀਂ ਐਮਐਸਪੀ ਦੇਣੀ ਹੈ ਤੁਸੀਂ ਕਾਨੂੰਨ ਬਣਾਤਾ ਔਰ ਉਹਦੇ ਹਿਸਾਬ ਨਾਲ ਐਮਐਸਪੀ ਫਿਕਸ ਹੋ ਰਹੀ ਹੈ ਤੁਸੀਂ ਉਸ ਨੂੰ ਸੀ2 ਫਾਰਮੂਲੇ ਨਾਲ ਜੋੜ ਰਹੇ ਹੋ ਉਸ ਉਸ ਨੂੰ ਉਸ ਨੂੰ ਕਰਨ ਲਈ ਠੀਕ ਹੈ ਤੁਹਾਡੀ ਗੱਲ ਕਿ ਫਾਰਮੂਲੇ ਦੇ ਬਾਰੇ ਛੱਲੇ ਵੀ ਸਹਿਮਤੀ ਨਹੀਂ ਹੈ ਮੈਂ ਐਗਰੀ ਕਰ ਰਿਹਾ ਲੇਕਿਨ ਇੱਕ ਪ੍ਰਿੰਸੀਪਲ ਸਟੈਂਡ ਹਿੰਦੁਸਤਾਨ ਨੇ ਫਿਕਸ ਕਰ ਲਿਆ ਕਾਨੂੰਨ ਬਣਾ ਕੇ ਕਿ ਜੋ ਲਾਗਤ ਮੋਲ ਹੋਏਗਾ ਉਹਦਾ 1.5 ਗੁਣਾ ਐਮਐਸਪੀ ਹੋਏਗੀ ਕਿਸੇ ਸਰਕਾਰ ਦੇ ਮਰਸੀ ਤੇ ਕਿਸੇ ਸਰਕਾਰ ਦੀ ਡਿਸਕ੍ਰੀਸ਼ਨ ਤੇ ਨਹੀਂ ਹੈ ਹੁਣ ਇਹ ਲਾਗਤ ਮੋਲ ਨੂੰ ਕੈਲਕੂਲੇਟ ਕਿਵੇਂ ਕਰਨਾ ਹੈ ਸਰਕਾਰ ਦਾ ਇੱਕ ਆਪਣਾ ਤਰੀਕਾ ਹੈ ਕਿਸਾਨ ਯੂਨੀ ਨਾਲ ਕੁਝ ਹੋਰ ਕਹਿ ਰਹੀ ਹੈ ਉੱਤੇ ਵੀ ਸਹਿਮਤੀ ਬਣਾਵਾਂਗੇ ਔਰ ਜਿੱਥੋਂ ਤੱਕ ਗੱਲ ਹੈ ਐਮਐਸਪੀ ਦੇ ਬਾਰੇ ਵਿੱਚ ਕਾਨੂੰਨ ਬਣਾਉਣ ਦੀ ਕੇਂਦਰ ਸਰਕਾਰ ਨੇ ਕਮੇਟੀ ਬਣਾਉਣ ਦੀ ਗੱਲ ਕਹੀ ਹੈ ਪੰਜ ਨਾਮ ਮੰਗੇ ਆ ਕਮੇਟੀ ਬਣੇਗੀ ਜੋ ਕਮੇਟੀ ਫੈਸਲਾ ਕਰੇਗੀ ਉਹਦੇ ਹਿਸਾਬ ਨਾਲ ਵੀ ਕਾਨੂੰਨ ਬਣਾਵਾਂਗੇ ਲੇਕਿਨ ਮੈਂ ਤੁਹਾਨੂੰ ਨਿੱਗਲ ਤੇ ਫੇਰ ਦੱਸ ਰਿਹਾ ਸੱਤ ਸਾਲਾਂ 'ਚ ਬਿਨਾਂ ਐਮਐਸਪੀ ਤੇ ਕਾਨੂੰਨ ਬਣਾਏ ਦੀ ਸਾਡਾ ਐਮਐਸਪੀ ਦਾ ਰਿਕਾਰਡ ਪੁਰਾਣੀਆਂ ਸਾਰੀਆਂ ਸਰਕਾਰਾਂ ਨਾਲੋਂ ਕਿਤੇ ਬਿਹਤਰ ਹੈ ਕਿਤੇ ਚੰਗਾ ਹੈ ਸਰਕਾਰੀ ਖਰੀਦਦਾਰ ਰਿਕਾਰਡ ਕਿਤੇ ਬਿਹਤਰ ਹੈ ਮੰਡੀਆਂ ਦੇ ਆਧੁਨਿਕੀ ਕਰਨ ਦਾ ਰਿਕਾਰਡ ਕਿਤੇ ਬਿਹਤਰ ਹੈ ਔਰ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਕੰਮ ਹੋਇਆ ਦੇਖੋ ਅਜਨ ਕੋਈ ਸਮਝਿਆ ਨਾ ਸਾਡੇ ਜਿੰਨੀ ਮਰਜ਼ੀ ਸਿਆਸਤ ਕਰੀ ਜਾਣ ਮੋਦੀ ਸਾਹਿਬ ਨੇ ਗੱਲ ਕਹੀ ਕਿ ਫਸਲ ਕਿਸਾਨ ਦੀ ਮਿਹਨਤ ਕਿਸਾਨ ਦੀ ਤੇ ਜਦੋਂ ਫਸਲ ਵਿਕਦੀ ਆ ਪੈਸਾ ਕਿਸੇ ਦੂਸਰੇ ਦੇ ਖਾਤੇ ਚਲਾ ਜਾਏ ਦੁਨੀਆਂ 'ਚ ਕਦੀ ਨਹੀਂ ਹੁੰਦਾ ਜੀ ਜਿਹੜਾ ਪ੍ਰੋਡਿਊਸਰ ਹੈ ਉਹ ਆਪਣਾ ਸਮਾਨ ਵੇਚਦਾ ਤੇ ਪੈਸਾ ਉਹਦੇ ਅਕਾਊਂਟ 'ਚ ਆਂਦਾ ਹੈ ਅਸੀਂ ਇਹਨੂੰ ਲਾਗੂ ਕੀਤਾ ਵਿਰੋਧ ਹੋਇਆ ਪੰਜਾਬ ਸਰਕਾਰ ਨੇ ਓਪੋਜੀਸ਼ਨ ਕੀਤੀ ਸਾਡੀਆਂ ਪੋਲਿਟਿਕਲ ਜਿਹੜੀਆਂ ਵਿਰੋਧੀ ਤਿਰਸੀ ਉਹਨਾਂ ਨੇ ਓਪੋਜੀਸ਼ਨ ਕੀਤੀ ਲੇਕਿਨ ਅੱਜ ਲੱਖਾਂ ਕਿਸਾਨਾਂ ਦੇ ਖਾਤੇ ਸਿੱਧੇ ਟਾਹ ਦੇ ਨਹੀਂ ਪੈਸੇ ਹੁੰਦੇ ਆ ਅੱਜ ਕਿਸਾਨ ਨੂੰ ਪੁੱਛ ਕੇ ਦੇਖੋ ਖੁਸ਼ ਹੈ ਕਿ ਨਹੀਂ ਹੈ ਸੋ ਇਸ ਕਰਕੇ ਇਹ ਸਾਰੇ ਬਦਲਾਅ ਕਿਸਾਨਾਂ ਦੀ ਭਲਾਈ ਲਈ ਕਿਸਾਨਾਂ ਦੀ ਵੈਲਫੇਅਰ ਲਈ ਅਸੀਂ ਕੀਤੇ ਆ ਇਹ ਜਾਰੀ ਰਹਿਣਗੇ ਠੀਕ ਹੈ ਅਸੀਂ ਨਹੀਂ ਸਮਝਾ ਸਕੇ ਅਸੀਂ ਗਲਤੀ ਮੰਨ ਕੇ ਵਾਪਿਸ ਲਿਆ ਲੇਕਿਨ ਸੁਧਾਰਾ ਨੂੰ ਕਰਨ ਲਈ ਅਸੀਂ ਸਹਿਮਤੀ ਬਣਾਵਾਂਗੇ ਕਿਸਾਨ ਯੂਨੀਅਨਾਂ ਜਿਸ ਤੇ ਸਹਿਮਤ ਹੋਣਗੇ ਉਹ ਕੰਮ ਕਰਾਂਗੇ ਠੀਕ ਹੈ ਕਿਸਾਨ ਇੱਕ ਤਾਂ ਇਹ ਗੱਲ ਮੇਰਾ ਸਵਾਲ ਜਿਹੜਾ ਰਹਿ ਗਿਆ ਸੀ ਕਿ ਕਿਸਾਨ ਇੱਕ ਤਾਂ ਇਹ ਗੱਲ ਕਹਿ ਰਹੇ ਨੇ ਕਿ ਠੀਕ ਹੈ ਸਮਾਨ ਨਿਧੀ ਯੋਜਨਾ ਸਰਕਾਰ ਚਲਾ ਰਹੀ ਹੈਗੀ ਆ ਪਰ ਸਾਨੂੰ ਐਮਐਸਪੀ ਹੀ ਪ੍ਰੋਪਰ ਮਿਲ ਜਾਵੇ ਬਾਕੀ ਫਸਲਾਂ ਤੇ ਵੀ ਤਾਂ ਉਹੀ ਕਾਫੀ ਹੋਏਗਾ ਹੁਣ 23 ਫਸਲਾਂ ਤੇ ਐਮਐਸਪੀ ਦੀ ਗੱਲ ਚੱਲ ਰਹੀ ਹੈ ਬੀਜੇਪੀ ਇਸ ਤੁਹਾਡੀ ਸਰਕਾਰ ਦੇ ਨਾਲ ਇਸ ਦੇ ਵਿੱਚ ਹੀ ਕਾਕਾ ਰਣਜੀਤ ਸਿੰਘ ਦਾਬਾ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਇਹੀ ਸਵਾਲ ਮੈਂ ਇੱਥੇ ਮੰਚ ਦੇ ਉੱਪਰ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕੀਤਾ ਸੀ ਕਿ ਇਹ uh, 113 ਫਸਲਾਂ ਦੇ ਉੱਪਰ ਐਮਐਸਪੀ ਦੇਣ ਦੀ ਗੱਲ ਪੰਜਾਬ ਦੇ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਤੁਹਾਨੂੰ ਇਹ ਫਿਜ਼ੀਬਲ ਲੱਗਦਾ ਹੈ ਤੁਸੀਂ ਤੁਸੀਂ 23 ਫਸਲਾਂ ਦੇ ਉੱਪਰ ਕਿਤੇ ਨਾ ਕਿਤੇ ਭਾਜਪੀ ਦੇ ਆਗੂਨਾਂ ਦੀ ਤਾਂ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਵੀ ਇੰਨੇ ਲੱਖ ਕਰੋੜ ਦਾ ਜਿਹੜਾ ਉਹ ਬੋਝ ਪੈ ਜਾਏਗਾ ਖਜ਼ਾਨੇ ਦੇ ਉੱਪਰ ਕੇਂਦਰੀ ਖਜ਼ਾਨੇ ਦੇ ਉੱਪਰ ਤਾਂ ਇੱਕ ਸੂਬੇ ਦੇ ਲਈ ਇਹ ਪੋਸੀਬਲ ਹੈ ਮੈਂ ਤੁਹਾਨੂੰ ਇਹ ਕਹਾਂ ਉਹ ਕਹਿੰਦੇ ਕੀਆਂ ਛੱਡ ਦਿਓ ਉਹਨਾਂ ਨੂੰ ਕੁਝ ਤੁਸੀਂ ਸਿਰਫ ਇੰਨਾ ਹੀ ਕੰਮ ਕਰ ਦਿਓ ਕਿ ਆਪਣਾ ਗਵਾਂਧੀ ਸੂਬਾ ਹਰਿਆਣਾ ਉਹ 13 ਫਸਲਾਂ ਦੇ ਉੱਪਰ ਸਾਡੇ ਨਾਲੋਂ ਐਕਸਟਰਾ ਜਾ ਕੇ ਕੇਂਦਰ ਨਾਲੋਂ 13 ਫਸਲਾਂ ਤੇ ਸਟੇਟ ਵੱਲੋਂ ਵੀ ਐਮਐਸਪੀ ਦੇ ਰਹੇ ਨੇ ਤੁਸੀਂ ਘਟੋ ਘਟੋ 13 ਫਸਲਾਂ ਤੇ ਦੀਨੀ ਸ਼ੁਰੂ ਕਰਦੇ ਪੰਜਾਬ ਸਰਕਾਰ ਇੱਕ ਹੋਰ ਕੰਮ ਜਿਹੜਾ ਹਰਿਆਣਾ ਕਰ ਰਿਹਾ ਜਿਹੜੀ ਭਾਵੰਤਰ ਸਕੀਮ ਚੱਲਦੀ ਸੀ ਕਿ ਬਹੁਤ ਸਾਰੀਆਂ ਫਸਲਾਂ ਐਮਐਸਪੀ ਤੋਂ ਨੀਚੇ ਰੇਟ ਤੇ ਵਿਕਦੀਆਂ ਉਹਨਾਂ ਦੇ ਵਿੱਚਕਾਰ ਜਿਹੜਾ ਡਿਫਰੈਂਸ ਹੈ ਉਹ ਡਿਫਰੈਂਸ ਨੂੰ ਸਟੇਟ ਗਵਰਨਮੈਂਟ ਦੇਗੀ ਹਰਿਆਣਾ ਦੇ ਰਿਹਾ ਬੜਾ ਸਕਸੈਸਫੁਲੀ ਮੱਧ ਪ੍ਰਦੇਸ਼ ਦੇ ਰਿਹਾ ਬੜਾ ਸਕਸੈਸਫੁਲੀ ਪੰਜਾਬ ਕਿਉਂ ਨਹੀਂ ਦੇ ਰਿਹਾ ਪੰਜਾਬ ਕਿਉਂ ਨਹੀਂ ਕਲੇਮ ਕਰਦਾ ਉਹਨੂੰ ਸੋ ਜੜੀਆਂ ਚੀਜ਼ਾਂ ਬਾਕੀ ਸੂਬੇ ਕਰ ਰਹੇ ਨੇ ਕਟੋ-ਕਟ ਉਨੀ ਹੀ ਕਰ ਦੇਣਗੇ ਨਾ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਦੇਖੋ ਮੈਨੀਫੈਸਟੋ ਜਿਹਨਾਂ ਨੇ ਤਿੰਨ ਵੱਡੇ ਮੁੱਦੇ ਉਠਾਏ ਸੀ ਉਹਨਾਂ ਚੋਂ ਇੱਕ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਿਹਾ ਸੀ ਨਾ ਜੀ ਕਰਜ਼ਾ ਕੁਰਕੀ ਮਾਫ਼ ਇਹਨਾਂ ਨੂੰ ਕੋਈ ਤੁਸੀਂ ਬਾਕੀ ਛੱਡ ਦਿਓ ਐਮਐਸਪੀ ਕੇਂਦਰ ਸਰਕਾਰ ਵੀ ਦੇ ਦੇਗੀ ਤੁਸੀਂ ਦੇਣੀ ਦਿਓ ਤੁਸੀਂ ਕਟੋ-ਕਟ ਕਰਜ਼ਾ ਹੀ ਮਾਫ਼ ਕਰ ਦਿਓ ਤੁਸੀਂ ਤੁਸੀਂ ਵਾਅਦਾ ਕੀਤਾ ਸੀ ਤੁਹਾਨੂੰ ਲੈਟਰ ਲਿਖੀ ਉਹਨਾਂ ਨੂੰ ਮੈਂ ਉਹ ਦੱਸਣ ਲੱਗਾ ਵਾਅਦਾ ਕੀਤਾ ਤੁਸੀਂ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਕਿ ਆ ਮੈਨੀਫੈਸਟੋ 'ਚ ਲਿਖਿਆ ਸੀ ਕਿ ਕੇਂਦਰ ਸਰਕਾਰ ਕੋਲੋਂ ਮਾਫ਼ ਕਰਾਵਾਂਗੇ ਵਾਦਾ ਕੀਤਾ ਸੀ ਕਾਂਗਰਸ ਮਾਫ ਕਰੇਗੀ ਤੇ ਅੱਜ ਜਦੋਂ ਪੂਨੇ 5 ਸਾਲ ਬੀਤ ਗਏ ਪੰਜਾਬ ਦੇ ਕਿਸਾਨ ਵਿਚਾਰੇ ਉਡੀਕ ਰਹੇ ਸੀ ਵੀ ਕਦੋਂ ਹੋਏਗਾ ਕਦੋਂ ਹੋਏਗਾ ਉਹਨਾਂ ਨੂੰ ਲੱਗਿਆ ਕਿ ਉਹ ਚੰਨੀ ਸਾਹਿਬ ਬੜੇ ਐਲਾਨ ਕਰ ਰਹੇ ਆ ਭਾਵੇਂ ਝੂਠੇ ਹੀ ਕਰ ਰਹੇ ਆ ਘਟੋ ਘਟ ਸਾਡਾ ਵੀ ਕੋਈ ਨਾ ਕੋਈ ਐਲਾਨ ਕਰ ਦੇਣਗੇ ਤੇ ਚੰਨੀ ਸਾਹਿਬ ਨੇ ਚਿੱਠੀ ਲਿਖਦੀ ਪ੍ਰਧਾਨ ਮੰਤਰੀ ਜੀ ਨੂੰ ਕਿ ਜੀ ਸਾਡੇ ਤਾਂ ਹੱਥ ਖੜੇ ਆ ਅਸੀਂ ਤਾਂ ਵਾਦਾ ਪੂਰਾ ਕਰ ਨਹੀਂ ਸਕਦੇ ਪ੍ਰਧਾਨ ਮੰਤਰੀ ਜੀ ਤੁਸੀਂ ਕਰਜ਼ਾ ਮਾਫ ਕਰ ਦਿਓ ਸੋ ਮੇਰੀ ਇਹਨਾਂ ਨੂੰ ਇੰਨੀ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਤੁਹਾਨੂੰ ਚੁਣਿਆ ਤੁਹਾਡੀ ਤੁਹਾਡੀ ਸਰਕਾਰ ਸਰਕਾਰ ਦੀ ਕੇਂਦਰ ਸਰਕਾਰ ਤੁਹਾਡੀ ਸਰਕਾਰ ਉਸ ਚਿੱਠੀ ਤੇ ਵਿਚਾਰ ਕਰ ਰਹੀ ਹੈ ਜਿਹੜੀ ਜਿਹੜੀ ਚੰਨੀ ਸਾਹਿਬ ਨੇ ਲਿਖੀ ਹੈ ਦੇਖੋ ਇਹਦਾ ਫੈਸਲਾ ਤਾਂ ਕੇਂਦਰ ਨੇ ਕਰਨਾ ਪਰ ਮੈਂ ਤੁਹਾਨੂੰ ਇੱਕ ਗੱਲ ਅਸ ਕਹਿ ਦਿਆਂ ਹੁਣ ਤਾਂ ਵੈਸੇ ਇਲੈਕਸ਼ਨ ਆ ਜਾਣੇ ਚੰਨੀ ਸਾਹਿਬ ਕੋ ਤਾਂ ਕੋਈ ਉਮੀਦ ਹੈ ਨਹੀਂ ਜਿਹੜੇ ਐਲਾਨ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ ਮੈਂ ਅੱਜ ਤੁਹਾਡੇ ਮੰਚ ਤੇ ਕਹਿ ਕੇ ਜਾ ਰਿਹਾ ਹਾਂ ਭਾਰਤੀ ਜਨਤਾ ਪਾਰਟੀ ਦੀ 2022 ਚ ਸਰਕਾਰ ਬਣ ਰਹੀ ਹੈ ਔਰ ਸਰਕਾਰ ਬਣਨ ਦੇ 6 ਮਹੀਨੇ ਦੇ ਅੰਦਰ ਅਸੀਂ ਸਾਰਾ ਕਰਜ਼ਾ ਪੰਜਾਬ ਦਾ ਆਪਣੇ ਸਾਧਨਾ ਨਾਲ ਮਾਫ ਕਰਾਂਗੇ ਹਰ ਹਾਲਤ ਚ ਮਾਫ ਕਰਾਂਗੇ ਠੀਕ ਹੈ ਵੱਡਾ ਬਿਆਨ ਦੇ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਪਰ ਮੈਂ ਇਹ ਕੀ ਕਿਹਾ ਅਸੀਂ ਮੱਧ ਪ੍ਰਦੇਸ਼ ਕੀਤਾ ਤੁਸੀਂ ਦੇਖੋ ਉੱਤਰ ਪ੍ਰਦੇਸ਼ ਹੁਣ ਹੁਣ ਮੈਂ ਤੁਹਾਨੂੰ ਉੱਤਰ ਪ੍ਰਦੇਸ਼ ਦੀ ਗੱਲ ਕਰ ਰਿਹਾ ਤੁਸੀਂ ਤੁਸੀਂ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਹੋ ਤੁਸੀਂ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਹੋ ਹੁਣੇ ਤੁਹਾਨੂੰ ਚਿੱਠੀ ਲਿਖੀ ਆ ਮੁੱਖ ਮੰਤਰੀ ਚੰਨੀ ਸਾਹਿਬ ਨੇ ਤਾਂ ਉਹ ਇਲੈਕਸ਼ਨਾਂ ਤੋਂ ਬਾਅਦ ਮਾਫ ਕਰਨਾ ਤੁਸੀਂ ਹੁਣੇ ਕਰ ਦਿਓ ਨਹੀਂ ਨਹੀਂ ਮੈਂ ਤਾਂ ਨਹੀਂ ਗੱਲ ਕਰ ਰਿਹਾ ਪੰਜਾਬ ਕਿਉਂ ਨਾ ਕਰੇ ਪਹਿਲਾ ਸਵਾਲ ਤੇ ਇਹ ਆ ਨਾ ਅਸੀਂ ਹਰ ਚੀਜ਼ ਲਈ ਕੇਂਦਰ ਵੱਲ ਕਿਉਂ ਝਾਕ ਰਹੇ ਹਾਂ ਪਹਿਲਾਂ ਤਾਂ ਕਿਸਾਨਾਂ ਦਾ ਹੀ ਹੋਣਾ ਨ योगी जी ने कर्जा माफ किया उत्तर प्रदेश सरकार ने hmm. उत्तर प्रदेश ਨੂੰ ਅਸੀਂ ਬਿਮਾਰੂ ਸਟੇਟ ਮੰਨਦੇ ਹੁੰਦੇ ਸੀ ਪੰਜਾਬ ਦੇ ਮੁਕਾਬਲੇ ਅੱਜ ਹਾਲਤ ਕੀ ਹੈ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਆਪਣੇ ਸਾਧਨਾਂ ਨਾਲ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਰਹੀ ਹੈ ਅੱਜ ਹਾਲਤ ਦੇਖੋ ਕੀ ਹੈ ਪੰਜਾਬ ਦੀ ਕਰਤੀ ਇਹਨਾਂ ਨੇ ਪੰਜਾਬ ਦੇ ਇੰਡਸਟਰੀਲਿਸਟ ਉੱਤਰ ਪ੍ਰਦੇਸ਼ योगी जी ਨੂੰ ਜਾ ਕੇ ਕਹਿ ਰਹੇ ਆ ਗਏ ਨਾ ਇਕੱਠੇ ਹੋ ਕੇ ਤੁਸੀਂ ਵੀ ਖਬਰ ਚਲਾਈ ਸੀ ਪੰਜਾਬ ਦੇ ਉਦਯੋਗਪਤੀ ਇਕੱਠੇ ਹੋ ਕੇ yogi ji ਕੋ ਗਏ ਕਿ ਸਾਨੂੰ ਉੱਤਰ ਪ੍ਰਦੇਸ਼ ਚ ਜ਼ਮੀਨ ਦੇ ਦਿਓ ਅਸੀਂ ਆਪਣੀ ਇੰਡਸਟਰੀ UP shift ਕਰਨਾ ਚਾਹੁੰਦੇ ਆ ਇਹ ਫਰਕ ਹੁੰਦਾ ਹੈ ਗੁੱਡ ਗਵਰਨੈਂਸ ਦਾ ਔਰ ਮਾਫੀਆ ਰਾਜ ਦਾ ਇਹਨਾਂ ਨੇ 5 ਸਾਲ ਮਾਫੀਆ ਰਾਜ ਬਣਾ ਕੇ ਪੰਜਾਬ ਨੂੰ ਇੰਨਾ ਕੰਗਾਲ ਕਰਤਾ ਹੈ ਪੰਜਾਬ ਦਾ ਕੋਈ ਇਹਨਾਂ ਦੇ ਰੈਵਨਿਊ ਨਹੀਂ ਇਕੱਠਾ ਕਰ ਸਕੇ ਕੋਈ ਰਿਸੋਰਸ ਨਹੀਂ ਜਨਰੇਟ ਕਰ ਸਕੇ ਹਾਲਤ ਇਹ ਹੈ ਕਿ ਸਾਨੂੰ ਹਰ ਚੀਜ਼ ਲਈ ਕੇਂਦਰ ਵੱਲ ਝਾਕਣਾ ਪੈਂਦਾ ਔਰ ਦੂਜੇ ਬੰਨੇ ਗੁੱਡ ਗਵਰਨੈਂਸ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਮੱਧ ਪ੍ਰਦੇਸ਼ ਹੈ ਚਾਹੇ ਉਹ ਉੱਤਰ ਪ੍ਰਦੇਸ਼ ਹੈ ਤਾਂ ਉਹ ਗੁਜਰਾਤ ਹੈ ਉਹ ਆਪਣੇ ਸਾਧਨਾਂ ਦੇ ਨਾਲ ਬਿਨਾ ਕੇਂਦਰ ਤੋਂ ਸਹਾਇਤਾ ਮੰਗੇ ਆਪਣੇ ਉਦਯੋਗਾਂ ਦਾ ਵੀ ਭਲਾ ਕਰ ਰਹੇ ਨੇ ਆਪਣੇ ਕਿਸਾਨਾਂ ਦਾ ਵੀ ਭਲਾ ਕਰ ਰਹੇ ਨੇ ਜਨਤਾ ਦਾ ਵਿਕਾਸ ਵੀ ਕਰ ਰਹੇ ਨੇ ਅਸੀਂ ਵੀ ਪੰਜਾਬ 'ਚ ਗੁੱਡ ਗਵਰਨੈਂਸ ਦਾ ਰਾਜ ਬਣਾਉਣਾ ਹੈ ਮਾਫੀਆ ਰਾਜ ਖਤਮ ਕਰਨਾ ਠੀਕ ਹੈ ਸੁਭਾਸ਼ ਜੀ ਬਹੁਤ-ਬਹੁਤ ਧੰਨਵਾਦ ਬੜੀ ਸਾਫ ਗੋਈ ਨਾਲ ਬੇਬਾਕੀ ਨਾਲ ਤੁਸੀਂ ਆਪਣੀ ਗੱਲ ਰੱਖੀ ਆਪਣੀ ਪਾਰਟੀ ਦੀ ਗੱਲ ਰੱਖੀ ਔਰ ਉਮੀਦ ਕਰਦੇ ਹਾਂ ਕਿ ਚੋਣਾਂ ਵਿੱਚ ਤੁਹਾਡੀ ਪਾਰਟੀ ਅੱਛਾ ਪ੍ਰਦਰਸ਼ਨ ਕਰੇ ਇਸ ਦੀ ਦੁਆ ਕਰਦੇ ਹਾਂ ਬਹੁਤ ਧੰਨਵਾਦ ਜੀ ਤੁਸੀਂ ਆ ਕੇ ਸਭ ਨੂੰ ਮਿਲਣ ਦਾ ਮੌਕਾ ਦਿੱਤਾ ਔਰ ਆਪਣੇ ਵਿਚਾਰ ਪਕਰਨ ਦਾ ਮੌਕਾ ਦਿੱਤਾ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਥੈਂਕ ਯੂ बहुत बहुत धन्यवाद आपका सुभाष जी और बलदीप इस सेशन को कंडक्ट करने के लिए ये तमाम सियासतदान हैं जो कि रोजाना इनके बयान आप सुनते हैं इनके वायदे भी आप सुनते हैं जब चुनावों का दौर होता है ऐसे में इन तमाम लोगों की बातों को आप सुन रहे हैं अब बारी आती है कभी बहू बनकर कभी बेटी बनकर तो कभी माँ बनकर सुख दुख सहकर अपने सारे फर्ज निभाती है